ਤੋਂ 2 ਵਜੇ ਤੱਕ ਉੱਤੇ ਦਸਤਾਰ ਸਿਖਾਈ ਜਾਵੇਗੀ। ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਜੀ, ਸਾ ਧਰਤੀ ਜਿੱਥੇ ਮੇਰਾ ਸਤਿਗੁਰ ਬੈਠਾਏ, ਸੇ ਜੰਤ ਪਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਪੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ, ਜਿਨ ਨਾਮ ਅਰਾਧਿਆ, ਆਪ ਤਰਿਆ ਜਿਨ ਡਿੱਠਾ, ਤਿੰਨਾ ਲੈ ਛਡਾਏ। ਹਰ ਸਤਿਗੁਰ ਮਿਲੋ ਦਇਆ ਕਰ, ਜਨ ਨਾਨਕ ਹੋਵੇ ਪਾਏ। ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਰੱਬੀ ਰਹਿਮਤ ਦੇ ਮਹਾਨ ਪਾਤਰ ਹੋ, ਹਫ਼ਤਾਵਾਰੀ ਇਸ ਦਿਨ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਸਭਨਾਂ ਨੇ ਭਾਵਨਾ ਔਰ ਸ਼ਰਧਾ ਦੇ ਨਾਲ ਹਜ਼ੂਰ ਦੇ ਪਵਿੱਤਰ ਚਰਨਾਂ ਨੂੰ ਪਰਸਿਆ ਹੈ। ਸਤਿਗੁਰੂ ਜੀ ਸਭਨਾਂ ਤੇ ਬਖਸ਼ਿਸ਼ ਕਰਨ, ਦੂਰੋਂ ਨੇੜਿਓਂ ਚੱਲ ਕੇ ਆਏ ਹੋਏ ਸਮੂਹ ਜੀਆਂ ਦੀ ਹਾਜ਼ਰੀ ਗੁਰੂ ਚਰਨਾਂ 'ਚ ਪ੍ਰਵਾਨ ਹੋਵੇ। ਉਹ ਭਾਗਾਂ ਵਾਲਿਓ, ਆਪ ਗੁਰਸੰਗਤ ਜੀ ਦੀ ਚਰਨ ਧੂੜ ਅਸੀਸ ਦੇ ਸਦਕਾ ਔਰ ਹਜ਼ੂਰ ਸਤਿਗੁਰੂ ਜੀ ਦੀ ਕਿਰਪਾਲਤਾ ਦੇ ਸਦਕਾ ਰੋਜ਼ਾਨਾ ਹੀ ਸ਼ਬਦ ਵਿਚਾਰਧਾਰਾ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ। ਅੱਜ ਦਾ ਇਹ ਦਿਨ ਜਿਵੇਂ ਗੁਰੂ ਪਿਆਰਿਆਂ ਨੇ ਅਨਾਊਂਸ ਕੀਤਾ ਹੈ, ਸੋਢੀ ਸੁਲਤਾਨ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਤਿਨ੍ਹਾਂ ਦਾ ਪਾਵਨ ਪ੍ਰਕਾਸ਼ ਦਿਹਾੜਾ ਔਰ ਮਹਾਨ ਕੌਮੀ ਯੋਧੇ ਸਤਿਕਾਰਯੋਗ ਭਾਈ ਸੁਖਦੇਵ ਸਿੰਘ ਜੀ ਸੁੱਖਾ ਔਰ ਭਾਈ ਰਜਿੰਦਰ ਸਿੰਘ ਜੀ ਜਿੰਦਾ, ਦੋ ਕੌਮੀ ਪ੍ਰਵਾਨੇ ਅੱਜ ਦੇ ਦਿਨ ਸਿੱਖੀ ਦੀ ਆਨ ਔਰ ਸ਼ਾਨ ਲਈ ਆਪਣੇ ਜੀਵਨ ਦਾ ਠੀਕਰਾ ਭੰਨ ਫਾਂਸੀਆਂ ਤੇ ਝੂਰ ਕੁਰਬਾਨੀ ਸ਼ਹੀਦੀ ਜਾਮ ਪੀ ਗਏ। ਗੁਰੂ ਕਿਰਪਾ ਕਰੇ ਆਓ ਸਾਹਿਬ ਦੇ ਪਾਵਨ ਜੀਵਨ ਦੀ ਵਿਚਾਰਧਾਰਾ ਦੇ ਨਾਲ, ਤਿਨ੍ਹਾਂ ਦੀ ਬਾਣੀ ਦੀ ਵਿਚਾਰਧਾਰਾ ਨਾਲ ਜੁੜਨ ਦਾ ਯਤਨ ਕਰੀਏ।
ਸਤਿਗੁਰੂ ਜੀ ਦੇ ਅਮੋਲਕ ਚਰਨਾਂ ਦੇ ਨਾਲ ਜੁੜ, ਅਸੀਸ ਦੀ ਦਾਤ ਬਖਸ਼ਿਸ਼ ਕਰੋ, ਦੋਨੋਂ ਹੱਥ ਜੋੜ ਲਵਾਓ ਹਾਜ਼ਰੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਦਾ ਪਵਿੱਤਰ ਜੀਵਨ ਐਸਾ ਹੈ ਜਿਸ ਦੀ ਵੀ ਰਸਨਾ ਤੋਂ ਹਜ਼ੂਰ ਦੇ ਬਾਬਤ ਉਹਨਾਂ ਦਾ ਨਾਮ ਭਾਵਨਾ ਦੇ ਵਿੱਚ ਕੋਈ ਲੈਂਦਾ ਹੈ ਤੇ ਸਤਿਗੁਰੂ ਗੁਰੂ ਰਾਮਦਾਸ ਮਾਲਕ ਦੀਆਂ ਖੁਸ਼ੀਆਂ ਉਸ ਜੀਵ ਦੀ ਝੋਲੀ ਦੇ ਵਿੱਚ ਜ਼ਰੂਰ ਪੈਂਦੀਆਂ ਨੇ। ਅੰਮ੍ਰਿਤਮਈ ਬਾਣੀ ਅੰਦਰ ਭੱਟ ਸਾਹਿਬਾਨਾਂ ਨੇ ਹਜ਼ੂਰ ਨੂੰ ਮੁਖਾਤਬ ਕਰਕੇ ਇੱਕ ਬਚਨ ਮਨੁੱਖਤਾ ਦੀ ਝੋਲੀ ਪਾਇਆ। ਅੱਜ ਕੋਸ਼ਿਸ਼ ਕਰਿਓ ਸਾਡੇ ਸਭਨਾਂ ਦੀ ਇਹ ਭਾਵਨਾ ਬਣੇ, ਜਿੱਥੇ ਸਾਹਿਬ ਦੀ ਬਾਣੀ ਚੋਂ ਪੜ੍ਹਦੇ ਹਾਂ, ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾਟ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਭੈ ਭੁੱਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਏ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰੱਖੋ ਸ਼ਰਣਾਈ। ਸਾਡੇ ਸਭਨਾਂ ਦੀ ਅਰਦਾਸ ਹਿਰਦੇ ਤੋਂ ਇਹ ਬਣ ਜਾਏ ਹੈ ਗੁਰੂ ਰਾਮਦਾਸ ਪਿਤਾ ਜੀ ਸਾਨੂੰ ਡਰਾਇਆਂ ਨੂੰ ਡਰ ਢੱਠਿਆਂ ਨੂੰ ਆਪਣੇ ਚਰਨਾਂ ਦੀ ਸ਼ਰਨ ਬਖਸ਼ਿਸ਼ ਕਰਕੇ ਇਸ ਜੀਵਨ ਦਾ ਮਹਾਰਾਜ ਭਲਾ ਤੁਹਾਡੇ ਚਰਨਾਂ ਨਾਲ ਜੁੜਿਆ ਹੋ ਸਕਦਾ ਹੈ। ਇਤਿਹਾਸ ਦੀ ਲੜੀ ਨੂੰ ਆਰੰਭ ਕਰਾਂ। ਵਿਦਵਾਨਾਂ ਦੇ ਮੁਤਾਬਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਸਭ ਤੋਂ ਪਹਿਲਾਂ ਜਦੋਂ ਚਰਨ ਪਾਉਂਦੇ ਨੇ, ਲਾਹੌਰ ਦੀ ਧਰਤੀ ਨੂੰ ਵੇਖ ਕੇ ਅੰਮ੍ਰਿਤ ਵੇਲਾ, ਪਰ ਉਹ ਲੋਕ ਅੰਮ੍ਰਿਤ ਵੇਲਾ ਸਾਂਭਣ ਵਾਲੇ ਨਹੀਂ ਤੇ ਗੁਰੂ ਨਾਨਕ ਸਾਹਿਬ ਦੀ ਰਸਨਾ ਕਹਿੰਦੀ ਹੈ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਕਿ ਅੰਮ੍ਰਿਤ ਵੇਲੇ ਦੇ ਪੈਰ ਵਿੱਚ ਲਾਹੌਰ ਦੀ ਧਰਤੀ ਤੇ ਜ਼ਹਿਰ ਵਰਸ ਰਿਹਾ ਹੈ, ਕਹਿਰ ਵਰਸ ਰਿਹਾ ਹੈ। ਉਸੇ ਹੀ ਧਰਤੀ ਦੇ ਬਾਬਤ ਸਮੇਂ ਦੇ ਨਾਲ ਸਤਿਗੁਰੂ ਗੁਰੂ ਅਮਰਦਾਸ ਪਿਤਾ ਜੀ ਨੇ ਲਿਖਿਆ ਕਿ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਲਾਹੌਰ ਵੀ ਇਸੇ ਲਈ ਸਿਫਤੀ ਦਾ ਘਰ ਬਣਿਆ ਕਿਉਂਕਿ ਉਸ ਧਰਤੀ ਦੇ ਉੱਤੇ ਦੀਨ ਦੁਨੀਆ ਦੇ ਮਾਲਕ ਦਾ ਪ੍ਰਕਾਸ਼ ਹੋਣਾ। 1534 ਈਸਵੀ ਲਾਹੌਰ ਸ਼ਹਿਰ ਦਾ ਬਹੁਤ ਵੱਡਾ ਔਰ ਫੇਮਸ ਬਾਜ਼ਾਰ ਸੀ ਉਸ ਵੇਲੇ, ਜਿਹਨੂੰ ਡੱਬੀ ਬਾਜ਼ਾਰ ਕਹਿੰਦੇ ਨੇ। ਚੂਨਾ ਮੰਡੀ ਦਾ ਇਹ ਕਸਬਾ ਹੈ, ਇਲਾਕਾ ਹੈ, ਉਹਦੇ ਵਿੱਚ ਡੱਬੀ ਬਾਜ਼ਾਰ ਤੇ ਡੱਬੀ ਬਾਜ਼ਾਰ ਦੀ ਇੱਕ ਗਲੀ ਦੇ ਵਿੱਚ ਘਰ ਹੈ ਸਤਿਕਾਰਯੋਗ ਬਾਬਾ ਹਰਦਾਸ ਜੀ ਦਾ। ਬਾਬਾ ਹਰਦਾਸ ਜੀ ਇਹਨਾਂ ਦੇ ਮਹਿਲ ਸੁਪਤਨੀ ਸਤਿਕਾਰਯੋਗ ਮਾਤਾ ਮਾਂ ਦਇਆ ਕੌਰ ਇਹਨਾਂ ਦੀ ਉਧਰ ਤੋਂ 1534 ਈਸਵੀ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੁੰਦਾ ਹੈ। ਘਰ ਦੇ ਵਿੱਚ ਪਹਿਲਾ ਪੁੱਤਰ ਵੱਡਾ ਬੱਚਾ ਹੋਣ ਕਰਕੇ ਜੋ ਉਸ ਵੇਲੇ ਖਾਸ ਕਰਕੇ ਪੰਜਾਬ ਦੇ ਪਿੰਡਾਂ ਦੀ ਧਰਤੀ ਦੀ ਇਹ ਰਵਾਇਤ ਸੀ ਜਿਹਦੇ ਲਈ ਲਫ਼ਜ਼ ਵਰਤਿਆ ਜਾਂਦਾ ਸੀ ਜੇਠਾ। ਬਜ਼ੁਰਗਾਂ ਨੂੰ ਚੰਗੀ ਤਰ੍ਹਾਂ ਪਤਾ ਹੋਏਗਾ ਜੇਠ ਦਾ ਮਹੀਨਾ ਜਿਹੜਾ ਕੈਲੰਡਰ ਦੀ ਆਮਦ ਤੋਂ ਪਹਿਲਾਂ ਇਹਨੂੰ 32 ਦਿਨਾਂ ਦਾ ਮਨਾਇਆ ਜਾਂਦਾ ਸੀ, ਬਾਕੀ ਸਾਰੇ 30 ਜਾਂ 31, ਕੇਵਲ ਜੇਠਾ ਮਹੀਨਾ ਹੀ 32 ਦਿਨਾਂ ਦਾ, ਭਾਵ ਜੋ ਵੱਡਾ ਹੈ ਉਹਨੂੰ ਜੇਠਾ ਕਹਿੰਦੇ। ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਂ ਸਿਰਫ ਇਤਿਹਾਸਕਾਰ ਨਾ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ 'ਚ ਲਿਖਿਆ ਤੇ ਨਾ ਕਿਤੇ ਰੱਬੀ ਬਾਣੀ ਅੰਦਰ ਭੱਟ ਸਾਹਿਬਾਨਾਂ ਨੇ ਜੇਠਾ ਲਫ਼ਜ਼ ਵਰਤਿਆ ਹੈ, ਉਹਨਾਂ ਕੇਵਲ ਤੇ ਕੇਵਲ ਗੁਰੂ ਰਾਮਦਾਸ ਸਤਿਗੁਰੂ ਵਰਤਿਆ ਹੈ। ਜਦੋਂ ਇਸ ਬਾਬਤ ਪੜ੍ਹਿਆ ਹੈ
छोटी उम्र मां बाप ने रज के प्यार दिता और मां बाप दे जिहड़े संस्कार ने वह बच्चे दे विच ज्यादा प्रवेश करते। भावना वाले मां बाप ने बच्चे नूं नन्ही उम्रे धार्मिक रुचि वाला कह लईए जां चंगे शुभ संस्कार जिहड़े ने उह बचपन दे विच बख्शिश कीते ते इतिहास तों इत्थे भावना दे विच बह के प्रोफेसर साहिब सिंह उहनां बड़ा प्यारा एक बोल लिखिआ। वह कहिंदे ने रोज भाई जेठा जिवें अक्सर बच्चे मां नाल नेह बहुत करदे ने, कहिंदे ने मां दी बांह ते सिर रख के सौणा, मां ने सारी रात गल वकड़ी च लैके रखना, मां वाला बाखूबी फर्ज मां दया कौर निभाया, सवेरे खुद उठना, कुछ समा उठण तो बाद अपने पुत नूं उठाल लैना। समा अपनी चाले चलदा गया, 5 साल दी उम्र है जिस दिन, 5 साल दी उम्र दा बच्चा भाई जेठा अज की वेखदा है कि जिस मां दी बाह ते सिर रख के रोज सौंदा हां, जिहड़ी खुद पहला उठ के मैनू उठाली है, पर अज दिन का चढ़ा होया अजे तक मां उठी नहीं, उठ के कोल बह गए, मां दे सीने ते सिर रख के आखिया, मां अज ते बहुत समा होया तुसी उठे नहीं, पर मां दी कोई आवाज नहीं आई। निके निके हत्थां दे विच मां दे चेहरे नूं पकड़िया, उहदे मुखड़े नूं पकड़िया, मां दे चेहरे नूं अपने हत्थां च लैके भावना दे विच नन्नी जी उमरे बोल कहिंदे ने, मां तू बोलते सही, मेरी गल दा जवाब क्यों नहीं, रोज उठ के मैनू उठाउंदे हो, अज तुसी उठे नहीं, मैं पहला उठ गया, पर कोई आवाज नहीं। मंजे तो उतरे, ध्यान मारिया, बापू जी वेले नाल उठ के बाहर गए हुए ने। जदों बाबा हरदास आए, पिता की उंगल फड़ के आखिया सी, बापू मैं बहुत समय तो ठाल रहा, पर इंज लगता जिवें मेरे कोलों कोई भुल होई है, मां अज बोलदी नहीं। बाबा हरदास जी कोल गए, जदों तकिया उन्हां दे चेहरे नूं पल्ले दे नाल ढक के कहिंदे ने, बेटा जिथे तेरी मां चले गई पुत उथों तक तेरी आवाज नहीं अपड़ती। अखियां दे सामने 5 सालां दी उम्र च मां दा चलिया जाना बड़ा वड्डा संसारी तौर ते दुखड़ा सी। बासर के दी धरती तो नानका परिवार गया, अपनी बच्ची दा अपने हत्थी संस्कार चूना मंडी इलाके दे विच कीता। ते नानी ने एक बोल कहे बड़े प्यारे, बाबा हरदास जी अपने जवाई कहन लगे, बेटा छोटा जिहा है जेठा, एक ख्याल रखी, मां नाल बच्चे बहुत वारी रुस जांदे ने, बड़े लाड लड़ाउंदे ने, पिता दी भावना भी बहुत प्यारी है, पर एक बेनती है कि ते मेरा दोता तेरे नाल रुसा करे, रुस जाए, लाडा विच आके कोई गल कोई मंग रखे, पर एक वादा करी, इनू कदी झिड़की ना, एक किसे ना उच्चे लफ्ज बोल नहीं बोलदा। बाबे हरदास ने आखिया, कोशिश करांगा मां, मैं इनू मां ते बापू वाला प्यार दे सकां, जिवें मां ने लाड लड़ाया, पिता ने 5 साल की उम्र तो बाद बहुत खास ख्याल बाबा जेठा जी का रखिया। रोज बापू की बाही सिर रख गल वकड़ी लैके सौ जाना, सवेर होनी घर दे विच सिर्फ 2 मैंबर, बापू ने उठना पुत नूं ठालना, कुछ काम बापू खुद करना, बाबा हरदास जी छोटे मोटे भांडे बाबे जेठे मांझ लैने, घर का थोड़ा बहुता कारज 6-7 साल की उम्र तक ये चले। 7 साल की उम्र हुई जिथे रोज बापू उठ के पुत नूं ठालदा, अज वो दिन फिर आया जिदन भाई जेठा उठे पर बाबा हरदास नहीं उठे। जल्दी जल्दी उठ, निके मोटे भांडे जिहड़े सी उहनां नूं सांभिया, झाड़ू फेरिया, ध्यान नाल वेखदे ने मंजे उत्ते बापू जी उवें पए ने, उठे ने। प्रोफेसर साहिब सिंह कहिंदे ने,
ਪੈਰਾਂ ਵਾਲੇ ਪਾਸੇ ਖਲੋ ਕੇ ਇੱਕ ਆਵਾਜ਼ ਦਿੱਤੀ, ਪਿਤਾ ਜੀ ਉੱਠੋ, ਮੈਂ ਤੁਹਾਡੇ ਤੋਂ ਪਹਿਲਾਂ ਉੱਠ ਗਿਆ, ਅੱਜ ਉੱਠੋ ਮੇਰੀ ਗੱਲ ਸੁਣੋ। ਪਰ ਕੋਈ ਆਵਾਜ਼ ਨਹੀਂ। ਹੋਰ ਕੋਲ ਜਾ ਕੇ ਥੋੜੇ ਜਿਹੇ ਬੋਲ ਜਿਹੜੇ ਨਰਮੀ 'ਚ ਚਲੇ ਗਏ, ਫਿਰ ਆਖਿਆ, ਪਿਤਾ ਜੀ ਜਿੰਨਾ ਕੁ ਕੰਮ ਮੈਂ ਰੋਜ਼ ਕਰਦਾ ਹਾਂ ਅੱਜ ਮੈਂ ਤੁਹਾਡੇ ਉੱਠਣ ਤੋਂ ਪਹਿਲਾਂ ਕਰ ਲਿਆ, ਕਿਰਪਾ ਕਰੋ ਉੱਠੋ, ਜਿਹੜੇ ਬਾਕੀ ਕਾਰਜ ਨੇ ਆਪਾਂ ਉਹ ਵੀ ਕਰਨੇ ਨੇ, ਭੁੱਖ ਲੱਗੀ ਹੈ ਤਾਂ ਮੈਂ ਪ੍ਰਸ਼ਾਦਾ ਵੀ ਛਕਣਾ। ਪਰ ਬਾਪੂ ਦੀ ਕੋਈ ਆਵਾਜ਼ ਨਹੀਂ। ਤੀਸਰੀ ਵਾਰ ਬਾਪੂ ਦਾ ਚਿਹਰਾ ਆਪਣੇ ਹੱਥਾਂ 'ਚ ਲੈ ਕੇ ਅੱਖੀਆਂ 'ਚੋਂ ਹੰਝੂ ਨਿਕਲ ਗਏ, ਪਿਤਾ ਜੀ ਇੰਝ ਲੱਗਦਾ ਜਿਵੇਂ ਅੱਜ ਤੁਸੀਂ ਵੀ ਮਾਂ ਵਾਂਗ ਮੇਰਾ ਸਾਥ ਛੱਡ ਗਏ। ਉਹ ਬੋਲਾਂ ਦੀ, ਉਹ ਕੁਰਲਾਉਣ ਦੀ ਆਵਾਜ਼, ਬਾਹਰੋਂ ਜਿਹੜੇ ਹੋਰ ਚਾਚੇ ਤਾਏ ਸਨ ਸ਼ਰੀਕੇ ਵਾਲੇ, ਉਹ ਆਏ, ਜੇਠੇ ਦੇ ਸਿਰ ਤੇ ਹੱਥ ਰੱਖ ਕੇ ਆਖਿਆ ਸੀ, ਬੇਟਾ ਜਿੱਥੇ ਮਾਂ ਚਲੇਗੀ ਪੁੱਤ ਉੱਥੇ ਬਾਪੂ ਵੀ ਚਲਾ ਗਿਆ। ਬਾਸਰ ਕੇ ਸੁਨੇਹਾ ਆਇਆ, ਬਾਸਰ ਕੇ ਤੋਂ ਨਾਨੀ ਔਰ ਬਾਕੀ ਪਰਿਵਾਰ ਫਿਰ ਜਾਂਦਾ। ਆਪਣੇ ਹੱਥੀ ਜਿੱਥੇ ਪੁੱਤਰੀ ਦਾ ਸੰਸਕਾਰ ਕੀਤਾ ਸੀ, ਅੱਜ ਉੱਥੇ ਜਵਾਈ ਦਾ ਵੀ ਸੰਸਕਾਰ ਕੀਤਾ। ਮਾਤਮ ਖੁਸ਼ੀ ਹੋਈ। ਇਕੱਲੀ ਬੁੱਢੜੀ ਨਾਨੀ 17 ਦਿਨ ਮਾਤਮ ਪੁਰਸ਼ੀ ਤੋਂ ਬਾਅਦ ਭਾਈ ਜੇਠੇ ਦੇ ਕੋਲ ਚੂਨਾ ਮੰਡੀ ਬੈਠੇ ਰਹੇ। ਪਰ ਕੋਈ ਸ਼ਰੀਕੇ ਦਾ ਇੱਕ ਵੀ ਬੰਦਾ ਐਸਾ ਨਹੀਂ ਸੀ ਜਿਹਨੇ ਇਹ ਆਖਿਆ ਹੋਵੇ ਕਿ ਜੇਠਿਆ ਕੋਈ ਗੱਲ ਨਹੀਂ, ਜੇ ਮਾਂ ਬਾਪ ਚਲੇ ਗਏ ਅਸੀਂ ਤੇਰਾ ਸਾਥ ਦਿਆਂਗੇ। ਅੱਜ ਵੀ ਪ੍ਰੋਫੈਸਰ ਸਾਹਿਬ ਸਿੰਘ ਦੇ ਕੋਲੋਂ ਲਿਖੀ ਕਿਤੇ ਗੁਰੂ ਰਾਮਦਾਸ ਜੀ ਦੀ ਜੀਵਨੀ ਪੜ੍ਹਿਓ, ਉਹ ਕਹਿੰਦੇ ਨੇ ਸਾਹਿਬ ਗਲੀਆਂ ਦੇ ਤੱਕ ਤੇ ਲੋਕੀ ਸਾਂਭ ਕੇ ਸੌਂ ਜਾਂਦੇ, ਪਰ ਕਦੇ ਨਹੀਂ ਸੀ ਪੁੱਛਿਆ ਕਿਸੇ ਨੇ, ਜੇਠਿਆ ਤੈਨੂੰ ਰੱਜਵੀਂ ਰੋਟੀ ਵੀ ਮਿਲੀ ਜਾਂ ਨਹੀਂ। ਨਾਨੀ ਨੇ ਸਭ ਕੁਝ ਵੇਖ, ਛੋਟੀ ਜਿਹੀ ਗੱਠੜੀ ਦੇ ਵਿੱਚ ਕੱਪੜੇ ਬਣਵਾਏ ਮੇਰੇ ਨਾਲ, ਮੈਨੂੰ ਇੰਝ ਲੱਗਦਾ ਤੇਰੇ ਹੱਥਾਂ ਕੋਈ ਨਹੀਂ, ਚੱਲ ਮੇਰੇ ਨਾਲ ਗਰੀਬੜਾ ਜਿਹਾ ਘਰ। ਗੱਠੜੀ ਦੇ ਵਿੱਚ ਜਦੋਂ ਕੱਪੜੇ ਬੰਨ ਕੇ ਨਾਨੀ ਦੋਤੇ ਨੂੰ ਲੈ ਕੇ 17 ਸਾਲਾਂ ਦੀ ਉਮਰ 'ਚ ਚੱਲੀ ਤੇ ਅੱਜ ਬਾਬੇ ਹਰਦਾਸ ਦੇ ਦਰਵਾਜ਼ੇ ਦਾ ਕੁੰਡਾ ਲੱਗੇ। ਪੜ੍ਹੀਏ ਇੱਥੇ ਵਿਦਵਾਨਾਂ ਨੂੰ, ਉਹ ਕਹਿੰਦੇ ਨੇ ਕਿਸੇ ਨੇ ਆਵਾਜ਼ ਮਾਰ ਕੇ ਰੋਕਿਆ ਨਹੀਂ ਕਿ ਸਾਡੇ ਹਰਦਾਸ ਦਾ ਬੇਟਾ ਜਾ ਰਿਹਾ। ਸ਼ਾਇਦ ਲੋਕਾਂ ਨੂੰ ਆਪਣੀ ਹੋਏਗੀ, ਪਰ ਲੋਕ ਤੇ ਇਹ ਵੀ ਚਾਹੁੰਦੇ ਹੋਣਗੇ ਜਿਸ ਜੇਠੇ ਦੇ ਘਰ ਨੂੰ ਅੱਜ ਕੁੰਡਾ ਲੱਗਿਆ, ਮੁੜ ਕਦੇ ਇਹ ਖੁੱਲ੍ਹਣਾ ਕਿ ਨਹੀਂ ਖੁੱਲ੍ਹਣਾ, ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ। ਭਾਈ ਜੇਠਾ 7 ਸਾਲ ਦੀ ਉਮਰ 'ਚ ਨਾਨੀ ਦੇ ਨਾਲ ਬਾਸਰ ਕੇ ਦੀ ਧਰਤੀ 'ਤੇ ਆਏ। ਹੁਣ ਬੁਢੇਪਾ ਵੀ ਸਹਾਰਾ ਮੰਗਦਾ, ਬਚਪਨ ਵੀ ਸਹਾਰਾ ਮੰਗਦਾ। ਨਾਨੀ ਨੇ ਆਖਿਆ ਸੀ, ਮੇਰੇ ਲਾਲ ਘਰ ਦੇ ਵਿੱਚ ਕੋਈ ਬਹੁਤ ਕੁਝ ਨਹੀਂ ਤੇ ਇਸ ਉਮਰੇ ਪੁੱਤ ਕੀ ਕਰੀਏ ਜਿਹਦੇ ਨਾਲ ਤੂੰ ਮੇਰਾ ਤੇ ਮੈਂ ਤੇਰਾ ਸਹਾਰਾ ਬਣਾਂ। ਯਾਦ ਰਵੇ 7 ਸਾਲ ਦੀ ਉਮਰ ਤੋਂ ਲੈ ਕੇ 11 ਵਰੇ ਤੱਕ 4 ਸਾਲ ਬਾਬੇ ਜੇਠੇ ਨੇ ਕੇਵਲ ਘੁੰਗਣੀਆਂ ਵੇਚੀਆਂ, ਕਿਉਂਕਿ ਉਹਨਾਂ ਦਾ ਜੀਵਨ ਪੜ੍ਹਦਿਆਂ ਕੁਝ ਇੱਕ ਸਾਖੀਆਂ ਇਤਿਹਾਸ ਦੇ ਵਿੱਚੋਂ ਜਿਹੜੀਆਂ ਮਿਲਦੀਆਂ ਨੇ, ਹਾਂ ਵਿਚਾਰਵਾਨ ਉਹਨੂੰ ਸ਼ਿੰਗਾਰ ਕੇ ਜਿਵੇਂ ਮਰਜ਼ੀ ਸੁਣਾਈ ਜਾਣ, ਪਰ ਜੋ ਮੂਲ ਹੈ ਉਹ ਸਿਰਫ ਇੰਨਾ ਹੀ ਮਿਲਦਾ। 4 ਸਾਲ ਘੁੰਗਣੀਆਂ ਵੇਚਣੀਆਂ ਮਾਂ ਨੇ, ਛੋਲਿਆਂ ਨੂੰ ਉਬਾਲ, ਲੂਣ ਮਿਰਚ ਲਾ ਦੇਣਾ, ਛੋਟੀ ਜਿਹੀ ਛਾਬੀ ਦੇ ਵਿੱਚ ਘੁੰਗਣੀਆਂ ਰੱਖ, ਸਾਰਾ ਦਿਨ ਗਲੀਆਂ ਦੇ ਵਿੱਚ ਹੋਕੇ ਦੇ ਉਹ ਘੁੰਗਣੀਆਂ ਬਾਬੇ ਜੇਠੇ ਨੇ ਵੇਚੀਆਂ। ਇਹਨਾਂ ਦਿਨਾਂ ਦੇ ਵਿੱਚ ਇੱਕ ਸਾਖੀ ਪ੍ਰੋਫੈਸਰ ਊਧਮ ਸਿੰਘ ਹੋਰਾਂ ਲਿਖੀ ਹੈ, ਉਹ ਕਹਿਣ ਲੱਗੇ ਸ਼ਾਮ ਦਾ ਵੇਲਾ ਬਾਬਾ ਜੇਠਾ ਘਰ ਆਏ, ਘਰ ਆ ਕੇ ਜਦੋਂ ਛਾਬੀ ਰੱਖੀ ਹੈ ਅੱਖੀਆਂ ਦੇ ਵਿੱਚ ਹੰਝੂ, ਉਹਨਾਂ ਹੰਝੂਆਂ ਨੂੰ ਵੇਖ ਨਾਨੀ ਨੇ ਘੁੱਟ ਕੇ ਦੋਤੇ ਨੂੰ ਗਲ ਵਿੱਚ ਲੈ ਕੇ ਆਖਿਆ, ਮੇਰੇ ਬੇਟਾ ਕੀ ਗੱਲ, ਤੇਰੀਆਂ ਅੱਖਾਂ ਦੇ ਵਿੱਚ ਹੰਝੂ ਆਉਣ ਤੋਂ ਪਹਿਲਾਂ ਮੈਨੂੰ ਕੁਝ ਹੋ ਜਾਏ, ਪਰ ਤੇਰੀਆਂ ਅੱਖਾਂ 'ਚ ਹੰਝੂ ਕਿਉਂ। ਭਾਈ ਜੇਠਾ ਜੀ ਇੱਕ ਆਵਾਜ਼ ਕਹਿੰਦੇ ਨੇ, ਨਾਨੀ ਸੱਚੋ ਸੱਚ ਦੱਸ ਮੈਂ ਕਿਤਨਾ ਕੁ ਮਾੜਾ, ਮੈਂ ਕਿੰਨਾ ਕੁ ਮਾੜਾ ਆ। ਨਾਨੀ ਪਿਆਰ ਨਾਲ ਮੱਥਾ ਪਲੋਸ ਕੇ ਕਹਿੰਦੀ ਹੈ, ਨਾ ਮੇਰੇ ਲਾਲ
ਪਾਵਨ ਕਹਿੰਦਾ ਮੇਰਾ ਜੇਠਾ ਮਾੜਾ, ਮੇਰੇ ਜੇਠੇ ਵਰਗਾ ਤਾਂ ਦੁਨੀਆਂ 'ਚ ਦੂਜਾ ਕੋਈ ਨਹੀਂ। ਨਾਨੀ ਸਿਰਫ ਤੂੰ ਮੈਨੂੰ ਹੌਸਲਾ ਦੇਣੀ ਹੈ, ਸੱਚ ਕਰਕੇ ਦੱਸ ਮੈਂ ਕਿੰਨਾ ਕੁ ਮਾੜਾ। ਨਾਨੀ ਫਿਰ ਪਿਆਰ ਦਿੱਤਾ ਨਹੀਂ ਮੇਰੇ ਨਾਲ। ਪਾਵਨ ਕਹਿੰਦਾ ਮੇਰਾ ਜੇਠਾ ਮਾੜਾ, ਆਖਿਆ ਤੂੰ ਝੂਠ ਬੋਲਦੀ ਹੈ, ਜਿੰਨਾ ਚਿਰ ਦੱਸੇਗੀ ਨਹੀਂ ਉਹਨਾਂ ਚਿਰ ਅੱਖੀਆਂ ਚੋਂ ਹੰਝੂ ਨਹੀਂ ਮੁੱਕਣੇ। ਤੀਸਰੀ ਵਾਰ ਫਿਰ ਆਖਿਆ, ਨਾਨੀ ਆਖਦੀ ਹੈ ਮੇਰੇ ਲਾਲ ਮੈਨੂੰ ਦੱਸ ਤੇ ਸਹੀ, ਹੋਇਆ ਕੀ, ਕਾਰਨ ਕੀ ਹੈ, ਕਿਉਂ ਵਾਰ ਵਾਰ ਇੱਕੋ ਗੱਲ ਪੁੱਛਦਾ। ਕਹਿਣ ਲੱਗੀ ਅੱਜ ਸ਼ਾਮ ਵੇਲੇ ਥੋੜੀਆਂ ਘੁੰਗੜੀਆਂ ਵੱਧ ਗਈਆਂ, ਸੋਚਿਆ ਗਲੀ ਦੇ ਵਿੱਚ ਹੋਕਾ ਲਾ ਕੇ ਲੰਘਦਾ ਜਾਣਾ, ਕੁਝ ਬੱਚੇ ਖੇਡ ਰਹੇ ਸਨ, ਮੈਂ ਉਹਨਾਂ ਵੱਲ ਘੁੰਗੜੀਆਂ ਲੈ ਕੇ ਨਾਨੀ ਜਦੋਂ ਚੱਲਿਆ, ਅਜੇ ਇੱਕ ਆਵਾਜ਼ ਲਾਈ ਸੀ ਵੀ ਘੁੰਗੜੀਆਂ ਲੈ ਲਓ ਘੁੰਗੜੀਆਂ। ਇੰਨੇ ਚਿਰ ਨੂੰ ਇੱਕ ਬਜ਼ੁਰਗ ਮਾਤਾ ਆਈ, ਉਹਨੇ ਸਾਰੇ ਬੱਚਿਆਂ ਨੂੰ ਬਾਹੋਂ ਫੜਿਆ, ਕਮਰੇ ਦੇ ਅੰਦਰ ਬੰਦ ਕਰਕੇ ਦਰਵਾਜ਼ਾ ਲਾ ਦਿੱਤਾ। ਬੱਚੇ ਕਹਿੰਦੇ ਨੇ ਅਸੀਂ ਖੇਡਣਾ ਹੈ, ਅਸੀਂ ਜੇਠੇ ਕੋਲੋਂ ਘੁੰਗੜੀਆਂ ਲੈਣੀਆਂ ਨੇ, ਪਰ ਉਸ ਬਜ਼ੁਰਗ ਮਾਤਾ ਦੀ ਆਵਾਜ਼ ਮੇਰੇ ਕੰਨਾਂ ਦੇ ਪਰਦਿਆਂ 'ਚ ਵੱਜਦੀ ਹੈ। ਉਹ ਆਖਦੀ ਹੈ ਨਹੀਂ ਬੇਟਾ, ਜੇਠਾ ਯਤੀਮ ਹੈ ਔਰ ਯਤੀਮ ਬੱਚਿਆਂ ਦਾ ਪਰਛਾਵਾਂ ਕਦੇ ਵੀ ਨਹੀਂ ਲੈਂਦਾ। ਮਾਂ ਮੈਂ ਸੱਚੀ ਮਾੜਾ। ਉਸ ਦਿਨ ਨਾਨੀ ਨੇ ਹਿਰਦੇ ਦੇ ਵਿੱਚ ਇਹ ਜਾਣਿਆ ਕਿ ਮਨਾ ਮੈਂ ਤੇ ਖੁਦ ਕੰਧੀ ਤੇ ਰੁਖੜਾ ਹਾਂ, ਪਤਾ ਨਹੀਂ ਕਦੋਂ ਸਦੜਾ ਆ ਜਾਏ ਤੇ ਚਲੇ ਜਾਣਾ, ਪਰ ਕਿਤੇ ਜੇਠਾ ਗਲੀਆਂ 'ਚ ਨਾ ਰੁੜਦਾ ਰਹਿ ਜਾ। ਬਾਸਰ ਕੇ ਗਿੱਲਾਂ ਦੇ ਹੀ ਸਨ, ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਬਾਸਰ ਕੇ ਹੀ ਨਾਨਕੇ ਨੇ ਗੁਰੂ ਰਾਮਦਾਸ ਸਾਹਿਬ ਜੀ ਨੇ। ਪਰ ਇਹਨਾਂ ਦਿਨਾਂ 'ਚ ਧੰਨ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ, ਸਤਿਗੁਰੂ ਗੁਰੂ ਰਾਮਦਾਸ ਜੀ ਭਾਵ ਭਾਈ ਜੇਠਾ ਜੀ ਨੂੰ ਨਾਨੀ ਲੈ ਕੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਗਈ। ਗੋਇੰਦਵਾਲ ਸਾਹਿਬ ਦੀ ਧਰਤੀ ਭਰਿਆ ਦਰਬਾਰ ਹੈ, ਸਿਜਦਾ ਕੀਤਾ ਨਾਨੀ ਨੇ, ਉਹਨੂੰ ਮੱਥਾ ਟਿਕਾਇਆ ਤੇ ਹੱਥ ਜੋੜ ਕੇ ਗੁਰੂ ਅਮਰਦਾਸ ਨੂੰ ਆਖਿਆ, ਦਾਤਾ ਇਹ ਨਹੀਂ ਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਗੁਰੂ ਅਮਰਦਾਸ ਤੇਰੇ ਤੋਂ ਬਿਨਾਂ ਇਸ ਬੱਚੇ ਦਾ ਕੋਈ ਵਾਲੀ ਨਹੀਂ, ਕਿਰਪਾ ਕਰੋ। ਜੀਵਨ ਦੇ ਸਾਹਾਂ ਦੀ ਡੋਰ ਦਾ ਨਹੀਂ ਪਤਾ ਇਹਨੇ ਕਦੋਂ ਟੁੱਟ ਜਾਣਾ, ਤੁਹਾਡੇ ਚਰਨਾਂ ਵਿੱਚ ਆਈ ਹਾਂ, ਇਸ ਬੱਚੇ ਨੂੰ ਮਹਾਰਾਜ ਆਪਣੇ ਚਰਨਾਂ ਨਾਲ ਲਾ ਕੇ ਰੱਖੇ। ਧੰਨ ਗੁਰੂ ਅਮਰਦਾਸ ਪਹਿਲੇ ਦਿਨ ਜਿੱਦਣ ਮਿਲੇ ਆਪਣੇ ਹੱਥ ਵਿੱਚ ਬਾਬੇ ਜੇਠੇ ਦਾ ਹੱਥ ਪਕੜਿਆ, ਸਿਰ ਤੇ ਹੱਥ ਰੱਖ ਕੇ ਕਹਿੰਦੇ ਨੇ, ਸਤਿਗੁਰੂ ਗੁਰੂ ਨਾਨਕ ਸਾਹਿਬ ਇਸ ਬੱਚੇ ਉੱਤੇ ਬੜੀਆਂ ਰਹਿਮਤਾਂ ਕਰਨਗੇ। ਬਾਬਾ ਜੇਠਾ ਜੀ ਨੇ ਉਸ ਦਿਨ ਤੋਂ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦੀ ਸੇਵਾ ਬਾਖੂਬੀ ਨਿਭਾਈ। ਇਤਿਹਾਸ ਵਿੱਚ ਇੱਕ ਬੜੀ ਪਿਆਰੀ ਤੰਦ ਲਿਖੀ ਹੈ ਕਿ ਗੁਰੂ ਅਮਰਦਾਸ ਪੁੱਛਦੇ ਨੇ, ਭਲਿਓ ਦਿਨ ਦੇ ਵਿੱਚ ਸਵੇਰ ਵੇਲੇ ਵੇਖਦੇ ਹਾਂ ਲੰਗਰ ਦੀ ਬਿਲਕੁਲ ਸਫਾਈ, ਭਾਂਡੇ ਧੋ ਕੇ ਰੱਖੇ ਹੁੰਦੇ ਨੇ, ਕੌਣ ਰੱਖ ਜਾਂਦਾ ਹੈ? ਸਿੱਖ ਕਹਿੰਦੇ ਨੇ ਮਹਾਰਾਜ ਭਾਈ ਜੇਠਾ। ਫਿਰ ਪੁੱਛਦੇ ਨੇ ਕਿ ਲੰਗਰ ਦੀ ਸੇਵਾ ਬਣਾਉਂਦਾ ਕੌਣ ਹੈ? ਮਹਾਰਾਜ ਜੀ ਭਾਈ ਜੇਠਾ। ਜਿੱਥੇ ਸੰਗਤ ਸੱਜਦੀ ਹੈ ਦਰਬਾਰ ਲੱਗਦਾ ਹੈ, ਝਾੜੂ ਫੇਰ ਕੇ ਦਰਿਆ ਕੌਣ ਵਿਛਾਉਂਦਾ ਹੈ? ਤਾਂ ਵੀ ਸਿੱਖ ਕਹਿੰਦੇ ਨੇ ਮਹਾਰਾਜ ਭਾਈ ਪਾਰੋ ਤੇ ਭਾਈ ਜੇਠਾ। ਉਸ ਦਿਨ ਐਸੀ ਸੇਵਾ ਸਾਹਿਬ ਦੇ ਘਰ ਦੇ ਵਿੱਚ ਲੱਗੀ। ਇੱਕ ਬਚਨ ਹੈ ਜੀ ਸੇਵਾ ਦੇ ਬਾਬਤ, ਮੈਂ ਕਹਿ ਕੇ ਇਤਿਹਾਸ ਫਿਰ ਅੱਗੇ ਕਵਾਂ। ਸਹਿਸਕ੍ਰਿਤੀ ਸਲੋਕਾਂ 'ਚ ਕਦੀ ਬਚਨ ਪੜ੍ਹਿਓ, ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ, ਪਾਛੰ ਪਰੋਤ ਅਗਰਣੀ ਮੈਂ, ਜਿਹੜੇ ਪਿੱਛੇ ਰਹਿ ਜਾਂਦੇ ਨੇ ਉਹ ਅੱਗੇ ਲੰਘ ਜਾਂਦੇ ਨੇ। ਪਾਛੰ ਪਰੋਤ ਅਗਰਣੀ ਮੈਂ ਨਿਰਾਸੰ ਆਸ ਪੂਰਨ, ਨਿਰਾਸਿਆਂ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ। ਭਗਤਿਆਂ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ, ਫਿਰ ਕਹਿੰਦੇ ਨੇ ਪਾਰ ਬ੍ਰਹਮ ਪੁਰਖ ਦਾ ਤਾਰੈ ਨਾਨਕ ਗੁਰ ਸੇਵਾ ਕਿੰਨਾ ਲੱਭੇ, ਅਤੇ
ਗੁਰੂ ਦੀ ਸੇਵਾ ਤੋਂ ਕੀ ਨਹੀਂ ਮਿਲਦਾ। ਐਸੀ ਗੁਰੂ ਅਮਰਦਾਸ ਦੇ ਘਰ ਦੀ ਸੇਵਾ ਭਾਈ ਜੇਠਾ ਜੀ ਨੇ ਕੀਤੀ। ਸਮਾਂ ਆਇਆ, ਇੱਥੇ ਬੌੜੀ ਸਾਹਿਬ ਦੀ ਕਾਰ ਸੇਵਾ ਆਰੰਭ ਹੋਈ। ਬੌੜੀ ਦੀ ਕਾਰ ਸੇਵਾ ਜਦਣ ਆਰੰਭ ਹੋਣੀ ਹੈ, ਧੰਨ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ ਸੇਵਾ ਲਾਈ ਕਿ ਬੌੜੀ ਦਾ ਟੱਕ ਤੁਸੀਂ ਲਾਓ। ਅਰਦਾਸ ਕੀਤੀ ਸਿੱਖਾਂ, ਬੌੜੀ ਦਾ ਟੱਕ ਬਾਬਾ ਬੁੱਢਾ ਸਾਹਿਬ ਜੀ ਨੇ ਲਾਇਆ। ਅੱਜ ਵੀ ਉਸ ਬੌੜੀ ਸਾਹਿਬ 'ਚ ਕੋਈ ਸਿੱਖ ਇਸ਼ਨਾਨ ਕਰਦਾ ਹੈ, ਯਾਦ ਰੱਖਿਓ ਇਸ ਬੌੜੀ ਦੇ ਵਿੱਚੋਂ ਜਿੰਨੀ ਮਿੱਟੀ ਨਿਕਲੀ ਧੰਨ ਗੁਰੂ ਅਮਰਦਾਸ ਦੇ ਉਸ ਘਰ 'ਚ ਰਹਿਣ ਵਾਲੇ ਸਿਦਕੀ ਸਿੱਖ ਗੁਰੂ ਰਾਮਦਾਸ ਨੇ ਇਸ ਮਿੱਟੀ ਨੂੰ ਆਪਣੇ ਤਨ ਤੇ ਢੋਇਆ। ਸਾਹਿਬ ਗੁਰੂ ਰਾਮਦਾਸ ਜੀ ਸੇਵਾ ਕਰਦੇ ਨੇ। ਧੰਨ ਗੁਰੂ ਅਮਰਦਾਸ ਜੀ ਦਾ ਪਰਿਵਾਰ ਬੀਬੀ ਮਨਸਾ ਦੇਵੀ ਇੱਕ ਦਿਨ ਬੈਠਿਆਂ ਕਹਿੰਦੇ ਨੇ ਬਾਬਾ ਅਮਰਦਾਸ ਜੀ ਨੂੰ, ਕਹਿਣ ਲੱਗੇ ਸਤਿਗੁਰੂ ਪੁੱਤਰੀਆਂ ਜਵਾਨ ਹਨ ਤੇ ਵੱਡੀ ਸੁਪੁੱਤਰੀ ਹੈ ਬੀਬੀ ਭਾਨੀ, ਕਿਉਂ ਨਾ ਹੋਵੇ ਵਕਤ ਦੇ ਨਾਲ ਇਹਦੇ ਹੱਥ ਪੀੜੇ ਕਰ ਦਿੱਤੇ ਜਾਣ, ਭਾਵ ਇਹਦਾ ਵਿਆਹ ਕੀਤਾ ਜਾਵੇ। ਤੇ ਗੁਰੂ ਅਮਰਦਾਸ ਸੁਭਾਵਕ ਪੁੱਛਦੇ ਨੇ, ਮਾਂ ਹੋ ਤੁਸੀਂ ਕਿਹੋ ਜਿਹਾ ਵਰ ਚਾਹੁੰਦੇ ਹੋ, ਕਿੱਦਾਂ ਦਾ ਵਰ ਮੇਰੇ ਪੁੱਤਰੀ ਨੂੰ? ਤੇ ਸਾਹਮਣੇ ਗੁਰੂ ਅਮਰਦਾਸ ਵੇਖ ਰਹੇ ਨੇ, ਗੁਰੂ ਰਾਮਦਾਸ ਦੇ ਸੀਸ ਤੇ ਟੋਕਰੀ ਹੈ, ਉਹ ਭਰ ਕੇ ਤੁਰੇ ਆ ਰਹੇ ਨੇ। ਬੀਬੀ ਮਨਸਾ ਦੇਵੀ ਕਹਿੰਦੇ ਨੇ, ਵਰ ਲੱਭਣਾ ਹੋਵੇ ਤੇ ਜਿੱਦਾਂ ਦਾ ਜੇਠਾ ਇੱਦਾਂ ਦਾ ਬੇਟਾ ਕੋਈ ਮਿਲ ਜਾਵੇ। ਧੰਨ ਗੁਰੂ ਅਮਰਦਾਸ ਕਹਿੰਦੇ ਨੇ, ਜੇਠੇ ਵਰਗਾ ਸਿਰਫ ਜੇਠਾ ਹੈ, ਕੋਈ ਦੂਜਾ ਨਹੀਂ। ਹੁਣ ਇਹਨਾਂ ਸਵਾਲਾਂ ਨੂੰ ਵਿਦਵਾਨਾਂ ਬਹੁਤ ਭਾਵਨਾ ਦੇ ਵਹਿਣ 'ਚ ਲਿਖਿਆ, ਕਹਿੰਦੇ ਨੇ ਸਿੱਖਾ, ਦੁਨੀਆਂ ਦੇ ਉੱਤੇ ਜਿੰਨੀਆਂ ਕੌਮਾਂ ਆਈਆਂ ਨੇ, ਵਿਦਵਾਨਾਂ 300 ਦੇ ਕਰੀਬ ਧਰਮ ਮੰਨੇ, ਹਰੇਕ ਧਰਮ ਦਾ ਕੋਈ ਨਾ ਕੋਈ ਮੁਖੀ ਹੋਇਆ, ਉਸਤਾਦ ਗੁਰੂ ਹੋਇਆ, ਪਰ ਯਾਦ ਰੱਖਿਓ ਕੋਈ ਵੀ ਪੈਰੋਕਾਰ ਨੇ ਪਹਿਲੀ ਗੱਲ ਤੇ ਆਪਣੀ ਗੱਦੀ ਨੇ ਅੱਗੇ ਧੋਈ, ਭਾਵ ਜੋ ਮੁਹੰਮਦ ਸਾਹਿਬ ਕਰ ਗਏ ਉਹ ਲਾਸਟ ਸੀ, ਉਹ ਤੋਂ ਅੱਗੇ ਕੁਝ ਨਹੀਂ। ਜੋ ਸ੍ਰੀ ਰਾਮ ਚੰਦਰ ਕਰ ਗਏ ਕੋਈ ਗੱਦੀ ਨਹੀਂ ਚੱਲੀ, ਕੋਈ ਚੇਲਾ ਨਹੀਂ ਬਣਾਇਆ, ਆਪਣੀ ਕੌਮ ਦੇ ਨਾਲ ਥੋੜਾ ਥੋੜਾ ਸਮਾਂ ਗੁਜ਼ਾਰਿਆ ਉਹਨਾਂ ਲੋਕਾਂ। ਪਰ ਕਹਿੰਦੇ ਸਿੱਖਾਂ, ਬਾਬੇ ਨਾਨਕ ਤੋਂ ਬਲਿਹਾਰ ਜਾ, ਦੁਨੀਆਂ 'ਚ ਇੱਕੋ ਹੀ ਕੌਮ ਹੈ, ਸਿੱਖ ਧਰਮ ਐਸਾ ਹੈ ਜਿਹਦੇ 'ਚ ਗੁਰੂ ਸਾਹਿਬਾਂ ਨੇ 239 ਸਾਲ ਗੁਜ਼ਾਰੇ ਆਪਣੀ ਕੌਮ ਨਾਲ, ਇੱਕ ਇੱਕ ਪਲ ਜਿਹੜਾ ਹੈ ਕੌਮ ਨੂੰ ਸਿਖਾਇਆ। ਇੱਥੇ ਮੈਂ ਅਰਜ਼ੀ ਕਰਨੀ ਚਾਹੁੰਦਾ, ਅਸੀਂ ਧੀਆਂ ਦੇ ਬੱਚੀਆਂ ਬੱਚਿਆਂ ਦੇ ਰਿਸ਼ਤੇ ਕਰਦੇ ਹਾਂ, ਗੁਰਮੁਖੋ ਕਦੀ ਗੁਰੂ ਅਮਰਦਾਸ ਦਾ ਇੱਕ ਬੋਲ ਹਿਰਦੇ 'ਚ ਯਾਦ ਰੱਖੀਏ। ਬੀਬੀ ਮਨਸਾ ਦੇਵੀ ਕਹਿੰਦੇ ਨੇ, ਜੇਠਾ ਠੀਕ ਹੈ ਪਰ ਜੇਠੇ ਕੋਲ ਘਰ ਕੋਈ ਨਹੀਂ, ਜੇਠੇ ਦੇ ਮਾਂ ਬਾਪ ਨਹੀਂ ਸਤਿਗੁਰੂ, ਜੇਠੇ ਕੋਲ ਤੇ ਆਪ ਖਾਣ ਨੂੰ ਰੋਟੀ ਨਹੀਂ, ਇਹ ਘਰ ਨੂੰ ਕਿੱਥੋਂ ਖਵਾਏਗਾ? ਧੰਨ ਗੁਰੂ ਅਮਰਦਾਸ ਕਹਿੰਦੇ ਨੇ, ਸੰਸਾਰੀ ਤੌਰ ਤੇ ਤੇਰੀ ਗੱਲ ਹੋਏਗੀ ਪਰ ਸੱਚ ਦੱਸਾਂ, ਤੂੰ ਕਹਿੰਦੀ ਹੈ ਜੇਠੇ ਦਾ ਮਾਂ ਬਾਪ ਕੋਈ ਨਹੀਂ, ਆਉਣ ਵਾਲੇ ਸਮੇਂ 'ਚ ਜਦੋਂ ਵੀ ਕੋਈ ਇਹਦਾ ਨਾਂ ਲਿਆ ਕਰੇਗਾ, ਸੋਢੀ ਸੁਲਤਾਨ ਗੁਰੂ ਰਾਮਦਾਸ ਪਿਤਾ ਕਹਿ ਕੇ ਨਾਂ ਲਿਆ ਕਰੇਗਾ। ਤੂੰ ਕਹਿੰਦੀ ਹੈ ਇਹਦੇ ਕੋਲ ਘਰ ਨਹੀਂ, ਸੱਚ ਦੱਸਾਂ ਇਹਦੇ ਘਰ ਦੇ ਵਿੱਚ ਲੋਕ ਦਿਨ ਰਾਤ ਰਹਿਣ ਲਈ ਤਰਸਿਆ ਕਰਨਗੇ। ਤੂੰ ਕਹਿੰਦੀ ਹੈ ਇਹਦੇ ਕੋਲ ਰੋਟੀ ਨਹੀਂ, ਇਹਦੀ ਰੋਟੀ ਤੇ ਛੱਡ, ਜਿਹੜਾ ਇਹਦੇ ਦਰ ਤੇ ਆਇਆ ਕਰੇਗਾ ਉਹ ਕਦੇ ਭੁੱਖਾ ਨਹੀਂ ਮੁੜਿਆ ਕਰੇਗਾ। ਇਹ ਗੁਰੂ ਅਮਰਦਾਸ ਦੇ ਬਚਨ ਸਨ। ਪਰ ਗੁਰੂ ਅਮਰਦਾਸ ਤੋਂ ਬਲਿਹਾਰ ਜਾਇਓ ਗੁਰਮੁਖੋ, ਸਤਿਗੁਰੂ ਨੇ ਇਹ ਨਹੀਂ ਵੇਖਿਆ ਜਿਹਦੇ ਵੱਲ ਪੁੱਤਰੀ ਵਿਆਹਣੀ ਹੈ ਉਹਦਾ ਬੈਂਕ ਬੈਲੈਂਸ ਕੀ ਹੈ, ਉਹਨਾਂ ਇਹ ਨਹੀਂ ਵੇਖਿਆ ਇਹਦਾ ਪਿਛੋਕੜ ਕੀ ਹੈ, ਉਹਨਾਂ ਇਹ ਨਹੀਂ ਵੇਖਿਆ ਇਹਦਾ ਕੰਮ ਕੀ ਹੈ। ਸਿੱਖ ਦਾ ਪਹਿਲਾ ਫਰਜ਼ ਹੈ ਬੱਚੀ ਬੱਚੇ ਦਾ ਰਿਸ਼ਤਾ ਕਰਿਓ, ਇਹ ਜ਼ਰੂਰ ਵੇਖੇ ਜਿਹਦੇ ਨਾਲ ਮੈਂ ਨਾਤਾ ਜੋੜ ਰਿਹਾ ਉਹ ਧਰਮੀ ਕਿੰਨਾ ਹੈ, ਕਿੰਨਾ ਕੁ ਨਹੀਂ, ਉਹਦੇ ਅੰਦਰ ਨੇਮ ਕਿੰਨਾ ਹੈ, ਸਤਿਗੁਰੂ ਦੇ ਲਈ ਸ਼ਰਧਾ ਕਿੰਨੀ ਹੈ। ਸਿਰਫ ਤੇ ਸਿਰਫ ਅਸੀਂ ਧੰਨ
ਤੇ ਜ਼ਿੰਦਗੀ ਦੀ ਸੈਟਲ ਵੇਖਦੇ ਆ, ਸ਼ਾਇਦ ਅੰਦਰ ਦੀਆਂ ਭਾਵਨਾਵਾਂ ਕਦੀ ਕਿਸੇ ਨੇ ਨਾ ਵੇਖੀਆਂ। ਰਿਸ਼ਤੇ ਜੁੜਦੇ ਵੀ ਮਾਫ ਕਰੇ ਹੋਏ ਤੇ ਟੁੱਟਣ ਨੂੰ ਵੀ ਦੇਰ ਨਹੀਂ ਲੱਗਦੀ। ਪਰ ਗੁਰੂ ਅਮਰਦਾਸ ਦਾ ਬਚਨ ਪਰਿਵਾਰ ਨੇ ਕਮਾਇਆ। ਸਨ 1534 ਵਿੱਚ ਪ੍ਰਕਾਸ਼, 1553 ਈਸਵੀ ਦੇ ਵਿੱਚ ਬੀਬੀ ਭਾਨੀ ਜੀ ਦੇ ਨਾਲ ਹਜ਼ੂਰ ਦਾ ਵਿਆਹ ਹੁੰਦਾ ਹੈ ਔਰ ਇਸੇ ਘਰ ਦੇ ਵਿੱਚ ਗੋਇੰਦਵਾਲ ਸਾਹਿਬ ਤੋਂ ਬਿਲਕੁਲ ਨਾਲ ਬੌੜੀ ਸਾਹਿਬ ਦੇ ਇੱਕ ਗੁਰਦੁਆਰਾ ਹੈ, ਗੁਰਦੁਆਰਾ ਚੁਬਾਰਾ ਸਾਹਿਬ, ਜਿਹਨੂੰ ਬੀਬੀ ਭਾਨੀ ਜੀ ਦਾ ਖੂਹ ਵੀ ਕਹਿੰਦੇ ਨੇ। ਇਸੇ ਅਸਥਾਨ ਤੇ ਸਤਿਕਾਰਯੋਗ ਬਾਬਾ ਪ੍ਰਿਥੀ ਚੰਦ, ਬਾਬਾ ਮਹਾਂਦੇਵ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਤਿੰਨਾਂ ਪੁੱਤਰਾਂ ਦਾ ਜਨਮ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੁੰਦਾ ਔਰ ਇੱਥੇ ਵਿਚਰਦਿਆਂ ਹੋਇਆ ਬੜੀ ਪਿਆਰੀ ਸਾਖੀ ਇੱਕ ਗੁਰਮੁਖ ਵਿਦਵਾਨਾਂ ਲਿਖੀ। ਮੈਂ ਫਿਰ ਬੇਨਤੀ ਕਰਾਂ, ਗੁਰਮੁਖੋ ਸਿੱਖ ਹੋਣਾ, ਧਰਮੀ ਹੋਣਾ, ਜਿੱਦਣ ਬਾਬੇ ਨਾਨਕ ਦੇ ਘਰ ਵੱਲ ਚੱਲੋਗੇ ਕੁਝ ਇੱਕ ਦੁਨੀਆਂ ਦੇ ਲੋਕਾਂ ਦੇ ਅਲਫਾਜ਼ ਜ਼ਰੂਰ ਸੁਣਨੇ ਪੈਂਦੇ। ਦੋ ਮੈਂ ਬਚਨ ਕਹਿ ਜਾਵਾਂ ਹਜ਼ੂਰ ਦੀ ਬਾਣੀ ਚੋਂ। ਪਹਿਲੇ ਬਚਨ ਚ ਮਹਾਰਾਜ ਕਹਿੰਦੇ ਨੇ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਈ, ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਇੱਥੇ ਰੱਬ ਦੇ ਘਰ ਦੀ ਕਸੌਟੀ ਲੱਗਣੀ ਹੈ, ਪਰ ਹੋਣੀ ਏ ਪਾਸ ਉਹਨੇ ਹੋਣਾ ਜਿਹੜਾ ਸੱਚਾ ਹੈ, ਜਿਹੜਾ ਝੂਠਾ ਹੋਏਗਾ ਉਹ ਰਹਿ ਜਾਏਗਾ। ਦੂਸਰੇ ਬਚਨ ਨੂੰ ਸੁਣਿਓ, ਮਹਾਰਾਜ ਕਹਿੰਦੇ ਨੇ, ਕਬੀਰ ਲਾਗੀ ਪ੍ਰੀਤ ਸੁਜਾਨ ਸਿਉ, ਬਰਜੈ ਲੋਕ ਅਜਾਨ ਤਾਂ ਸਿਉ ਤੂਟੀ ਕਿਉ ਬਣੇ ਜਾ ਕੇ ਜੀ ਪਰਾ। ਜਿਸ ਦਿਨ ਕੋਈ ਧਰਮੀ ਬਣਨ ਦਾ ਯਤਨ ਕਰਦਾ ਹੈ, ਭਾਵ ਗੁਰਦੁਆਰੇ ਨਾਲ ਜੁੜਦਾ ਹੈ, ਲੋਕ ਕਹਿੰਦੇ ਨੇ ਤੂੰ ਕਦੋਂ ਦਾ ਬਾਬਾ ਬਣ ਗਿਆ। ਕੋਈ ਨਸ਼ਿਆਂ ਨੂੰ ਛੱਡ ਕੇ ਸਹੀ ਰਸਤੇ ਤੇ ਚੱਲੇ, ਕਹਿੰਦੇ ਨੇ ਲੈ ਇਹਨੂੰ ਛੱਡੋ, ਇਹ ਆਪਣੇ ਕੰਮੋਂ ਗਿਆ। ਹੋ ਸਿਰਫ ਲੋਕਾਂ ਦੀ ਗੱਲ, ਇਹ ਕੁਝ ਹੋਇਆ। ਗੁਰੂ ਰਾਮਦਾਸ ਮਹਾਰਾਜ ਜੀ ਦਾ ਵਿਆਹ ਹੁੰਦਾ ਹੈ, ਪਰਿਵਾਰ ਮਿਲਦਾ ਹੈ। ਇਹਨਾਂ ਦਿਨਾਂ ਵਿੱਚ ਸੋਢੀ ਕੁੱਲ ਦੇ ਲੋਕ ਲਾਹੌਰੋਂ ਚੱਲ ਕੇ ਆਏ, ਉਹਨਾਂ ਦੇ ਕੰਨੀ ਇਹ ਗੱਲ ਪਈ ਕਿ ਸੁਣਿਆ ਹੈ ਗੁਰੂ ਅਮਰਦਾਸ ਜੀ ਜਿਹੜੇ ਸਿੱਖਾਂ ਦੇ ਗੁਰੂ ਨੇ, ਉਹਨੇ ਆਪਣੀ ਬੇਟੀ ਦਾ ਵਿਆਹ ਸਾਡੇ ਜੇਠੇ ਨਾਲ ਕਰ ਦਿੱਤਾ ਤੇ ਗੁਰੂ ਅਮਰਦਾਸ ਦੇ ਘਰ ਦੀਆਂ ਰਹਿਮਤਾਂ ਤੇ ਬੜੀਆਂ ਵੱਡੀਆਂ ਨੇ, ਚਲੋ ਆਏ ਹਾਂ, ਕਿਉਂ ਨਾ ਹੋਵੇ ਅੱਜ ਹਰਦਾਸ ਦੇ ਪੁੱਤ ਜੇਠੇ ਨੂੰ ਮਿਲ ਚੱਲੀਏ, ਰਾਤ ਇਹਦੇ ਕੋਲ ਰੁਕਾਂਗੇ, ਵੇਖਾਂਗੇ ਕਿੰਨੀ ਸ਼ਾਨੋ ਸ਼ੌਕਤ ਵਿੱਚ ਰਹਿ ਰਹੇ। ਗੱਲਾਂ ਕਰਦਿਆਂ ਕਰਦਿਆਂ ਇਹ ਸੋਢੀ ਕੁੱਲ ਦੇ ਲੋਕ ਗੋਇੰਦਵਾਲ ਸਾਹਿਬ ਆਏ ਜੀ। ਜਦੋਂ ਇੱਥੇ ਪਹੁੰਚੇ ਹਨ ਤੇ ਕੀ ਵੇਖਿਆ, ਬੌੜੀ ਦੀ ਕਾਰ ਸੇਵਾ ਚੱਲਦੀ ਹੈ। ਬੌੜੀ ਦੇ ਵਿੱਚੋਂ ਲੋਕ ਮਿੱਟੀ ਕੱਢ ਕੱਢ ਕੇ ਬਾਹਰ ਲਿਆ ਰਹੇ ਨੇ। ਇੱਕ ਨੌਜਵਾਨ ਵੇਖਿਆ, ਉਹਦੇ ਚਿਹਰੇ ਉੱਤੇ ਪ੍ਰਕਾਸ਼ ਦਾੜਾ, ਬਸਤਰ ਪਾਏ ਹੋਏ ਪਰ ਸਾਰੇ ਬਸਤਰ ਮਿੱਟੀ ਨਾਲ ਲਿਬੜੇ ਪਏ, ਚਿਹਰਾ ਹੱਥ ਬਾਹਾਂ ਮਿੱਟੀ ਨਾਲ ਲਿਬੜੀਆਂ ਪਈਆਂ ਨੇ। ਉਹਦੇ ਕੋਲ ਇੱਕ ਸੋਢੀ ਕੁੱਲ ਦਾ ਬੰਦਾ ਜਾ ਕੇ ਕਹਿੰਦਾ, ਪੁੱਤਰਾ ਮੈਂ ਦੋ ਗੱਲਾਂ ਕਰਨੀਆਂ ਨੇ ਤੇਰੇ ਨਾਲ, ਮਿੱਟੀ ਜਿਹੜੀ ਸੀ ਟੋਕਰੀ ਭਰੀ ਹੋਈ ਉਹ ਲਾਹ ਦੇ। ਹੱਥ ਜੋੜ ਕੇ ਨਮਸਕਾਰ ਕੀਤੀ, ਕਹਿਣ ਲੱਗੇ ਆਓ, ਕਹਿੰਦੇ ਗੁਰੂ ਅਮਰਦਾਸ ਕਿੱਥੇ ਨੇ? ਤੇ ਉਹਨਾਂ ਆਖਿਆ ਗੁਰੂ ਅਮਰਦਾਸ ਦਰਬਾਰ ਵਿੱਚ ਨੇ। ਕਹਿਣ ਲੱਗੇ ਅਸਾਂ ਸੁਣਿਆ ਹੈ ਇੱਥੇ ਇੱਕ ਸਾਡਾ ਬੱਚਾ ਰਹਿੰਦਾ ਜੇਠਾ, ਔਰ ਅਸੀਂ ਉਹਨੂੰ ਮਿਲਣ ਆਏ ਹਾਂ। ਜਦੋਂ ਇੰਨੀ ਗੱਲ ਆਖੀ, ਬਾਬੇ ਜੇਠੇ ਨੇ ਪਛਾਣ ਲਿਆ ਚਾਚੇ ਤਾਇਆ। ਅੱਗੇ ਵਧੇ, ਝੋਕੇ ਗੋਡੀ ਹੱਥ ਲਾਏ, ਪੈਰੀ ਹੱਥ ਲਾਏ, ਨਮਸਕਾਰ ਕੀਤੀ, ਕਹਿਣ ਲੱਗੇ ਪਛਾਣੋ ਜੀ, ਮੈਂ ਤੁਹਾਡਾ ਜੇਠਾ। ਇੰਨੀ ਗੱਲ ਕਹਿਣ ਦੀ ਦੇਰ ਹੈ, ਉਹ ਸਾਰੇ ਅੱਗ ਬਬੂਲੇ ਹੋ ਗਏ। ਕਹਿਣ ਲੱਗੇ ਜੇਠਿਆ, ਅਸੀਂ ਤੇ ਇੱਕੋ ਹੀ ਲਫ਼ਜ਼ ਕਵਾਂਗੇ, ਚੰਗਾ ਹੁੰਦਾ ਜਿੱਦਣ ਤੇਰਾ ਪਿਓ ਮਰਿਆ ਸੀ ਕਿਤੇ ਤੂੰ ਨਾਲ ਹੀ ਮਰ ਜਾਂਦਾ। ਇਹ ਲਫ਼ਜ਼ ਹੈ ਬਿਲਕੁਲ ਇਤਿਹਾਸ ਚਿੰਨ ਬਿਨ ਲਿਖੇ ਨੇ। ਧੰਨ ਗੁਰੂ ਅਮਰਦਾਸ ਕੋਲ ਆਏ, ਕਹਿਣ ਲੱਗੇ ਕੀ ਪੇ ਕਹਿੰਦੇ ਹੋ?
ਆਖਿਆ ਜੇ ਸਹੁਰਿਆਂ ਦੇ ਘਰ 'ਚ ਟੋਕਰੀ ਢੋਣੀ ਸੀ ਤੂੰ ਤੇ ਸੋਢੀ ਕੁੱਲ ਨੂੰ ਦਾਗ ਲਾ ਕੇ ਰੱਖ ਦਿੱਤਾ। ਸਹੁਰਿਆਂ ਦੇ ਘਰ ਟੋਕਰੀ ਢੋਣੀ ਸੀ ਉੱਥੇ ਰਹਿ ਜਾਂਦਾ, ਕਿਸੇ ਦੇ ਘਰੇ ਦਿਹਾੜੀ ਕਰ ਲੈਂਦਾ ਤੇ ਚੰਗਾ ਸੀ, ਪਰ ਐਸਾ ਦਾਗ ਲਾ ਦਿੱਤਾ ਤੂੰ ਕਦੀ ਨਹੀਂ ਲੈਣਾ। ਤੇ ਬਾਬਾ ਜੇਠਾ ਜੀ ਚੁੱਪ ਨੇ ਬਿਲਕੁਲ। ਗੁਰੂ ਅਮਰਦਾਸ ਧਰਤੀ ਵੱਲ ਵੇਖਦੇ ਨਜ਼ਰਾਂ ਗੱਡੀਆਂ ਪਈਆਂ। ਮਹਾਰਾਜ ਕਹਿੰਦੇ ਨੇ ਭਲਿਓ ਪੁਰਸ਼ੋ ਕੀ ਪੈ ਕਹਿੰਦੇ ਹੋ ਕਿ ਤੁਹਾਡੀ ਕੁੱਲ ਨੂੰ ਦਾਗ ਲੱਗਣਾ ਸੀ। ਸੱਚ ਇਹ ਹੈ ਜੇ ਤੁਹਾਡੀ ਕੁੱਲ ਵਿੱਚ ਜੇਠਾ ਨਾ ਜੰਮਦਾ ਤੁਹਾਡੀ ਕੁੱਲ ਹੀ ਖਤਮ ਹੋ ਜਾਣੀ ਸੀ। ਤੁਹਾਡੇ ਪਿਤਰਾਂ ਨੇ ਨਰਕਾਂ 'ਚ ਡਿੱਗਣਾ ਸੀ ਜਾ ਕੇ, ਤੁਸੀਂ ਕਿਸ ਚੀਜ਼ ਦੀ ਗੱਲ ਕਰਦੇ? ਇਹ ਮਿੱਟੀ ਨਾਲ ਲਿਬੜਨ ਵਾਲੀ ਟੋਕਰੀ ਨਹੀਂ, ਇਹ ਤੁਹਾਨੂੰ ਟੋਕਰੀ ਦਿਸਦੀ ਹੈ ਪਰ ਇਹਦੇ ਸੀਸ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਛਤਰ ਪਿਆ ਚੁੰਦਾ। ਜਿਹਨੇ ਸੇਵਾ ਕੀਤੀ, ਜਿਹਨੇ ਭਾਵਨਾ ਰੱਖੀ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਇਹ ਬਚਨ ਕਹਿ ਕੇ ਤੁਰ ਗਏ, ਉਹ ਲੋਕ ਆਪਣੇ ਰਾਹੀ ਪੈ ਗਏ। ਧੰਨ ਗੁਰੂ ਰਾਮਦਾਸ ਨੇ ਆ ਕੇ ਗੁਰੂ ਅਮਰਦਾਸ ਦੇ ਚਰਨਾਂ ਨੂੰ ਪਰਸਿਆ, ਸੱਚੇ ਪਾਤਸ਼ਾਹ ਇਹਨਾਂ ਨੂੰ ਤੇਰੇ ਘਰ ਬਾਰੇ ਕੁਝ ਵੀ ਪਤਾ ਨਹੀਂ, ਕਿਰਪਾ ਕਰਿਓ ਸਤਿਗੁਰੂ ਇਹਨਾਂ ਨੂੰ ਖਿਮਾ ਕਰ ਦੇਣਾ ਚਾਹੀਦਾ। ਮਹਾਰਾਜ ਮੈਂ ਖਿਮਾ ਮੰਗਦਾ ਹਾਂ, ਪਤਾ ਨਹੀਂ ਮੇਰਾ ਕਰਕੇ ਤੁਹਾਨੂੰ ਕਿੰਨੇ ਕੁ ਬਚਨ ਸੁਣਨੇ ਪੈਣੇ ਹੋਣਗੇ। ਸਤਿਗੁਰੂ ਗੁਰੂ ਅਮਰਦਾਸ ਕਹਿੰਦੇ ਨੇ ਨਹੀਂ ਜੇਠਿਆ, ਇਹ ਦਰ ਐਸਾ ਹੈ ਜਿਹੜਾ ਜਿਹੜੀ ਭਾਵਨਾ ਨਾਲ ਆਉਂਦਾ ਹੈ ਉਹਦੀ ਝੋਲੀ ਉਸੇ ਰਹਿਮਤ ਨਾਲ ਭਰਦੀ ਹੈ। ਤੇ ਵਿਦਵਾਨ ਪੁਰ ਕਹਿੰਦੇ ਨੇ ਹਜ਼ੂਰ ਨੇ ਇਸੇ ਦਾਤ ਨੂੰ ਵੇਖ ਕੇ ਉਹਨਾਂ ਦੀ ਰਚਨਾ ਤੋਂ ਸ਼ਬਦ ਨਿਕਲਿਆ ਹੋਏਗਾ, ਅਬ ਹਮ ਚਲੀ ਠਾਕੁਰ ਪੈਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਤ ਪ੍ਰਭੂ ਭਾਵੇਂ ਮਾਰ ਲੋਕਨ ਕੀ ਚਤੁਰਾਈ ਉਪਮਾ ਤੇ ਮੈਂ ਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦੀਓ ਹੈ ਤਾਰ। ਲੋਕ ਜੋ ਮਰਜ਼ੀ ਕਹਿੰਦੇ ਰਹਿਣ ਪਰ ਬਾਬੇ ਜੇਠੇ ਨੇ ਸੇਵਾ ਰੱਜ ਕੇ ਨਿਭਾਈ। ਸਮਾਂ ਆਇਆ ਜੀ ਸੰਨ 1573 ਦਾ, ਸ਼ਾਮ ਦਾ ਵੇਲਾ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਸਾਰੇ ਪਰਿਵਾਰ ਨੂੰ ਸੱਦਿਆ। ਸੱਚੇ ਪਾਤਸ਼ਾਹ ਕਹਿੰਦੇ ਨੇ ਅੱਜ ਦਿਨ ਰਾਤ ਅਸੀਂ ਇੱਥੇ ਮੁਸਾਫਰ ਹਾਂ, ਸਵੇਰੇ ਆਪਣੀ ਮੰਜ਼ਿਲ ਤੇ ਚਲੇ ਜਾਣਾ, ਦੱਸ ਦਿੱਤਾ ਅਸਾਂ ਨੇ ਤੁਰ ਜਾਣਾ। ਸੰਗਤ ਬੈਠੀ ਹੈ, ਸਵੇਰ ਦਾ ਚੜਾਅ ਹੋਇਆ ਜੀ। ਬਾਬਾ ਬੁੱਢਾ ਜੀ ਨੂੰ ਆਖਿਆ ਜਾਓ ਜੇਠੇ ਨੂੰ ਇਸ਼ਨਾਨ ਕਰਾ ਕੇ ਬਸਤਰ ਪਵਾ ਕੇ ਲਿਆਓ, ਔਰ ਇਹਦੀ ਦਸਤਾਰ ਬਾਬਾ ਬੁੱਢਾ ਜੀ ਤੁਸੀਂ ਹੱਥੀਂ ਸਾਜਿਆ ਜੀ। ਬਾਬਾ ਬੁੱਢਾ ਜੀ ਨੇ ਸੇਵਾ ਨਿਭਾਈ, ਸਤਿਗੁਰੂ ਗੁਰੂ ਅਮਰਦਾਸ ਦੇ ਚਰਨਾਂ 'ਚ ਗੁਰੂ ਰਾਮਦਾਸ ਆਏ। ਸਾਹਿਬ ਕਹਿੰਦੇ ਨੇ ਤੁਸੀਂ ਗੁਰਦਾ ਗੱਦੀ ਤੇ ਬੈਠੋ। ਧੰਨ ਗੁਰੂ ਰਾਮਦਾਸ ਬਾਬੇ ਜੇਠੇ ਦੀਆਂ ਅੱਖਾਂ ਭਰ ਗਈਆਂ, ਮਹਾਰਾਜ ਮੈਂ ਇਸ ਜੋਗਾ ਨਹੀਂ। ਹਜ਼ੂਰ ਕਹਿੰਦੇ ਅਸੀਂ ਕਹਿ ਰਹੇ ਹਾਂ ਤੁਸੀਂ ਬੈਠੋ। ਥੜੇ ਦੇ ਉੱਪਰ ਨਿਰੰਜਨੀ ਛਤਰ ਦੇ ਹੇਠਾਂ ਬਿਠਾਇਆ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਖੁਦ ਆਪ ਮੱਥਾ ਟੇਕਿਆ, ਪਰਿਕਰਮਾ ਕੀਤੀ, ਸੰਗਤ ਨੂੰ ਹੁਕਮ ਕੀਤਾ, ਸੰਗਤ ਨੇ ਮਾਲਕ ਦੇ ਚਰਨਾਂ 'ਚ ਮੱਥਾ ਟੇਕਿਆ, ਪਰਿਕਰਮਾ ਕਰ ਬਹਿ ਗਏ। ਗੁਰੂ ਅਮਰਦਾਸ ਕਹਿੰਦੇ ਨੇ ਅੱਜ ਤੋਂ ਬਾਅਦ ਤੁਹਾਡੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਹੋਣਗੇ। ਇਤਿਹਾਸ ਨੇ ਇੱਥੇ ਇੱਕ ਬੜੀ ਭਾਵਨਾ ਲਿਖੀ, ਭਾਵੇਂ ਇਹ ਸਾਰਾ ਜਿਹੜਾ ਦ੍ਰਿਸ਼ ਹੈ ਰਾਮ ਕਲੀ ਸੱਦ ਦੇ ਵਿੱਚ ਗੁਰੂ ਅਮਰਦਾਸ ਦੇ ਪੁੱਤਰ ਬਾਬਾ ਮੋਹਰੀ ਜੀ, ਬਾਬੇ ਮੋਹਰੀ ਦੇ ਪੁੱਤ ਬਾਬਾ ਆਨੰਦ ਜੀ, ਬਾਬੇ ਆਨੰਦ ਦੇ ਪੁੱਤ ਬਾਬੇ ਸੁੰਦਰ ਜੀ ਨੇ ਰਾਮ ਕਲੀ ਸੱਦ ਲਿਖਿਆ ਜੀ। ਉਹ ਕਹਿੰਦੇ ਨੇ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ, ਮਿਤ ਪਹਿਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈ ਨਾਵੇ। ਕਹਿੰਦੇ ਨੇ ਸਤਿਗੁਰੂ ਨੇ ਆਪ ਪਹਿਨਾਇਆ ਹੈ ਜਦੋਂ ਬਿਠਾਇਆ, ਤੇ ਗੁਰੂ ਰਾਮਦਾਸ ਸਤਿਗੁਰੂ ਜੀ ਦਾ ਬਾਕੀ ਗੁਰੂ ਸਾਹਿਬਾਨਾਂ ਦੇ ਨਾਲੋਂ ਦਾੜਾ ਬਹੁਤ ਲੰਬਾ ਤੇ ਭਰਵਾਂ ਸੀ, ਔਰ ਉਹ ਇੰਨਾ ਸੁੰਦਰ ਦਾੜਾ ਜਦੋਂ ਸਾਹਿਬ ਗੱਦੀ ਤੇ ਬੈਠੇ ਨਾ, ਗੁਰੂ ਰਾਮਦਾਸ ਦੀਆਂ ਅੱਖਾਂ ਦੇ ਵਿੱਚੋਂ ਇੰਨਾ ਕੁ ਵੈਰਾਗ ਨੀਰ ਛੁੱਟਿਆ
ਸਾਰਾ ਦਾੜਾ ਹੰਝੂਆਂ ਦੇ ਨਾਲ ਭਿੱਜ ਗਿਆ। ਤੁਹਾਨੂੰ ਗੁਰੂ ਅਮਰਦਾਸ ਪੁੱਛਦੇ ਨੇ, ਬੇਟਾ ਕੀ ਗੱਲ ਹੈ, ਇੰਨਾ ਵੈਰਾਗ ਕਿਉਂ? ਤੇ ਉੱਥੇ ਕਹਿੰਦੇ ਨੇ, ਪਲਾਂ ਦੇ ਵਿੱਚ ਗੁਰੂ ਰਾਮਦਾਸ ਦੀਆਂ ਅੱਖਾਂ ਮੂਹਰੇ ਆਪਣਾ ਜੀਵਨ ਘੁੰਮਿਆ। ਕਿੱਥੇ? ਲਾਹੌਰ ਦੇ ਚੂਨਾ ਮੰਡੀ ਦੀਆਂ ਗਲੀਆਂ, ਲੋਕਾਂ ਤੱਥ ਤੇ ਸਾਂਭ ਲੈ ਸੀ ਸੱਚੇ ਪਾਤਸ਼ਾਹ, ਪਰ ਕਿਸੇ ਰੋਟੀ ਨਹੀਂ ਸੀ ਪੁੱਛੀ। ਨਾਨੀ ਨੇ ਜਿੱਦਣ ਸਾਂਭਿਆ, ਲੋਕ ਕਹਿੰਦੇ ਸੀ ਯਤੀਮ ਦਾ ਪਰਛਾਵਾਂ ਨਾ ਪੈ ਜਾਏ, ਪਰ ਮੇਰਿਆ ਮਾਲ ਤਾਂ ਮੈਂ ਤੇਰਾ ਦੇਣ ਕਿੱਥੋਂ ਦੇ ਸਕਾਂ। ਉਹਨਾਂ ਬਚਨ ਉਚਾਰੇ, ਜੋ ਹਮਰੀ ਬਿੱਧ ਹੋਤੀ ਮੇਰੇ ਸਤਿਗੁਰਾ, ਸਾ ਬਿੱਧ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿੱਤ ਮਿਲੇ ਚੂਕੇ ਸਭ ਸੋਗ ਸੰਤਾਪੇ। ਮਹਾਰਾਜ ਤੂੰ ਐਸਾ ਮਾਲਕ ਹੈ, ਤੇਰੇ ਚਰਨਾਂ ਚ ਅਰਦਾਸ ਹੈ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ, ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ। ਸਾਹਿਬ ਗੁਰੂ ਤਾਂ ਗੱਦੀ ਤੇ ਬਿਰਾਜਮਾਨ ਹੋਏ, ਤੇ ਦੋਰ ਬਾਬੀਆਂ ਜਿੱਦਣ ਉਹਨਾਂ ਦੇ ਹਿਰਦੇ ਚੋਂ ਆਵਾਜ਼ ਆਈ, ਉਹਨਾਂ ਸਤਿਗੁਰੂ ਨੂੰ ਗਾਇਆ, ਕਹਿੰਦੇ ਨੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ, ਤਿੰਨੇ ਸਵਾਰਿਆ ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੈ ਧਾਰਿਆ। ਕਰਾਮਾਤ ਇਹਨੂੰ ਕਹਿੰਦੇ ਨੇ ਗੁਰਮੁਖੋ, ਗਲੀਆਂ ਵਿੱਚ ਰੁੜਦਿਆਂ ਨੂੰ ਚੁੱਕ ਕੇ ਕੋਈ ਬਾਬੇ ਨਾਨਕ ਦੇ ਛਤਰ ਦਾ ਵਾਰਸ ਬਣਾਉਂਦਾ, ਇਹ ਕਰਾਮਾਤ ਹੈ। ਇਹ ਨਹੀਂ ਵੀ ਪਲਾਨੇ ਨੇ ਆਹ ਕਹਿ ਦਿੱਤਾ ਤੇ ਉਹ ਬੜਾ ਕਰਾਮਾਤੀ ਹੈ। ਕਿਤੇ ਭਾਈ ਗੁਰਦਾਸ ਕਹਿੰਦੇ ਨੇ, ਦਿੱਚੈ ਪੂਰਬ ਦੇਵਣਾ, ਜਿਸ ਦੀ ਵਸਤ ਤਿਸੇ ਘਰ ਆਵੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਸਮਾਂ ਸੀਮਤ ਜਿਹਾ ਮੈਂ ਸਾਖੀ ਹੋਰ ਰੱਖਣੀ ਚਾਹੁੰਦਾ ਸਾਂ। ਸਤਿਗੁਰੂ ਗੁਰੂ ਰਾਮਦਾਸ ਪਿਤਾ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਉਹਨਾਂ ਨੇ ਸ਼ਹਿਰ ਵਸਾਇਆ ਜੀ, ਸ੍ਰੀ ਅੰਮ੍ਰਿਤਸਰ ਸਾਹਿਬ। ਅੰਮ੍ਰਿਤਸਰ ਸਾਹਿਬ ਦੀ ਧਰਤੀ ਉਹ ਸ਼ਹਿਰ ਵਸਿਆ। ਸੰਗਤਾਂ ਸੇਵਾ ਕਰਨ ਆਉਂਦੀਆਂ, ਇਹਨਾਂ ਦੇ ਵਿੱਚੋਂ ਇੱਕ ਗੁਰਮੁਖ ਪਰਿਵਾਰ ਆਉਂਦਾ ਰੋਜ਼, ਬੜੀ ਸੇਵਾ ਕਰਦਾ ਸੀ ਇਹ ਪਰਿਵਾਰ। ਇਹਨਾਂ ਦਾ ਨਾਂ ਸੀ ਬਾਬਾ ਆਦਮ ਜੀ। ਤਕਰੀਬਨ ਇਤਿਹਾਸ ਦੇ ਸੰਬੰਧੀ 40 ਤੋਂ 42 ਸਾਲ ਦੀ ਉਮਰ ਹੈ ਬਾਬੇ ਆਦਮ ਦੀ। ਦਾੜੇ ਦੇ ਵਿੱਚ ਕੇਸ, ਕਿਤੇ ਕਿਤੇ ਚਿੱਟੇ ਵੀ ਆਏ ਹੋਏ। ਅੱਜ ਉਹਨਾਂ ਦੀ ਦੰਪਤੀ, ਉਹਨਾਂ ਦੀ ਪਤਨੀ ਕਹਿੰਦੀ ਹੈ, ਪਤੀ ਜੀ ਗੁਰੂ ਰਾਮਦਾਸ ਦਾ ਦਰ ਐਸਾ ਹੈ, ਉਹਨਾਂ ਦੇ ਦਰੋਂ ਕੋਈ ਖਾਲੀ ਨਹੀਂ ਮੁੜਿਆ। ਕਿਉਂਕਿ ਕੁਝ ਦਿਨ ਪਹਿਲਾਂ ਇੱਕ ਘਟਨਾ ਵਾਪਰੀ ਸੀ। ਇੱਕ ਨਿੱਕਾ ਜਿਹਾ ਬੱਚਾ ਸੀ ਭਾਈ ਸੋਮਾ, ਜਿਹਨੂੰ ਮਹਾਰਾਜ ਸ਼ਾਹ ਦੇ ਨਾਂ ਨਾਲ ਨਿਵਾਜਦੇ ਨੇ, ਸੋਮੇ ਸ਼ਾਹ, ਬੇਪਰਵਾਹ ਸ਼ਾਹਾਂ ਦਾ ਸ਼ਾਹ ਗੁਰੂ ਰਾਮਦਾਸ ਕਹਿ ਕੇ ਨਿਵਾਜਿਆ। ਤੇ ਉਹਨਾਂ ਦੀ ਪਤਨੀ ਕਹਿੰਦੀ ਹੈ ਬਾਬੇ ਆਦਮ ਦੀ, ਵੇਖੋ ਆਪਣੇ ਘਰ ਦੇ ਵਿੱਚ ਔਲਾਦ ਨਹੀਂ, ਕੀ ਹੋਵੇ? ਗੁਰੂ ਰਾਮਦਾਸ ਤੇ ਸਾਰਿਆਂ ਤੇ ਰਹਿਮਤਾਂ ਕਰਦੇ ਨੇ। ਅੱਜ ਆਪਾਂ ਉੱਠ ਕੇ ਕਹਿਣਾ ਮਹਾਰਾਜ ਨੂੰ, ਦਾਤਿਆ ਸਾਡੀ ਵੀ ਸੁੰਨੀ ਗੋਦ ਤੁਸੀਂ ਭਰ ਦੇ। ਕਹਿਣ ਲੱਗੇ ਜ਼ਰੂਰ। ਸੰਗਤ ਸੱਜੀ ਹੈ, ਅਰਦਾਸਾਂ ਕਰ ਸੰਗਤ ਬੈਠ ਜਾਂਦੀ ਹੈ, ਕੀਰਤਨ ਹੁੰਦਾ, ਮਹਾਰਾਜ ਵਿਚਾਰ ਕਰਦੇ ਨੇ। ਉਹ ਤੋਂ ਬਾਅਦ ਸੰਗਤ ਆਪਣੀਆਂ ਭਾਵਨਾ ਹਜ਼ੂਰ ਕੋਲ ਰੱਖਦੀ ਸੀ। ਜਦੋਂ ਸਭ ਨੇ ਬੇਨਤੀ ਕੀਤੀ, ਪਤਨੀ ਵੇਖਦੀ ਹੈ ਬੈਠੀ, ਪਰ ਬਾਬਾ ਆਦਮ ਜੀ ਉੱਠੇ ਨੇ ਨਾ ਉੱਠੇ। ਸਮਾਪਤੀ ਹੋਈ, ਸੰਗਤ ਚਲੀ ਗਈ। ਬਾਬੇ ਆਦਮ ਨੂੰ ਪਤਨੀ ਨੇ ਪੁੱਛਿਆ ਵੀ ਕੀ ਗੱਲ, ਤੁਸੀਂ ਉੱਠੇ ਨਹੀਂ? ਕਹਿਣ ਲੱਗੇ ਬੜਾ ਮਨ ਬਣਾਇਆ ਸੀ, ਪਰ ਮੇਰਾ ਮਨ ਨਹੀਂ ਮੰਨਿਆ ਵੀ ਮੈਂ ਉੱਠ ਕੇ ਗੁਰੂ ਰਾਮਦਾਸ ਕੋਲੋਂ ਦਾਤ ਮੰਗ ਸਕਾਂ। ਕਹਿਣ ਲੱਗੀ ਇੰਜ ਤੇ ਨਹੀਂ, ਬਹੁਤ ਮੇਰਾ ਮਾਲਕ ਨੇ ਸਤਿਗੁਰੂ ਦੀਆਂ ਭਾਗਾਂ ਚ ਨਾ ਵੀ ਹੋਇਆ ਮੈਨੂੰ ਤਾਂ ਵੀ ਪਤਾ, ਉਹਨਾਂ ਲਿਖ ਦੇਣਾ ਹੈ, ਪਰ ਦੇਣਗੇ ਜ਼ਰੂਰ, ਖਾਲੀ ਨਹੀਂ ਮੁੱਕਦੇ।
ਬੜਾ ਮਨ ਬਣਾਇਆ ਜੀ। ਦੂਸਰਾ ਦਿਨ ਆਇਆ, ਬਾਬਾ ਆਦਮ ਚਾਹੁੰਦੇ ਨੇ ਪਰ ਮਨ ਬਣਾਇਆ ਉਹ ਉੱਠ ਪਏ। ਸਤਿਗੁਰੂ ਕਹਿੰਦੇ ਨੇ ਮੰਗੋ, ਬਾਬਾ ਆਦਮ ਜੀ ਕਹਿਣ ਲੱਗੇ ਸਭ ਤੁਹਾਡੀਆਂ ਰਹਿਮਤਾਂ, ਬਸ ਤੁਹਾਡੀ ਕਿਰਪਾ ਦੀ ਲੋੜ ਹੈ। ਸਤਿਗੁਰੂ ਕਹਿੰਦੇ ਨੇ ਗੁਰੂ ਨਾਨਕ ਤੁਹਾਡੇ ਤੇ ਸਦਾ ਕਿਰਪਾ ਕਰੇਗਾ। ਪਰ ਉਹ ਬੋਲ ਜ਼ਬਾਨੋਂ ਨਾ ਨਿਕਲੇ। ਪਤਨੀ ਫਿਰ ਪੁੱਛਿਆ ਕੀ ਗੱਲ, ਅੱਜ ਕਹਿੰਦਿਆਂ ਕਹਿੰਦਿਆਂ ਰਹਿ ਗਏ। ਕਹਿਣ ਲੱਗੇ ਜਦੋਂ ਮੰਗਣ ਲੱਗਾ ਸਾਂ ਤੇ ਦਾੜੇ ਵੱਲ ਧਿਆਨ ਗਿਆ, ਦਾੜੇ ਚ ਕੇਸ ਚਿੱਟੇ ਸਨ। ਮਨ ਵਿੱਚ ਆਇਆ ਮਨਾ, ਸੰਗਤਾਂ ਨੇ ਕਹਿਣਾ ਦਾੜੇ ਚ ਕੇਸ ਚਿੱਟੇ ਆ ਗਏ ਨੇ, ਪਰ ਸੰਸਾਰੀ ਮੰਗਾਂ ਤੇ ਆਦਮ ਦੀਆਂ ਅਜੇ ਵੀ ਨਹੀਂ ਮੰਗੀਆਂ। ਮੈਂ ਨਹੀਂ ਮੰਗਣਾ, ਦਾਨ ਉਹਦੀ ਮਰਜ਼ੀ ਹੋਈ ਦਾਨ ਦੇਣ ਦੀ, ਉਹ ਦੇ ਦੇਗਾ ਪਰ ਮੈਂ ਮੰਗਣਾ। ਅਗਲਾ ਦਿਨ ਆਇਆ ਫਿਰ, ਅਜੇ ਗੁਰਦੁਆਰਾ ਸਾਹਿਬ ਜਾਣਾ ਬਾਬੇ ਆਦਮ ਨੇ, ਪਰ ਇਤਿਹਾਸ ਕਹਿੰਦਾ ਦਰਵਾਜ਼ਾ ਖੜਕਿਆ। ਬਾਬੇ ਆਦਮ ਜੀ ਬੂਹਾ ਖੋਲਿਆ, ਸਾਹਮਣੇ ਸੋਢੀ ਸੁਲਤਾਨ ਗੁਰੂ ਰਾਮਦਾਸ ਖੜੋਤੇ, ਹੱਥ ਜੁੜ ਗਿਆ, ਦਾਤਾ ਬਹੁਤ ਕਿਰਪਾ ਵਰਤਾਈ, ਤੁਹਾਡੇ ਚਰਨਾਂ ਨਾਲ ਸਾਡਾ ਨਿਮਾਣਿਆਂ ਦਾ ਗ੍ਰਹਿ ਪਵਿੱਤਰ ਹੋ ਗਿਆ। ਜੀ ਆਇਆਂ ਨੂੰ ਦਾਤਿਆ, ਪਰ ਕੋਈ ਕਾਰਜ ਸੀ, ਹੁਕਮ ਕਰਦੇ ਅਸੀਂ ਆਉਂਦੇ ਚੱਲ ਕੇ, ਤੁਸੀਂ ਕਿਉਂ ਕਸ਼ਟ ਕੀਤਾ? ਸੱਚੇ ਪਾਤਸ਼ਾਹ ਕਹਿੰਦੇ ਨੇ ਮੰਗਣ ਵਾਲਾ ਜਦੋਂ ਮੰਗੇ ਨਾ ਤੇ ਕੰਨਾਂ ਤੱਕ ਆਵਾਜ਼ ਨਾ ਪਹੁੰਚੇ, ਔਰ ਬਿਨਾਂ ਬੋਲਿਓ ਵੀ ਕੰਨਾਂ ਤੱਕ ਆਵਾਜ਼ ਸੁਣਨੀ ਪੈਂਦੀ ਹੈ, ਗੁਰੂ ਨਾਨਕ ਕਿਰਪਾ ਕਰਨਗੇ, ਆਉਣ ਵਾਲੇ ਸਮੇਂ 'ਚ ਤੇਰੇ ਘਰ ਦੇ ਵਿੱਚ ਪੁੱਤ ਹੋਏਗਾ। ਪਰ ਇੱਕ ਕਾਰਜ ਕਰੀ, ਬਹੁਤ ਬੰਦਗੀ ਵਾਲਾ ਹੋਏਗਾ, ਭਗਤੀ ਵਾਲਾ ਹੋਏਗਾ, ਔਰ ਉਹਦਾ ਨਾਮ ਉਸੇ ਪ੍ਰਕਾਰ ਦਾ ਰੱਖੀ। ਇਸ ਘਰ ਦੇ ਵਿੱਚ ਫਿਰ ਪੁੱਤਰ ਹੋਇਆ ਜੀ, ਬੰਦਗੀ ਵਾਲਾ ਹੋਣ ਕਰਕੇ, ਭਗਤੀ ਵਾਲਾ ਹੋਣ ਕਰਕੇ ਇਹਦਾ ਨਾਮ ਭਾਈ ਭਗਤੂ ਰੱਖਿਆ। ਫਿਰ ਭਾਈ ਭਗਤੂ ਦੀ ਕੁੱਲ ਐਸੀ, ਜਿਸ ਦਿਨ ਬਾਬੇ ਆਦਮ ਨੇ ਹੱਥ ਜੋੜੇ, ਮਹਾਰਾਜ ਪੁੱਤ ਬਖਸ਼ ਦਿੱਤਾ ਹੈ, ਪਰ ਇੱਕ ਦਾਤ ਮੰਗਣ ਲੱਗਾ ਆ, ਝੋਲੀ ਭਰ ਦਿਆ ਜੇ ਮਹਾਰਾਜ, ਰਹਿੰਦੇ ਸਾਹਾਂ ਤੱਕ ਮੇਰੇ ਪਰਿਵਾਰ ਦੇ ਵਿੱਚ ਸਿੱਖੀ ਰਵੇ, ਜਿੱਦਣ ਵੀ ਮੌਤ ਆਏ ਮਹਾਰਾਜ ਤੇਰੇ ਘਰ ਲਈ ਕੁਰਬਾਨ ਹੋਈਏ, ਵੈਸੇ ਮੌਤ ਨਾ ਆ ਜਾਏ। ਤੇ ਯਾਦ ਰਵੇ, ਕਦੀ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਪੜ੍ਹੇ, ਮਾਲਵੇ ਦਾ ਇਲਾਕਾ, ਭਾਈ ਕਾ ਚੱਕ, ਸਭ ਤੋਂ ਜ਼ਿਆਦੀਆਂ ਸ਼ਹੀਦੀਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ 'ਚ ਭਾਈ ਭਗਤੂ ਦੀ ਕੁੱਲ ਨੇ ਦਿੱਤੀਆਂ ਨੇ, ਜਿਹੜਾ ਮਾਲਵੇ ਦਾ ਇਲਾਕਾ ਹੈ। ਇਹ ਗੁਰੂ ਰਾਮਦਾਸ ਜੀ ਦੀਆਂ ਰਹਿਮਤਾਂ ਨੇ, ਸਤਿਗੁਰੂ ਕਿਰਪਾ ਕਰਨ ਤਿੰਨਾਂ ਦਾ ਪ੍ਰਕਾਸ਼ ਪੁਰਬ ਹੈ ਅੱਜ। ਸਾਰੀ ਸੰਗਤ ਅਰਦਾਸ ਕਰਿਓ, ਗੁਰੂ ਰਾਮਦਾਸ ਤੁਸੀਂ ਬਖਸ਼ਿਸ਼ਾਂ ਦੇ ਦਾਤੇ ਹੋ, ਔਰ ਤੁਹਾਡੇ ਚਰਨਾਂ 'ਚ ਅਰਦਾਸ ਹੈ। ਲੋਕੀ ਕਹਿੰਦੇ ਹੋਣਗੇ ਸਾਡੇ ਘਰ ਆਇਓ, ਸਾਡੇ ਘਰ ਆਇਓ, ਪਰ ਅਸੀਂ ਤੇਰੇ ਦਰ ਆ ਕੇ ਇੱਥੋਂ ਬੈਠਿਆਂ ਵੀ ਉਸ ਦਰ ਨੂੰ ਮਹਿਸੂਸ ਕਰਦੇ ਹਾਂ। ਸਤਿਗੁਰੂ ਰਹਿਮਤ ਕਰਨ, ਭਾਵਨਾ ਔਰ ਸ਼ਰਧਾ ਵਿੱਚ ਭਿੱਜਿਆਂ ਦੀ ਸਭਨਾਂ ਦੀ ਝੋਲੀ ਗੁਰੂ ਰਾਮਦਾਸ ਆਪਣੀ ਕਿਰਪਾ ਦੇ ਨਾਲ ਭਰ ਦੇਣ। ਸਾਨੂੰ ਸੇਵਾ ਦੀ, ਸਿਮਰਨ ਦੀ, ਬੰਦਗੀ ਦੀ ਦਾਤ ਗੁਰੂ ਚਰਨਾਂ ਦੇ ਵਿੱਚੋਂ ਨਸੀਬ ਹੋਵੇ। ਵਿਚਾਰਾਂ ਕਹਿੰਦੇ ਆ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਜੀ, ਔਰ ਵੀਰ ਜੀ ਨੂੰ ਬੇਨਤੀ ਕੀਤੀ ਸੀ ਭਾਈ ਵਰਿੰਦਰ ਸਿੰਘ ਜੀ ਵਾਰਸੋਰਾ ਨੂੰ ਕਿ ਇੱਕ ਇਤਿਹਾਸ ਦੀ ਲੜੀ ਦਾ ਸਾਂਝੀ ਕਰ ਦੇਗਾ। ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਸੁਖਦੇਵ ਸਿੰਘ ਜੀ ਸੁੱਖਾ ਦਾ ਇਤਿਹਾਸ ਭਾਈ ਸਾਹਿਬ ਸਾਨੂੰ ਸਰਵਣ ਕਰਵਾਉਣਗੇ। ਗੁਰੂ ਕਿਰਪਾ ਕਰੇ, ਵਿਚਾਰ ਕਹਿੰਦੇ ਆ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੇ ਨਾਲ ਪ੍ਰੀਤ ਹੋਵੇ। ਫਿਰ ਭਾਵੇਂ ਮੰਦਰ ਹੋਵੇ ਚਾਹੇ ਗੁਰਦੁਆਰਾ, ਭਾਵੇਂ ਮੰਦਰ ਹੋਵੇ ਤੇ ਭਾਵੇਂ ਗੁਰਦੁਆਰਾ, ਚਾਹੇ ਗਿਰਜਾ ਤੇ ਚਾਹੇ ਮਸੀਤ ਹੋਵੇ, ਉਹ ਭਾਵੇਂ ਹਲ ਵਾਹੇ ਤੇ ਚਾਹੇ ਬੜੇ ਭੋਰੀ, ਭਾਵੇਂ ਗ੍ਰਿਸਤੀ ਤੇ ਚਾਹੇ ਅਤੀਤ ਹੋਵੇ, ਰੱਬ ਉਹਨਾਂ ਤਾਂ ਹੀ ਮਿਲਦਾ ਹੈ ਘਰ ਆ ਕੇ ਜਿਹਨਾਂ ਬੰਦਿਆਂ ਦੀ ਸਾਫ ਨੀਤ ਹੋਵੇ। ਔਰ ਉਹ ਸਮਝੀ ਆਤਮਾ ਵਿੱਚ ਪਰਮਾਤਮਾ ਨੂੰ ਹਜੂ ਪੂਜਣ ਦੀ ਪਿਆਰ ਦਾ ਪੱਲਾ ਹੋਵੇ, ਤੇਰੇ ਚਰਨਾਂ 'ਚ ਦਾਤਾ ਅਰਦਾਸ ਮੇਰੀ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ। ਪਤਿਤ ਪਾਵਨ ਭਗਤ ਬਸ਼ਮ ਸਰਵਨੇ ਕੁਲ ਕਾਇਨਾਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਭ ਕਲਾ ਭਰਪੂਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਸਜੇ ਹੋਏ ਸਾਹਿਬ ਜੀ ਦੇ ਆਤਮਾ ਨਾਲ ਦਰਬਾਰ ਦੀ ਹਾਜ਼ਰੀ ਭਰਨ ਵਾਸਤੇ ਸੰਗਤੀ ਸਰੂਪ ਦੇ ਵਿੱਚ ਆਓ। ਆਪ ਜਿਤਨੇ ਵੀ ਗੁਰਮੁਖ ਪਿਆਰੇ ਮਾਈ ਭਾਈ ਸਦ ਬੈਠੇ ਹੋ, ਕਰੀਏ ਮਨੋਬਿਰਤੀ ਨੂੰ ਇਕਾਗਰਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਰੀਏ ਧਿਆਨ। ਔਰ ਜਿਸ ਦਾ ਨਾਮ ਜਪਣ ਨਾਲ ਹੋਵੇ ਦੁੱਖ ਪਾਪਾਂ ਦਾ ਨਾਸ਼, ਮਨ ਚ ਤੂੰ ਆਰਾਧਨ ਦੇ ਨਾਲ ਹਿਰਦਾ ਹੋਵੇ ਪਾਕ, ਤੇ ਵੈਰੀ ਵੀ ਸਭ ਹੋਵਣ ਮਿੱਤਰ, ਨਾਮ ਜਿਸਦਿਆਂ ਜਪੇ ਸੰਗਤ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸਤਸੰਗਤ ਸਰੂਪ ਦੇ ਵਿੱਚ ਵਿਰਾਜਮਾਨ ਹੋ ਕਰਕੇ ਸਦ ਬੈਠੇ ਹੋ। ਦੋ ਦਿਹਾੜੇ ਸਤਿਗੁਰਾਂ ਦੀ ਕਿਰਪਾ ਦੇ ਸਦਕਾ, ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਸਦਕਾ ਸਿੱਖ ਸੰਗਤਾਂ 'ਚ ਬੜੇ ਵੱਡੇ ਪੱਧਰ 'ਤੇ ਜਾਹੋ ਜਲਾਲ ਦੇ ਨਾਲ ਮਨਾਏ ਜਾ ਰਹੇ ਨੇ। ਇਸ ਤੋਂ ਪਹਿਲਾਂ ਕਿ ਮੈਂ ਇਤਿਹਾਸ ਦਾ ਕੋ ਮਜ਼ਮੂਨ ਆਪ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਅਰਜ ਕਰਾਂ, ਮੇਰੇ ਸਤਿਕਾਰਯੋਗ ਵੱਡੇ ਭਾਈ ਸਾਹਿਬ ਔਰ ਗੁਰਦੁਆਰਾ ਸਾਹਿਬ ਦੇ ਸੈਕਟਰੀ ਸਾਹਿਬਾਨ ਭਾਈ ਸਾਹਿਬ ਭਾਈ ਗੁਲਜ਼ਾਰ ਸਿੰਘ ਜੀ, ਉਹ ਜਾਂਦੇ ਹੋਏ ਇੱਕ ਸੇਵਾ ਲਗਾ ਰਹੇ ਨੇ, ਉਹਨਾਂ ਨੂੰ ਖਿਆਲ ਭੁੱਲ ਗਿਆ, ਔਰ ਜਾਂਦੇ ਹੋਏ ਉਹ ਹੁਕਮ ਲਾ ਗਏ। ਪਿਛਲੇ ਦਿਨਾਂ ਦੇ ਵਿੱਚ ਇੱਕ ਨੌਜਵਾਨ ਭਾਈ ਜਗਰੂਪ ਸਿੰਘ, ਜਿਨ੍ਹਾਂ ਦੀ ਕਿ ਅਟੈਕ ਦੇ ਨਾਲ ਜੋ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੇ ਮ੍ਰਿਤਕ ਸਰੀਰ ਨੂੰ ਇੰਡੀਆ ਭੇਜਣ ਵਾਸਤੇ ਬਾਹਰ ਕੁਝ ਮਾਇਆ ਇਕੱਤਰਿਤ ਕੀਤੀ ਜਾ ਰਹੀ ਹੈ, ਇਕੱਠੀ ਕੀਤੀ ਜਾ ਰਹੀ ਹੈ, ਪਰ ਆਪੋ ਆਪਣੇ ਖਜ਼ਾਨਿਆਂ ਦੇ ਵਿੱਚੋਂ ਥੋੜ੍ਹੇ 'ਚੋਂ ਥੋੜ੍ਹਾ ਬਹੁਤੇ 'ਚ ਬਹੁਤਾ ਜਿੱਦਾਂ ਵੀ ਆਪ ਜੀ ਸੇਵਾ ਕਰ ਸਕਦੇ ਹੋਵੋ, ਰਿਕੁਐਸਟ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਜ਼ਰੂਰ ਸਹਿਯੋਗ ਦਿਲ ਦੀ ਕਿਰਪਾਲਤਾ ਕਰਨੀ। ਆਓ ਸਨਮਾਨਯੋਗ ਸਾਧ ਸੰਗਤ, ਮੈਂ ਅੱਜ ਕਰ ਰਿਹਾ ਸਾਂ, ਅੱਜ ਦੋ ਦਿਹਾੜੇ ਉਚੇਚੇ ਤੌਰ 'ਤੇ ਵੱਡੇ ਵੱਡੇ ਪੱਧਰ 'ਤੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਿਰਾਜਮਾਨ ਨੇ ਬੈਠੀਆਂ ਹੋਈਆਂ ਨੇ, ਬੜੇ ਵੱਡੇ ਪੱਧਰ 'ਤੇ ਮਨਾਏ ਜਾ ਰਹੇ ਆ। ਔਰ ਇੱਕ ਬੇਨਤੀ ਮੈਂ ਹੋਰ ਆਪ ਜੀ ਦੇ ਚਰਨਾਂ 'ਚ ਕਰਦਾ ਜਾਵਾਂ, ਦਾਸਿਆਂ ਦੇ ਢਾਡੀ ਜਥੇ ਦਾ ਅੱਜ ਦਾ ਇਹ ਦੀਵਾਨ ਇਸ ਟੂਰ ਦਾ, ਇਸ ਫੇਰੀ ਦਾ ਆਖਰੀ ਦੀਵਾਨ ਹੈ, ਸੰਡੇ ਦਾ ਦੀਵਾਨ। ਵੈਸੇ ਸ਼ੁੱਕਰਵਾਰ ਸੁਬਾਹ ਦੀ ਫਲਾਈਟ ਹੈ, ਵੀਰਵਾਰ ਸ਼ਾਮ ਤੱਕ ਦੀਆਂ ਹਾਜ਼ਰੀਆਂ ਨੇ, ਪਰ ਸੰਡੇ ਦੀ ਇਹ ਲਾਸਟ ਹਾਜ਼ਰੀ ਹੈ। ਗੁਰਮੁਖ ਪਿਆਰਿਆਂ ਦੇ ਪਾਸੋਂ ਆਪ ਜੀ ਨੇ ਸਤਿਗੁਰੂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸਜ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਕਿ ਆਪਾਂ ਰੋਜ਼ਾਨਾ ਯਾਦ ਕਰਦੇ ਹਾਂ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰਨਮ ਸ਼ਿਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਨਾ ਮਨ ਸਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਆਗਮਨ ਪੁਰਬ ਹੈ, ਔਰ ਆਗਮਨ ਪੁਰਬ ਦੀਆਂ ਸਤਿਗੁਰਾਂ ਦੇ ਪਵਿੱਤਰ ਚਰਨਾਂ 'ਚ ਸਦ ਬੈਠੀਆਂ ਸਿੱਖ ਸੰਗਤਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਭੇਟ ਕਰਦਾ ਹਾਂ। ਗੁਰੂ ਪਿਆਰੀ ਸਾਧ ਸੰਗਤ, ਸੋਦਾ ਰਾਏ ਰਾਜ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਸ਼ਬਦਾਂ ਨੂੰ ਸਤ ਸੰਗਤ ਦੀ ਉਪਮਾ ਕਰਦੇ ਹੋਏ, ਹਜ਼ੂਰ ਦਾ ਪਵਿੱਤਰ ਵਚਨ ਹੈ, ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਬਾਗਹੀਣ ਜਮ ਪਾਸ, ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤੇ ਇੱਕ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ, ਤੇ ਧੰਨਤਾ ਕਹਿੰਦੇ ਨੇ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਕਹਿੰਦੇ ਸਤ ਸੰਗਤ ਸਭ ਤੋਂ ਸ਼੍ਰੋਮਣੀ ਹੈ, ਜਿੱਥੇ ਬੈਠ ਕੇ ਹਰ ਰਸ ਦੀ ਪ੍ਰਾਪਤੀ ਹੁੰਦੀ ਹੈ, ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼, ਚੌਥੇ ਪਾਤਸ਼ਾਹ ਦੇ ਅੰਮ੍ਰਿਤਮਈ ਬੋਲ। ਪਰ ਖਿਆਲ ਕਰਿਓ, ਇਹਨਾਂ ਬੋਲਾਂ ਨੂੰ ਆਪਣੇ ਜੀਵਨ ਵਿੱਚ ਹੰਡਾਇਆ ਹੈ ਸੋਢੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ, ਵਿਸਥਾਰ ਸਹਿਤ ਵੇਰਵਾ ਤੇ ਆਪ ਜੀ ਨੇ ਗੁਰਮੁਖ ਪਿਆਰਿਆਂ ਦੇ ਪਾਸੋਂ ਸਰਵਣ ਕੀਤਾ ਹੈ। ਪਾਵਨ ਪਵਿੱਤਰ ਬਾਣੀ ਅੰਦਰ ਭੱਟ ਸਾਹਿਬਾਨਾਂ ਨੇ ਸਨਮਾਨ ਬਖਸ਼ਿਸ਼ ਕਰਦਿਆਂ ਹੋਇਆ ਔਰ ਉਪਮਾ ਕਰਦਿਆਂ ਹੋਇਆ ਸ਼ਬਦ ਕਹੇ, ਕਹਿੰਦੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਾਰ ਭਰੇ। ਖਿਆਲ ਰੱਖਿਓ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੂੰ ਛੱਡ ਕੇ ਉਹਨਾਂ ਦੇ ਪਿਤਾ ਜੀ ਬਾਬਾ ਮਹਿਤਾ ਕਲਿਆਣ ਦਾਸ, ਉਹਨਾਂ ਦਾ ਜ਼ਿਕਰ ਬਾਣੀ ਅੰਦਰ ਨਹੀਂ ਆਉਂਦਾ, ਪਰ ਉਹਨਾਂ ਤੋਂ ਉਪਰੰਤ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਪਿਤਾ ਜੀ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਡੂਰ, ਬਾਬੇ ਫੇਰੂ ਜੀ ਦਾ ਨਾਮ ਹੀ ਬਾਣੀ ਅੰਦਰ ਆਉਂਦਾ।
ਫਿਰ ਉਸ ਤੋਂ ਉਪਰੰਤ ਪਰੋ ਗੁਹਾਰ ਤੇਜੋ ਤਨਾ ਨਿਰਪਤ ਨਾਥ ਨਾਨਕ ਬਾਰ। ਤਨਾ ਸ਼ਬਦ ਵੀ ਅੱਖਰੀ ਅਰਥ ਹੁੰਦਾ ਪੁੱਤਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਤੇਜ ਭਾਨ ਜੀ ਦੇ ਸਪੁੱਤਰ ਨੇ ਤੇ ਲਿਖਿਆ ਹੈ ਪਾਤ ਸਾਹਿਬਾਨਾਂ ਨੇ ਤੇਜੋ ਤਨਾ ਬਾਬਾ ਤੇਜ ਭਾਨ ਜੀ ਦਾ ਨਾਮ, ਉਹ ਵੀ ਪਾਵਨ ਪਵਿੱਤਰ ਬਾਣੀ ਅੰਦਰ ਪਾਤ ਸਾਹਿਬਾਨਾਂ ਨੇ ਲਿਖੀ ਹੈ। ਔਰ ਉਸ ਤੋਂ ਉਪਰੰਤ ਕਵ ਕਲ ਠਾਕੁਰ ਹਰਦਾਸ ਤਨੇ, ਠਾਕੁਰ ਹਰਦਾਸ ਜੀ ਦੇ ਕਾਰਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ, ਇਸ ਗੱਲ ਦਾ ਜ਼ਿਕਰ, ਇਸ ਗੱਲ ਦਾ ਉਲੇਖ ਵੀ ਪਾਵਨ ਪਵਿੱਤਰ ਬਾਣੀ ਅੰਦਰ ਪਾਤ ਸਾਹਿਬਾਨਾਂ ਨੇ ਕੀਤਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਮੁੱਚਾ ਜੀਵਨ ਆਪ ਜੀ ਨੇ ਕਿਵੇਂ ਜੀਵਿਆ ਉੱਤੇ ਬੇਨਤੀ ਕਰ ਗਏ ਨੇ ਭਾਈ ਸਾਹਿਬ। ਪਰ ਇੱਕ ਗੱਲ ਦਾ ਖਿਆਲ ਰੱਖਣਾ, ਸਤਿਗੁਰੂ ਨੇ ਆਪਣੇ ਜੀਵਨ ਭਰ ਦਾ ਨਿਚੋੜ ਸਾਡੇ ਸਾਹਮਣੇ ਰੱਖਿਆ। ਕਿਵੇਂ ਰੱਖਿਆ? ਬੰਦਾ ਆਪਣੀ ਜ਼ਿੰਦਗੀ ਜਾਂਦਾ ਹੋਇਆ ਜਦੋਂ ਵੀ ਕਦੇ ਬਿਪਤਾ ਦਾ ਸ਼ਿਕਾਰ ਹੁੰਦਾ ਨਾ, ਤਾਂ ਸਭ ਤੋਂ ਪਹਿਲੀ ਟੇਕ ਬੰਦਾ ਰੱਖਦਾ ਹੈ ਆਪਣੇ ਸੱਜਣਾ ਮਿੱਤਰਾਂ ਦੀ। ਗੁਰਦੇਵ ਕਹਿੰਦੇ ਨੇ ਬੰਦੇ ਨੂੰ ਭੀੜ ਪੈ ਜਾਏ ਤੇ ਬੰਦਾ ਧੜਾ ਬਣਾਉਂਦਾ ਕਿਸੇ ਸੱਜਣ ਦੇ ਨਾਲ, ਕਿਸੇ ਮਿੱਤਰ ਦੇ ਨਾਲ, ਆਪਣੇ ਧੀ ਦੇ ਨਾਲ, ਆਪਣੇ ਪੁੱਤਰ ਦੇ ਨਾਲ, ਆਪਣੇ ਜਵਾਈ ਦੇ ਨਾਲ ਔਰ ਆਪਣੇ ਕੁੜਮਾਂ ਦੇ ਨਾਲ। ਫਿਰ ਜਿਹੜੀ ਉਦੋਂ ਉੱਪਰ ਪਹੁੰਚ ਹੋਵੇ ਉਹ ਇਲਾਕੇ ਦੇ MLA ਨਾਲ ਗੱਲ ਕਰਦਾ ਜਾਂ MP ਨਾਲ ਗੱਲ ਕਰਦਾ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਧੜੇ ਝੂਠੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਨੇ ਕਿਸੇ ਧੜਾ ਕੀ ਆ ਮਿੱਤਰ ਸੁੱਤ ਨਾਲ ਭਾਈ। ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ, ਕਿਸੇ ਧੜਾ ਕੀ ਆ ਮਿੱਤਰ ਸੁੱਤ ਨਾਲ ਭਾਈ, ਕਿਸੇ ਧੜਾ ਕੀ ਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਹਮ ਹਰ ਸੋ ਧੜਾ ਕੀਆ ਮੇਰੀ ਹਰ ਟੇਕ, ਹਾਂ ਹਰ ਬਿਨ ਪੱਖ ਤੜਾ ਅਵਰ ਨਾ ਕੋਈ, ਹਾਂ ਹਰ ਗੁਣ ਗਾਵਾਂ ਅਸੰਖ ਅਨੇਕ। ਦੁਨੀਆਂ ਕਰਦੀ ਹੈ ਦੁਨੀਆਦਾਰ ਦੇ ਧੜੇ, ਪਰ ਹਜ਼ੂਰ ਕਹਿੰਦੇ ਨੇ ਜਿਨ ਸੋ ਧੜੇ ਕਰੇ ਸੇ ਜਾਹੇ, ਦੁਨੀਆਂ ਜਿਨ੍ਹਾਂ ਦੇ ਨਾਲ ਧੜਾ ਬਣਾਉਂਦੀ ਹੈ ਭਾਵ ਕਿ ਜਿਹਦੇ ਆਸਰਾ ਬਣਾਉਂਦੀ ਹੈ ਉਹ ਇਸ ਦੁਨੀਆਂ ਤੋਂ ਚਲੇ ਜਾਣ ਵਾਲੇ ਨੇ, ਝੂਠੇ ਧੜੇ ਨੇ। ਜਿਨ ਸੋ ਧੜੇ ਕਰੇ ਸੇ ਜਾਹੇ, ਝੂਠ ਧੜੇ ਕਰ ਪਛੋ ਤਾਹੇ, ਹਮ ਹਰ ਸੋ ਧੜਾ ਕੀਆ। ਹਜ਼ੂਰ ਕਹਿੰਦੇ ਨੇ ਮੇਰਾ ਧੜਾ ਪਰਮੇਸ਼ਰ ਦੇ ਨਾਲ ਹੈ, ਹਮ ਹਰ ਸੋ ਧੜਾ ਕੀਆ ਜਿਸ ਕਾ ਕੋਈ ਸਮਰੱਥ ਨਾ ਹੈ, ਉਹਦੀ ਕੋਈ ਬਰਾਬਰਤਾ ਨਹੀਂ ਹੈ। ਤੇ ਫਿਰ ਜੇ ਪਰਮੇਸ਼ਰ ਦੇ ਨਾਲ ਧੜਾ ਕੀਤਾ ਸਾਹਿਬ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾ ਨਾਮ ਭਾਈ ਜੇਠਾ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਹਿੱਕ ਦੇ ਨਾਲ ਲਗਾ ਕੇ ਤੇ ਰਾਮਦਾਸ ਔਰ ਰਹਿਮਤ ਕੀਤੀ, ਗੁਰਗੱਦੀ ਤੇ ਬਿਰਾਜਮਾਨ ਕਰ ਦਿੱਤਾ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾਂ ਸਾਬਿਰ ਤੁਮਹਾਰ ਜਾਣੋ ਆਪੇ, ਹਮ ਰੋਤੇ ਫਿਰਦੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੇ ਚੁੱਕੇ ਸਭ ਸੋਗ ਸੰਤਾਪੇ, ਗੁਰੂ ਨਾਨਕ ਦਾ ਦਰਬਾਰ ਕੀੜਾ ਥਾਪ ਦੇ ਪਾਤਸ਼ਾਹੀ, ਕੀੜਿਆਂ ਨੂੰ ਵੀ ਪਾਤਸ਼ਾਹੀਆਂ ਦੀਆਂ ਦਾਤਾਂ ਬਖਸ਼ਿਸ਼ ਕਰਦਾ ਹੈ। ਸਰਵਣ ਕੀਤਾ ਆਪ ਜੀ ਨੇ, ਅੱਜ ਕੰਮ ਦੇ ਦੋ ਨਾ ਮਹਾਨ ਮਰ ਜੀਵਿਆਂ ਦਾ ਸ਼ਹੀਦੀ ਦਿਹਾੜਾ ਵੀ ਹੈ, ਜਿਹਦਾ ਜ਼ਿਕਰ ਸਤਿਕਾਰਯੋਗ ਸੈਕਟਰੀ ਸਾਹਿਬ ਆਪ ਜੀ ਦੇ ਚਰਨਾਂ ਵਿੱਚ ਕਰ ਰਹੇ ਨੇ। ਮੇਰੀ ਮੁਰਾਦ ਹੈ ਵੀਰ ਹਰਜਿੰਦਰ ਸਿੰਘ ਜਿੰਦਾ ਔਰ ਭਾਈ ਸੁਖਦੇਵ ਸਿੰਘ ਜੀ ਸੁੱਖਾ, ਜਿਨ੍ਹਾਂ ਨੇ ਕੌਮ ਦੇ ਡਿੱਗੇ ਹੋਏ ਪੱਗ, ਕੌਮ ਦੇ ਡਿੱਗੇ ਹੋਏ ਦਸਤਾਰ ਨੂੰ ਸਿਰ ਉੱਤੇ ਰੱਖਣ ਵਾਸਤੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਹੈ। ਖਿਆਲ ਰੱਖਿਓ, ਸਿੱਖ ਇਤਿਹਾਸ ਦੇ ਅੰਦਰ ਚਾਰ ਵੱਡੇ ਘੱਲੂਘਾਰੇ ਵਾਪਰੇ ਨੇ, ਚਾਰ ਘੱਲੂਘਾਰੇ ਵਾਪਰੇ ਨੇ। ਪਹਿਲਾ ਘੱਲੂਘਾਰਾ ਸਨ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਔਰ ਉਸ ਵੇਲੇ ਵਾਪਰਿਆ। ਦੂਜਾ ਘੱਲੂਘਾਰਾ ਜਿਹਨੂੰ ਸਿੱਖ ਇਤਿਹਾਸ ਦੇ ਅੰਦਰ ਛੋਟੇ ਘੱਲੂਘਾਰੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਸਨ 1745 ਈਸਵੀ ਲਖਪਤ ਰਾਏ ਦੇ ਵੇਲੇ ਵਾਪਰਿਆ। ਤੀਜਾ ਘੱਲੂਘਾਰਾ ਸਨ 1761 ਈਸਵੀ ਔਰ ਮਾਲਵਾ ਪ੍ਰਦੇਸ਼ ਕੋਪਰ ਹੀਰੇ ਦੇ ਮੁਕਾਮ ਤੇ ਵਾਪਰਿਆ। ਔਰ ਚੌਥਾ ਤੇ ਸਭ ਤੋਂ ਵੱਡਾ ਘੱਲੂਘਾਰਾ ਜਿਹਨੂੰ ਮੌਜੂਦਾ ਦੌਰ ਦੇ ਅੰਦਰ ਲੋਕਤੰਤਰਕ ਸਰਕਾਰ ਕਿਹਾ ਜਾਂਦਾ ਹੈ, ਸਨ 1984 ਵੇਲੇ ਵਾਪਰਿਆ, ਜਿਹਨੂੰ ਸਮੇਂ ਦੀ ਸਰਕਾਰ ਨੇ ਨਾਮ ਦਿੱਤਾ ਆਪਰੇਸ਼ਨ ਬਲੂ ਸਟਾਰ। ਔਰ ਵਾਪਰਿਆ ਕੀ ਆਓ ਜ਼ਿਕਰ ਕੀਤਾ ਕਿਸੇ ਸ਼ਾਇਰ ਨੇ, ਉਹ ਕਹਿੰਦਾ ਸਨ 84 1900 ਦੇ ਜੂਨ ਮਹੀਨਾ, 1984 ਈਸਵੀ ਦਾ ਸਾਲ ਹੈ, ਸਨ 84 1900 ਦੇ ਜੂਨ ਮਹੀਨਾ ਹਿੰਦ ਫੌਜ ਨੇ ਬੀੜੀਆਂ ਆ ਗਨ ਮਸ਼ੀਨਾਂ ਹਰ ਮੰਦਰ ਨੂੰ ਜਾਲਮਾਂ ਆ ਘੇਰਾ ਪਾਇਆ ਤੇ ਸ਼ਹੀਦੀ ਪੁਰਬ ਤੇ ਚੰਦੂਆਂ ਮੁੜ ਕਹਿਰ ਕਮਾਇਆ, ਗੰਗੂ ਚੰਦੂ ਤੇ ਸੁੱਜਾ ਨਦ ਦੀਆਂ ਫੌਜਾਂ ਇੱਕ ਵਾਰੀ ਫਿਰ ਚੱਕੀ ਆਈਆਂ, ਸ਼ਹੀਦੀ ਪੁਰਬ ਤੇ ਚੰਦੂਆਂ ਮੁੜ ਕਹਿਰ ਕਮਾਇਆ। ਕਹਿੰਦੇ ਹੁਕਮ ਪਾ ਸਰਕਾਰ ਦਾ ਕੀਤੀ ਫੌਜ ਚੜ੍ਹਾਈ, ਤੋਪਾਂ ਤੇ ਟੈਂਕ ਪੁੱਜ ਗਏ ਝੱਟ ਕਰਕੇ ਧਾਈ, ਉੱਥੇ ਲੱਖਾਂ ਫੌਜੀ ਪੁੱਜ ਗਏ ਸੀ ਬੈਰੀ ਬਣ ਕੇ, ਹਰ ਮੰਦਰ ਨੂੰ ਘੇਰਿਆ ਜ਼ਾਲਮ ਆ ਤਣ ਕੇ, ਫਿਰ ਤੱਕਿਆ ਕੇਲਾ ਫੌਜ ਦਾ ਸੰਤ ਜੋਸ਼ ਵਿੱਚ ਆਏ, ਸੰਤ ਬਾਬਾ ਜਨਰਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਦੋਂ ਤੱਕਿਆ ਕੇਲਾ ਫੌਜ ਦਾ ਸੰਤ ਜੋਸ਼ ਵਿੱਚ ਆਏ, ਸ਼ਹੀਦੀ ਬਾਣੇ ਪਹਿਨ ਲਏ ਸ਼ਸਤਰ ਉਠਾਏ, ਕਹਿੰਦੇ ਰੰਗ ਬਖਾਣੀ ਪੰਥ ਦੀ ਅੱਜ ਮੌਕਾ ਆਇਆ, ਵੇਖਿਓ ਸੁੱਕਾ ਬਚ ਕੇ ਜਾਏ ਨਾ ਕੋਈ ਗੰਗੂ ਦਾ ਜਾਇਆ,
ਚਾਰ ਜੂਨ ਦੇ ਸੁਬਾਹ ਦੇ ਫਿਰ ਚਾਰ ਸੀ ਵਜੇ ਫਿਰ ਬਾਕੇ ਰੰਗ ਸਮੇਤ ਦੇ ਵਿੱਚ ਗਰਜਣ ਲੱਗੇ ਮੌਤ ਰਾਣੀ ਨੂੰ ਪਰਣ ਦੀ ਇਸੇ ਮਾਤੇ ਅੱਗੇ ਅਖੀਰ ਕਰੀ ਜਦ ਪਹੁੰਚ ਗਈ ਜੂਜੋ ਕੋ ਦਾਓ ਉੱਥੇ ਸੀਸ ਭਲੀ ਤੇ ਧਰਨ ਲਈ ਮਨ ਚੜਿਆ ਚਾਓ ਫਿਰ ਸੰਤ ਜਰਨੈਲ ਸਿੰਘ ਤੁਰ ਪਏ ਛਾਡੇ ਜਾ ਪਾਰੇ ਤੁਰ ਪਏ ਬਾਕੀ ਸਿੰਘ ਵੀ ਸਾਥੀ ਸੀ ਸਾਰੇ ਉਹ ਤੈ ਖਾਨੇ ਚੋਂ ਨਿਕਲ ਕੇ ਮੈਦਾਨ ਚ ਆਏ ਤੇ ਹਰ ਮੰਦਰ ਤਾਈ ਚੁੱਕ ਕੇ ਸੀ ਸੀਸ ਝੁਕਾਏ ਝੁਕਾ ਕੇ ਸੀਸ ਜ਼ਾਲਮ ਫੌਜ ਉਹਨੇ ਵਿੱਚ ਪੈਰਾਂ ਦੇ ਰੋਲੀ ਸੀ ਤੇ ਕਵੀ ਕਹਿੰਦਾ ਉਸ ਸੱਚੇ ਸੰਤ ਸਿਪਾਹੀ ਬਿਨ ਕਿਸੇ ਤੋਪਾਂ ਮੂਹਰੇ ਤਰਨਾ ਨਹੀਂ ਅੱਜ ਸੰਤ ਤਾਂ ਫਿਰਨ ਬਥੇਰੇ ਪਏ ਪਰ ਕਿਸੇ ਪਿੰਡਰਾਂ ਵਾਲਾ ਬਣਨਾ ਨਹੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਜੋ ਸ਼ਬਦ ਉਹਨਾਂ ਕਹੇ ਉਹਨਾਂ ਸ਼ਬਦਾਂ ਨੂੰ ਪੂਰੀਆਂ ਕਰਦੇ ਹੋਇਆ ਆਪ ਸ਼ਹਾਦਤਾਂ ਦਾ ਜਾਮ ਪੀ ਗਏ ਕੁਝ ਸਮਾਂ ਬੰਦ ਰੱਖਣ ਤੋਂ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਹਦੂਦ ਨੂੰ ਆਮ ਸਿੱਖ ਸੰਗਤਾਂ ਵਾਸਤੇ ਖੋਲ੍ਹਿਆ ਗਿਆ ਬਹੁਤ ਸਾਰੀਆਂ ਸਿੱਖ ਸੰਗਤਾਂ ਦਰਸ਼ਨ ਦੀਦਾਰਿਆਂ ਵਾਸਤੇ ਆਈਆਂ ਪਰ ਜਦੋਂ ਧੱਕਿਆ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਧੱਕਿਆ ਸਿੱਖ ਸੰਗਤਾਂ ਦੇ ਨੈਣਾਂ ਦੇ ਵਿੱਚੋਂ ਆਪ ਹਾਰੇ ਹੱਥੋਂ ਅੱਥਰੂਆਂ ਦੇ ਹੜ ਵਗ ਤੁਰੇ ਹੈ ਬਹੁਤ ਸਾਰੇ ਨੌਜਵਾਨ ਉਸ ਵੇਲੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਏ ਜਿਹੜੇ ਕਾਜ਼ੀਆਂ ਨੂੰ ਫੜ ਕੇ ਬੈਠੇ ਹੋਏ ਹੈ ਪਰ ਇਹਨਾਂ ਨੌਜਵਾਨਾਂ ਦੇ ਵਿੱਚ ਇੱਕ ਜੋੜੀ ਆਈ ਹੈ ਜੋੜੀ ਉਹ ਜੋੜੀ ਕਿਹਦੀ ਹੈ ਵੀਰ ਜਿੰਦੇ ਸੁੱਖੇ ਦੀ ਜੋੜੀ ਇਹ ਜੋੜੀ ਵੀ ਹਾਜ਼ਰ ਹੋਈ ਜਦੋਂ ਇਹਨਾਂ ਢੱਕਿਆ ਹੋਇਆ ਤੱਕਿਆ ਸ੍ਰੀ ਅਕਾਲ ਤਖਤ ਸਾਹਿਬ ਜਦੋਂ ਸ਼ਰਮੀ ਸ਼ਰਮੀ ਹੋਈ ਤੱਕੀ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਇਮਾਰਤਾਂ ਇਹਨਾਂ ਦੋ ਵੀਰਾਂ ਨੇ ਪਹਿਲਾਂ ਟੇਕਿਆ ਮੱਥਾ ਧੰਨ ਗੁਰੂ ਹਰਿਮੰਦਰ ਸਾਹਿਬ ਸੱਤੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੋਚ ਕੇ ਅਰਦਾਸਾ ਇਹ ਦੋਵੇਂ ਵੀਰ ਆਓ ਤੱਕੋ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਿਆ ਹੋ ਕਰਕੇ ਕਿਵੇਂ ਆਪਸ ਵਿੱਚ ਵਿਚਾਰਾ ਕਰ ਰਹੇ ਨੇ ਜ਼ਾਲਮਾਂ ਨੂੰ ਸੁਣਦੇ ਲਾਉਣੇ ਪੈਣਗੇ ਕਿਵੇਂ ਆਪਸ ਵਿੱਚ ਵਿਚਾਰਨ ਦੀ ਸਾਂਝ ਹੋ ਰਹੀ ਹੈ ਆਓ ਢਾਡੀ ਸਿੰਘ ਬੇਨਤੀ ਬਿਨੈ ਕਿਉਂ ਕਰਦੇ ਜੀ
ਵੱਲ ਕਰ ਖੜੀਆਂ ਬਾਹਾਂ, ਦੋਵੇਂ ਸਿੰਘ ਸੂਰਮੇ ਉਹ ਡੱਠੇ ਤਖ਼ਤ ਅਕਾਲ ਵੱਲ ਕਰ ਖੜੀਆਂ ਬਾਹਾਂ, ਕਹਿੰਦੇ ਸੱਚੇ ਪਾਤਸ਼ਾਹ ਸੌ ਤੇਰੀ ਖਾਵਾਂ, ਜਿਨ੍ਹਾਂ ਢਾਇਆ ਤੇਰੇ ਤਖ਼ਤ ਨੂੰ ਮੈਂ ਦਿਆਂ ਸਜਾਵਾਂ, ਮੈਂ ਮਾਸ ਉਹਨਾਂ ਦਾ ਤੋੜ ਕੇ ਕੁੱਤਿਆਂ ਨੂੰ ਪਾਵਾਂ, ਮੈਂ ਤੜਤੜ ਮਾਰਾਂ ਗੋਲੀਆਂ ਜੰਮਪੁਰੀ ਪਜਾਵਾਂ, ਵੱਲ ਬਖਸ਼ੀ ਮੈਨੂੰ ਸਤਿਗੁਰਾਂ ਨਾਲ ਚਿੱਤ ਡੁਲਾਵਾਂ। ਇਹ ਅਰਦਾਸ ਮੇਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਖੜਿਆ ਹੋ ਕਰਕੇ ਇਹਨਾਂ ਦੋਵਾਂ ਸਿੰਘਾਂ ਸੂਰਬੀਰਾਂ ਨੇ ਕੀਤੀ ਹੈ। ਇੱਕਾ ਤਾਂ ਖਿਆਲ ਰੱਖਿਓ ਗੁਰੂ ਪਿਆਰੀ ਸਾਧ ਸੰਗਤ, ਸਰਕਾਰਾਂ ਭਾਵੇਂ ਪਹਿਲਾਂ ਦੀਆਂ ਜਦੋਂ ਡਿਕਟੇਟਰਸ਼ਿਪ ਹੋਇਆ ਕਰਦੀ ਸੀ ਅਤੇ ਭਾਵੇਂ ਅੱਜ ਲੋਕਤੰਤਰਿਕ ਸਰਕਾਰਾਂ ਨੇ, ਇਹ ਮੱਕਰ ਜਾਲ ਇਹ ਆਪ ਫੈਲਾਉਂਦੀਆਂ। ਹਕੀਕਤ ਕੀ ਹੈ? ਕਦੇ ਵੀ ਕੋਈ ਮਾਂ ਕਿਸੇ ਅੱਤਵਾਦੀ ਨੂੰ ਜਨਮ ਨਹੀਂ ਦਿੰਦੀ। ਕੀ ਕੋਈ ਬੱਚਾ ਜਨਮ ਤੋਂ ਅੱਤਵਾਦੀ ਹੋ ਸਕਦਾ? ਅੱਤਵਾਦੀ ਬਣਾਉਂਦੀਆਂ ਨੇ ਸਮੇਂ ਦੀਆਂ ਸਥਾਨਕ ਸਰਕਾਰਾਂ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਉਹਨਾਂ ਦੀ ਬਾਬਤ ਇਹੋ ਜਿਹਾ ਬਹੁਤ ਸਾਰਾ ਕੁੜ ਪ੍ਰਚਾਰ ਕੀਤਾ ਜਾਂਦਾ ਰਿਹਾ। ਕਈਆਂ ਨੇ ਕਿਹਾ ਜੀ ਉਹ ਹਿੰਦੂਆਂ ਦੇ ਦੁਸ਼ਮਣ ਨੇ, ਉਹ ਹਿੰਦੂ ਕੌਮ ਨੂੰ ਖਤਮ ਕਰਨਾ ਚਾਹੁੰਦੇ ਨੇ, ਔਰ ਜਾਣ ਬੁੱਝ ਕੇ ਉਹਨਾਂ ਦੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਵੀ ਕੀਤਾ ਜਾਂਦਾ ਰਿਹਾ। ਪਰ ਇਹ ਸੱਚਾਈ ਹੈ, ਜੇ ਸੱਚਮੁੱਚ ਸੰਤ ਜਰਨੈਲ ਪਿੰਡਰਾਂ ਵਾਲੇ ਅੱਤਵਾਦੀ ਹੁੰਦੇ ਜਾਂ ਹਿੰਦੂ ਕੌਮ ਦੇ ਵਿਰੋਧੀ ਹੁੰਦੇ ਤਾਂ ਮੈਂ ਖੁਦ ਆਪ ਸੁਲਤਾਨਪੁਰ ਲੋਧੀ ਤੋਂ ਬਿਲੋਂਗ ਕਰਦਾ ਹਾਂ। ਬਿਲਕੁਲ ਨਜ਼ਦੀਕ ਸਾਡਾ ਜੋ ਡਿਸਟ੍ਰਿਕਟ ਸ਼ਹਿਰ ਹੈ ਕਪੂਰਥਲਾ, ਰਮਾਇਣ ਨੂੰ ਅੱਗ ਲਾਈ ਗਈ ਉੱਥੇ। ਅੱਗ ਰਮਾਇਣ ਨੂੰ ਲੱਗਦੀ ਹੈ, ਹਿੰਦੂ ਧਰਮ ਗ੍ਰੰਥ ਹੈ। ਜੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਹਿੰਦੂ ਧਰਮ ਦੇ ਵਿਰੋਧੀ ਹੁੰਦੇ ਤਾਂ ਉਹਨਾਂ ਨੂੰ ਕੀ ਲੋੜ ਪਈ ਸੀ ਰਮਾਇਣ ਦਾ? ਕੇਸ ਖੁਦ ਉਹਨਾਂ ਨੇ ਪੈਸੇ ਆਪਣੇ ਕੋਲੋਂ ਲਾ ਕੇ ਕੇਸ ਲੜਿਆ। ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਗੁਰਦੁਆਰਾ ਸਾਹਿਬ ਬਣਾਇਆ ਗਿਆ, ਪਰ ਜਿੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਉੱਥੇ ਨਾਲ ਬਿਲਕੁਲ ਉਹਦੇ ਨਾਲ ਉਹਨਾਂ ਹੀ ਸ਼ਾਨਦਾਰ ਮੰਦਰ ਵੀ ਤਾਮੀਰ ਕਰਵਾਇਆ ਗਿਆ, ਔਰ ਕੋਲੋਂ ਪੈਸੇ ਦੇ ਕੇ ਕਰਵਾਇਆ। ਬਹੁਤ ਸਾਰੇ ਹਿੰਦੂ ਪਰਿਵਾਰਾਂ ਦੀਆਂ ਬੱਚੀਆਂ ਜਿਨ੍ਹਾਂ ਨੂੰ ਦਾਜ ਦਹੇਜ ਖਾਤਰ ਪਰੇਸ਼ਾਨ ਕੀਤਾ ਜਾਂਦਾ ਸੀ, ਉਹਨਾਂ ਦਾ ਮੁੜ ਵਸੇਬਾ ਕਰਵਾਇਆ ਸੰਤ ਜਰਨੈਲ ਸਿੰਘ ਹੋਰਾਂ ਨੇ। ਪਰ ਉਹਨਾਂ ਦੇ ਮੱਥੇ 'ਤੇ ਇਹ ਦਾਗ ਦਾਗ ਦਿੱਤਾ ਗਿਆ ਕਿ ਜੀ ਉਹ ਹਿੰਦੂ ਕੌਮ ਦੇ ਦੁਸ਼ਮਣ ਸਨ। ਪਰ ਇੱਕ ਗੱਲ ਦਾ ਖਿਆਲ ਰੱਖਿਓ, ਮੈਂ ਅਰਜ਼ ਕਰ ਰਿਹਾ ਸਾਂ, ਵੀਰ ਹਰਜਿੰਦਰ ਸਿੰਘ ਜਿੰਦਾ ਅਤੇ ਸਰਦਾਰ ਸੁਖਦੇਵ ਸਿੰਘ ਸੁੱਖਾ, ਉਹਨਾਂ ਸਮਿਆਂ ਦੇ ਅੰਦਰ ਸਰਦਾਰ ਸੁਖਦੇਵ ਸਿੰਘ ਜੀ ਸੁੱਖਾ ਐੱਮ ਏ ਇੰਗਲਿਸ਼ ਕਰ ਰਹੇ ਸਨ, ਉਹ ਐੱਮ ਏ ਇੰਗਲਿਸ਼ ਦਾ ਸਟੂਡੈਂਟ ਸੀ ਉਸ ਵੇਲੇ। ਸਰਦਾਰ ਸੁਖਦੇਵ ਸਿੰਘ ਜੀ ਸੁੱਖਾ ਉਹ ਇੰਗਲਿਸ਼ ਐੱਮ ਏ ਕਰ ਰਹੇ ਸਨ, ਅਤੇ ਦੂਜੇ ਪਾਸੇ ਵੀਰ ਹਰਜਿੰਦਰ ਸਿੰਘ ਜੀ ਹਰਜਿੰਦਰ ਸਿੰਘ ਜਿੰਦਾ ਬੀ ਏ ਸੈਕਿੰਡ ਈਅਰ ਦਾ ਵਿਦਿਆਰਥੀ ਸੀ, ਉਹ ਕਾਲਜ ਵਿੱਚ ਪੜ੍ਹਦੇ ਸਨ। ਔਰ ਹਰੇਕ ਨੌਜਵਾਨ ਦੀ ਜੋ ਤਮੰਨਾ ਹੁੰਦੀ ਹੈ, ਬਹੁਤ ਸਾਰੇ ਨੌਜਵਾਨ ਨੇ ਕੋਈ ਆਈਲੈਟਸ ਕਰਕੇ ਆਇਆ, ਕੋਈ ਕਿਸੇ ਤਰੀਕੇ ਨਾਲ ਆਇਆ, ਇੱਥੇ ਵਿਦੇਸ਼ਾਂ ਦੀ ਧਰਤੀ ਇੱਥੇ ਆ ਕੇ ਆਪਣੇ ਆਪ ਨੂੰ ਸੈਟਲ ਕਰਨ ਵਾਸਤੇ ਅਸੀਂ ਸਾਰੇ ਆਏ ਹਾਂ। ਹਰ ਇੱਕ ਬੰਦੇ ਦੀ ਮਨ ਦੀ ਭਾਵਨਾ ਹੁੰਦੀ ਹੈ ਕਿ ਮੈਂ ਵੱਡਾ ਕਾਰੋਬਾਰ ਕਰਾਂ, ਦੁਨੀਆਂ ਵਿੱਚ ਮੇਰਾ ਵੀ ਨਾਮਣਾ ਹੋਵੇ। ਪਰ ਇਹੋ ਜਿਹੀਆਂ ਉਹ ਕਿਹੜੀਆਂ ਮਜਬੂਰੀਆਂ ਸਨ ਜਿਨ੍ਹਾਂ ਮਜਬੂਰੀਆਂ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਸ਼ਸਤਰ ਫੜਾ ਦਿੱਤੇ? ਜੇ ਸੱਚਾਈ ਨੂੰ ਪੜ੍ਹਨਾ ਇਹਨਾਂ ਦੋਹਾਂ ਵੀਰਾਂ ਦੀਆਂ, ਵੀਰ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਲਿਖੀ ਹੋਈ ਪੁਸਤਕ ਜੇਲ੍ਹ ਚਿੱਠੀਆਂ ਪੜ੍ਹਨ ਦੇ ਯੋਗ ਹੈ। ਉਹਦੇ ਵਿੱਚ ਉਹਨਾਂ ਨੇ ਸਾਰਿਆਂ ਕਾਰਨਾਂ ਨੂੰ ਤਫਸੀਲ ਸਹਿਤ ਲਿਖਿਆ। ਅੱਜ ਮੈਂ ਕਰ ਰਿਹਾ ਸਾਂ, ਕੇਵਲ ਇਕੱਲੇ ਹਰਜਿੰਦਰ ਸਿੰਘ ਜਿੰਦਾ ਜਾਂ ਸੁਖਦੇਵ ਸਿੰਘ ਸੁੱਖਾ, ਇਹ ਦੋਵੇਂ ਵੀਰ ਨਹੀਂ ਸਨ ਆਏ, ਬਹੁਤ ਸਾਰੀਆਂ ਸੰਗਤਾਂ ਸਨ, ਬਹੁਤ ਸਾਰੇ ਨੌਜਵਾਨ ਸਨ। ਜਦੋਂ ਢੱਠਿਆ ਹੋਇਆ ਅਕਾਲ ਤਖ਼ਤ ਦਾ ਗੁੰਬਦ ਵੇਖ ਰਹੇ ਸਨ, ਉਹਨਾਂ ਦੀਆਂ ਤਾਹਾਂ ਨਿਕਲ ਰਹੀਆਂ ਸਨ, ਤਾਹਾਂ ਚਾਰ ਚੁਫੇਰੇ ਫਰਸ਼ ਉੱਤੇ ਡੁੱਲਿਆ ਹੋਇਆ ਖੂਨ, ਪਾਵਨ ਪਵਿੱਤਰ ਸਰੋਵਰ ਉਹਦੇ ਉਸ ਸਰੋਵਰ ਦੇ ਵਿੱਚ ਉਹਨਾਂ ਦਿਨਾਂ ਦੇ ਅੰਦਰ ਭਰਿਆ ਹੋਇਆ ਖੂਨ, ਔਰ ਉਹ ਨਾਲੀਆਂ ਜਿਨ੍ਹਾਂ ਨਾਲੀਆਂ ਦੇ ਰਾਹੀਂ ਪਾਣੀ ਆਮ ਤੌਰ 'ਤੇ ਜੋ ਨਿਕਾਸੀ ਦਾ ਪਾਣੀ ਬਾਹਰ ਨਿਕਲਦਾ ਹੈ, ਉਹਨਾਂ ਵਿੱਚੋਂ ਖੂਨ ਵਹਿੰਦਾ ਹੋਇਆ ਆਮ ਸਿੱਖ ਸੰਗਤਾਂ ਨੇ ਤੱਕਿਆ। ਗੁਰੂ ਪਿਆਰੀ ਸਾਧ ਸੰਗਤ, ਇਹਨਾਂ ਦੋਹਾਂ ਵੀਰਾਂ ਨੇ ਮਨ ਹੀ ਮਨ ਵਿੱਚ ਪ੍ਰਤਿਗਿਆ ਕੀਤੀ ਔਰ ਆਪਣੇ ਟਾਰਗੇਟ ਦੇ ਪਿੱਛੇ ਲੱਗ ਗਏ। ਇਹਨਾਂ ਦਿਨਾਂ ਦੇ ਅੰਦਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ, ਗੁਰਦੇਵ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਸਦਕਾ ਇੱਕ ਹੋਰ ਜੋੜੀ, ਇਹ ਗੱਲ ਖਿਆਲ ਰੱਖਣ ਯੋਗ ਹੈ ਕਿ ਜੋੜੀਆਂ ਗੁਰਦੇਵ ਸੱਚੇ ਪਾਤਸ਼ਾਹ ਧੁਰ ਤੋਂ ਬਣਾ ਕੇ ਭੇਜਦੇ ਨੇ, ਇਹ ਜੋੜੀਆਂ ਧੁਰ ਤੋਂ ਬਣੀਆਂ ਹੋਈਆਂ ਹੁੰਦੀਆਂ ਨੇ। ਔਰ ਕਦੇ ਖਿਆਲ ਕਰਕੇ ਵੇਖੋ, ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਦੀ ਜੋੜੀ ਚੰਪੌਰ ਦੇ ਯੁੱਧ ਅੰਦਰ ਲੜਦੀ ਹੋਈ ਸ਼ਹੀਦ ਹੁੰਦੀ ਹੈ, ਅਜੀਤ ਸਿੰਘ ਅਤੇ ਜੁਝਾਰ ਸਿੰਘ ਦੀ ਜੋੜੀ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਜੋੜੀ, ਫਿਰ ਭਾਈ ਵੀਰ ਸਿੰਘ ਅਤੇ ਭਾਈ ਤੀਰ ਸਿੰਘ ਦੀ ਜੋੜੀ ਤਲਵੰਡੀ ਸਾਬੋ ਦਮਦਮਾ ਸਾਹਿਬ, ਚੌਧਰੀ ਡੱਲੇ ਦੇ ਮਨ ਦਾ ਬਣਿਆ ਹੋਇਆ ਭਰਮ ਦੂਰ ਕਰਦੀ ਹੈ, ਭਾਈ ਵੀਰ ਸਿੰਘ ਅਤੇ ਭਾਈ ਧੀਰ ਸਿੰਘ ਦੀ ਜੋੜੀ, ਕਦੇ ਪਾਪੀ ਮੱਸਾ ਰਗੜ ਦਰਬਾਰ ਸਾਹਿਬ ਦੀ ਧਰਤੀ 'ਤੇ ਬਹਿੰਦਾ ਬੇਅਦਬੀ ਕਰਦਾ, ਹੁੱਕਾ ਪੀਂਦਾ, ਮੁਦਰੇ ਕਰਾਉਂਦਾ, ਅਤੇ ਚੱਲ ਕੇ ਆਉਂਦੀ ਆ ਬੀਕਾਨੇਰ ਤੋਂ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦੀ ਜੋੜੀ, ਔਰ ਉਸ ਤੋਂ ਉਪਰੰਤ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖੇ ਦੀ ਜੋੜੀ, ਔਰ ਇੱਕ ਹੋਰ ਜੋੜੀ ਦਿੱਲੀ ਦੀ ਧਰਤੀ 'ਤੇ ਬਣੀ ਸਰਦਾਰ ਬੇਅੰਤ ਸਿੰਘ ਅਤੇ ਸਰਦਾਰ ਸਤਵੰਤ ਸਿੰਘ ਦੀ ਜੋੜੀ। ਇਹ ਜੋੜੀਆਂ ਧੁਰ ਤੋਂ ਬਣੀਆਂ ਹੋਈਆਂ ਹੁੰਦੀਆਂ ਨੇ। ਦਿੱਲੀ ਦੀ ਧਰਤੀ ਸਰਦਾਰ ਸਤਵੰਤ ਸਿੰਘ ਰਿਸ਼ਤੇਦਾਰੀ ਵਿੱਚ ਲੱਗਦੇ ਆਪਣੇ ਫੁੱਫੜ ਤੋਂ ਮਿਲਣ ਵਾਸਤੇ ਜਾਂਦਾ। ਕਈ ਵਾਰੀ ਜਦੋਂ ਕਦੇ ਇਹੋ ਜਿਹੇ ਵਾਕਿਆਤ ਹੁੰਦੇ ਨੇ ਨਾ, ਅੱਜ ਵੀ ਜਦੋਂ ਕਦੇ ਆਪਾਂ ਸਿਰ ਜੋੜ ਕੇ ਬਹਿੰਦੇ ਹਾਂ
ਤੇ ਗੱਲਾਂ ਕਰਦਿਆਂ ਕਰਦਿਆਂ ਜਦੋਂ ਜ਼ਿਕਰ ਕਰਦਾ ਕਿ ਕੌਮ ਬੜੀ ਢਹਿੰਦੀ ਕਲਾ ਵੱਲ ਜਾ ਰਹੀ ਹੈ ਤੇ ਜ਼ਿਕਰ ਕਰਦਿਆਂ ਕਰਦਿਆਂ ਫਿਰ ਕਈ ਵਾਰੀ ਇਹ ਸ਼ਬਦ ਆਪ ਤੁਹਾਰੇ ਮੂੰਹ ਚੋਂ ਨਿਕਲ ਜਾਂਦੇ ਨੇ ਵੀ ਕਦੇ ਮੌਕਾ ਬਣੇਗਾ, ਰੱਬ ਰਹਿਮਤ ਕਰੇਗਾ, ਕੋਈ ਆਵੇਗਾ, ਕੋਈ ਪੈਦਾ ਹੋਵੇਗਾ, ਕੋਈ ਪ੍ਰਗਟ ਹੋਵੇਗਾ ਜਿਹੜਾ ਕੌਮ ਨੂੰ ਸੇਧ ਦੇਵੇਗਾ। ਕਹਿੰਦੇ ਨੇ ਸਤਵੰਤ ਸਿੰਘ ਰਿਸ਼ਤੇ ਵਿੱਚ ਲੱਗਦੇ ਆਪਣੇ ਫੁੱਫੜ ਸਰਦਾਰ ਕੇਰ ਸਿੰਘ ਨੂੰ ਮਿਲਣ ਵਾਸਤੇ ਗਿਆ, ਗੱਲਾਂ ਬਾਤਾਂ ਹੋਈਆਂ ਤੇ ਕਹਿੰਦੇ ਨੇ ਵੀ ਇਹ ਬੇਅੰਤ ਸਿੰਘ ਜ਼ਿਕਰ ਕਰਦਿਆਂ ਕਰਦਿਆਂ ਜਦੋਂ ਇਹ ਗੱਲ ਚੱਲੀ ਕਹਿਣ ਲੱਗਾ, ਫੁੱਫੜ ਜੀ ਇੰਦਰਾ ਗਾਂਧੀ ਦੇ ਹੁਕਮ ਦੇ ਨਾਲ ਬਹੁਤ ਵੱਡਾ ਅਨਰਥ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਧਰਤੀ 'ਤੇ, ਨਿਰਦੋਸ਼ ਸਿੱਖ ਸੰਗਤਾਂ ਦਾ ਖੂਨ ਡੋਲਿਆ ਗਿਆ। ਉਹਨਾਂ ਕਿਹਾ ਹਾਂ ਮੈਨੂੰ ਪਤਾ ਹੈ। ਕਹਿਣ ਲੱਗਾ, ਫੁੱਫੜ ਜੀ ਇਹਨੇ ਕਤਲੇਆਮ ਤਾਂ ਕੀਤਾ ਬਹੁਤ, ਪਰ ਸਾਡਾ ਇਤਿਹਾਸ ਸਾਖੀ ਹੈ, ਸਰਦਾਰ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਮੱਸਾ ਨਹੀਂ ਸੀ ਛੱਡਿਆ। ਔਰ ਕਦੇ ਸਮਾਂ ਬਣੇਗਾ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦੀਆਂ ਰੂਹਾਂ ਆਉਣਗੀਆਂ, ਇੰਦਰਾ ਗਾਂਧੀ ਉਹਦੇ ਕੀਤੇ ਹੋਏ ਇਹਨਾਂ ਕੁਕਰਮਾਂ ਦੀ ਸਜ਼ਾ ਦਿੱਤੀ ਜਾਏਗੀ। ਸਰਦਾਰ ਕੇਰ ਸਿੰਘ ਕਹਿੰਦਾ, ਉਹ ਕਿਹੋ ਜਿਹੀਆਂ ਗੱਲਾਂ ਕਰਦਾ ਬੇਅੰਤ ਸਿੰਘ, ਔਰ ਤੂੰ ਕਿਉਂ ਨਹੀਂ ਸੁੱਖਾ ਸਿੰਘ ਬਣ ਜਾਂਦਾ? ਫੁੱਫੜ ਜੀ ਮੈਂ ਤਾਂ ਬਣ ਜਾਵਾਂਗਾ, ਪਰ ਲੋੜ ਮਹਿਤਾਬ ਸਿੰਘ ਦੀ ਵੀ ਤਾਂ ਪੈਗੀ ਨਾ। ਮੈਂ ਤਾਂ ਸੁੱਖਾ ਸਿੰਘ ਬਣਨ ਵਾਸਤੇ ਤਿਆਰ ਹਾਂ, ਪਰ ਕੋਈ ਮਹਿਤਾਬ ਸਿੰਘ ਵੀ ਤਾਂ ਚਾਹੀਦਾ ਨਾ। ਇੱਕ ਬੇਨਤੀ ਮੈਂ ਹੋਰ ਆਪ ਜੀ ਦੇ ਚਰਨਾਂ ਦੇ ਵਿੱਚ ਅਰਜ਼ ਕਰਦੇ ਹਾਂ, ਕਿਉਂਕਿ ਜਦੋਂ ਵੀ ਕਦੀ ਆਪੋ 'ਚ ਅਸੀਂ ਇਹ ਵਿਚਾਰਾ ਕਰਦੇ ਹਾਂ, ਸਰਦਾਰ ਕੇਰ ਸਿੰਘ ਨੇ ਅੱਗੋਂ ਇਹ ਗੱਲ ਕਹਿੰਦਿਆਂ ਹੋਇਆ ਝਟਿਆ, ਬੇਅੰਤ ਸਿੰਘ ਤੇਰੇ ਵਰਗੇ ਪੜ੍ਹੇ ਲਿਖੇ ਮੁੰਡੇ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਜਿਹੜੀਆਂ ਕੌਮਾਂ ਇਸ ਸਵਾਲ ਵਿੱਚ ਡੁੱਬ ਜਾਵਣ ਤੇ ਜਦੋਂ ਬਿਰਤਾ ਦੀ ਘੜੀ ਪਵੇ ਤੇ ਕੋਈ ਧੁਰਤੋਂ ਕੋਈ ਇਲਾਹੀ ਅਵਤਾਰ ਆਵੇਗਾ, ਯਦਾ ਯਦਾ ਹੈ ਧਰਮਸਯ ਗਲਾਨੀਨ ਭਵਤੀ ਭਾਰਤ, ਇਹ ਕਿਸੇ ਗੀਤਾ ਦਾ ਸਲੋਕ ਤੇ ਹੋ ਸਕਦਾ ਹੈ, ਕਿਸੇ ਹੋਰ ਧਰਮ ਦੀ ਮਾਨਤਾ ਤੇ ਹੋ ਸਕਦੀ ਹੈ ਕਿ ਧਰਮ ਦੀ ਹਾਨੀ ਹੋਵੇ, ਅਵਤਾਰ ਪੈਦਾ ਹੁੰਦੇ ਨੇ, ਪਰ ਸਿੱਖ ਧਰਮ ਤੇ ਸਿੱਖੀ ਸਿਧਾਂਤਾਂ ਦੇ ਅੰਦਰ ਨਹੀਂ। ਪੰਜਾਬ ਦੀ ਧਰਤੀ ਕਤਲੋ ਗਾਰਤ ਹੁੰਦੀ ਹੈ, ਕਲਗੀਧਰ ਦਸ਼ਮੇਸ਼ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦੇੜ ਜਾਂਦੇ ਨੇ, ਬਾਬਾ ਬੰਦਾ ਸਿੰਘ ਬਹਾਦਰ ਦਾ ਕੋਈ ਅਵਤਾਰ ਨਹੀਂ ਸੀ ਹੋਇਆ, ਆਮ ਜਿਹਾ ਇਨਸਾਨ ਸੀ ਉਹ, ਪਰ ਉਹਨੂੰ ਥਾਪੜਾ ਦੇ ਕੇ ਸੱਚੇ ਪਾਤਸ਼ਾਹ ਨੇ ਪੰਜਾਬ ਦੀ ਧਰਤੀ ਤੇ ਤੋੜਿਆ, ਔਰ ਉਹਨੇ ਜ਼ਾਲਮਾਂ ਨੂੰ ਗਿਣ ਗਿਣ ਕੇ ਸੌਦੇ ਲਾਏ, ਇਤਿਹਾਸ ਆਪ ਜੀ ਨੇ ਪਿਛਲੀ ਵੀਕ ਵਿੱਚ ਸਰਵਣ ਕੀਤਾ ਹੈ, ਗਿਣ ਗਿਣ ਕੇ ਸੌਦੇ ਲਾਏ। ਸੋ ਇਹ ਸਿੱਖੀ ਸਿਧਾਂਤ ਤਾਂ ਬਿਲਕੁਲ ਨਹੀਂ ਹੈ। ਗੁਰੂ ਪਿਆਰੀ ਸਾਧ ਸੰਗਤ, ਸਰਦਾਰ ਬੇਅੰਤ ਸਿੰਘ ਨੂੰ ਰਜ਼ਾਮੰਦ ਕਰ ਲਿਆ ਸਰਦਾਰ ਕੇਰ ਸਿੰਘ ਨੇ, ਤੇ ਫਿਰ ਬੇਅੰਤ ਸਿੰਘ ਦੇ ਨਾਲ ਸੁੱਖਾ ਸਿੰਘ ਦੇ ਨਾਲ ਮਹਿਤਾਬ ਸਿੰਘ ਆਪੇ ਆ ਰਲਿਆ। ਸਰਦਾਰ ਸਤਵੰਤ ਸਿੰਘ 31 ਅਕਤੂਬਰ 1984 ਨੂੰ ਇਹਨਾਂ ਨੇ ਪਾਪੜ ਇੰਦਰਾ ਨੂੰ ਉਹਦੇ ਕੀਤੇ ਹੋਏ ਕਾਰਿਆਂ ਬਦਲੇ ਸੋਧਾ ਲਾ ਦਿੱਤਾ, ਟੀਸੀ ਦਾ ਵੇਰ ਝਾੜਿਆ ਸਿੰਘਾਂ ਨੇ, ਟੀਸੀ ਦਾ ਵੇਰ, ਜਿਹਨਾਂ ਨੂੰ ਕਦੇ ਗੱਲਾਂ ਕਰਦੇ ਸਨ ਲਾਲੇ ਵੀ ਤੁਹਾਡਾ ਮਾਰ ਦਿੱਤਾ ਭਿੰਡਰਾਂ ਵਾਲਾ, ਉਹ ਤੁਹਾਡੇ ਸ਼ਹੀਦ ਕਰ ਦਿੱਤੇ ਖਾੜਕੂ, ਉਹ ਫਿਰ ਡਰਦੇ ਅੰਦਰਾਂ ਵਿੱਚ ਦੁਬਕ ਕੇ ਬੈਠ ਗਏ ਸਨ। ਸੋ ਇਹਨਾਂ ਸਿੰਘਾਂ ਨੇ ਟੀਸੀ ਦਾ ਵੇਰ ਝਾੜਿਆ, ਜਿਹਦੇ ਮੈਨੂੰ ਹੋਰ ਤਮੰਨਾ ਮਿਲੀ ਵੀ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ, ਇਹਨਾਂ ਦਾ ਟਾਰਗੇਟ ਸੀ ਉਸ ਵੇਲੇ ਦਾ ਫੌਜ ਮੁਖੀ ਜਨਰਲ ਅਰੁਣ ਕੁਮਾਰ ਵਿਦਿਆ, ਉਹਨੂੰ ਲੱਭਦੇ ਰਹੇ। ਕਹਿੰਦੇ ਨੇ ਰਿਟਾਇਰਮੈਂਟ ਤੋਂ ਮਗਰੋਂ ਇਹ ਪੁਣੇ ਦੀ ਧਰਤੀ ਜੰਗਲਾਂ ਦੇ ਵਿੱਚ ਜਾ ਕੇ ਨੇ ਕੋਠੀ ਪਾ ਲਈ, ਲੁਕ ਛਿਪ ਕੇ ਦਿਨ ਕੱਟੀ ਕਰ ਰਹੇ ਨੇ। ਸਿੰਘ ਲੱਭਦੇ ਲੱਭਦੇ ਹਰਜਿੰਦਰ ਸਿੰਘ ਜਿੰਦਾ ਤੇ ਸਰਦਾਰ ਸੁਖਦੇਵ ਸਿੰਘ ਸੁੱਖਾ ਇਹਦੇ ਮਗਰ ਪੁਣੇ ਦੀ ਧਰਤੀ ਤੇ ਪਹੁੰਚ ਜਾਂਦੇ ਨੇ। ਗੁਰੂ ਪਿਆਰੀ ਸਾਧ ਸੰਗਤ ਪਤਾ ਲੱਗ ਗਿਆ, ਅਗਸਤ 1986 ਅਗਸਤ ਮਹੀਨਾ ਜਦੋਂ ਸਿੰਘਾਂ ਨੇ ਪੁਣੇ ਦੀ ਧਰਤੀ ਤੇ ਜਾ ਕੇ ਨੂੰ ਲੱਭਿਆ। ਇਹਨਾਂ ਲੱਭਦੇ ਲਵਾਉਂਦੇ ਸਿੰਘ ਬੈਦਿਆਂ ਦੇ ਘਰਾਂ ਮੂਹਰੇ ਉਹਦੇ ਦਰਾਂ ਮੂਹਰੇ ਗੇੜੇ ਮਾਰਦੇ ਨੇ ਵੀ ਕਦੇ ਸਮਾਂ ਬਣੇ ਤੈਨੂੰ ਸੌਦਾ ਲਈਏ। ਉੱਧਰ ਇੱਕ ਸ਼ਾਇਰ ਕਿਸੇ ਕਵੀ ਦੇ ਦਿਲ ਦਾ ਬਲਬਲਾ ਹੈ, ਕਵਿਤਾ ਜਿਹੜੀ ਢਾਡੀ ਸਿੰਘ ਅਗਲੀ ਆਪ ਜੀ ਚਰਨਾਂ ਦੇ ਵਿੱਚ ਅਰਜ਼ ਕਰਨ ਜਾ ਰਹੇ ਨੇ, ਸ਼ਾਇਰ ਲਿਖਦਾ ਹੈ, ਉਹ ਕਹਿੰਦਾ ਵੀ ਬੈਦਿਆਂ ਦੀ ਘਰ ਦੀ ਰਾਤ ਨੂੰ ਸੁੱਤੀ ਹੋਈ ਹੈ, ਪਰ ਸਾਰੀ ਰਾਤ ਉਹ ਕੋਸ਼ਿਸ਼ ਕਰਦੇ ਆ ਵੀ ਅੱਖਾਂ ਵਿੱਚ ਨੀਂਦ ਰਿਹਾ, ਪਰ ਨੀਂਦ ਨਹੀਂ ਆਉਂਦੀ। ਇੱਧਰੋਂ ਸਵੇਰ ਦਾ ਟਾਈਮ ਹੋ ਗਿਆ ਅੰਮ੍ਰਿਤ ਵੇਲਾ, ਉੱਧਰੋਂ ਉਹਦੀਆਂ ਅੱਖਾਂ 'ਤੇ ਨੀਂਦ ਆ ਗਈ ਅਤੇ ਇੱਕ ਸੁਪਨਾ ਵੇਖਦੀ ਹੈ। ਕੀ ਤੱਕਦੀ ਹੈ? ਸੁਪਨੇ ਦੇ ਵਿੱਚ ਜਨਰਲ ਅਰੁਣ ਕੁਮਾਰ ਵੈਦਿਆ ਔਰ ਸਮੇਤ ਆਪਣੇ ਇਹਨਾਂ ਦੋਹਾਂ ਨੂੰ ਸਿੰਘਾਂ ਨੇ ਗੋਲੀਆਂ ਦੇ ਨਾਲ ਭੁੰਨ ਦਿੱਤਾ। ਜਦੋਂ ਇਹਨੇ ਸੁਪਨਾ ਵੇਖਿਆ ਇੱਕਦਮ ਉੱਭੜ ਕੇ ਉੱਠੀ, ਔਰ ਸੁਬਾਹ ਦੇ ਟਾਈਮ ਜਦੋਂ ਆਪੋ 'ਚ ਬੈਠ ਕੇ ਦੋਵੇਂ ਜਾਣੇ ਇਕੱਠੇ ਬੈਠ ਕੇ ਚਾਹ ਪੀਣ ਲੱਗਦੇ ਨੇ, ਚਾਹ ਪੀਂਦਿਆਂ ਹੋਇਆਂ ਜਦੋਂ ਉਹ ਪਰੇਸ਼ਾਨ ਹਾਲਤ 'ਚ ਦੇਖਾ ਵੈਦਿਆ ਨੇ ਤਾਂ ਉਹ ਸਵਾਲ ਕਰਦਾ ਕਿ ਪਰੇਸ਼ਾਨੀ ਦਾ ਕਾਰਨ ਕੀ ਹੈ, ਅਤੇ ਕਹਿਣ ਲੱਗੀ ਵੀ ਕਾਰਨ ਇਹ ਹੈ ਕਿ ਮੈਂ ਆਹ ਸੁਪਨਾ ਵੇਖਿਆ ਹੈ ਕਿ ਭਿੰਡਰਾਂ ਵਾਲੇ ਅਤੇ ਬੱਬਰ ਸ਼ੇਰ ਪੂਨੇ ਦੀ ਧਰਤੀ 'ਤੇ ਆ ਗਏ ਹੈ, ਔਰ ਉਹਨਾਂ ਨੇ ਤੈਨੂੰ ਅਤੇ ਮੈਨੂੰ ਆਪਾਂ ਦੋਹਾਂ ਨੂੰ ਗੱਡੀ ਚਾੜ ਦਿੱਤਾ। ਉਹ ਕਹਿੰਦਾ ਭੋਲੀ ਹੈ, ਭੋਲੀਆਂ ਗੱਲਾਂ ਕਰਦੀਆਂ ਹੈ, ਪਰ ਮੈਂ ਫੌਜ ਦਾ ਮੁਖੀ ਰਿਹਾ, ਮੈਂ ਬਹੁਤ ਉਹ ਘਾਣੀ ਸ਼ਾਂਤੀ ਹੈ, ਮੈਂ ਇੰਨੀਆਂ ਜੰਗਾਂ ਲੜੀਆਂ ਨੇ, ਮੈਨੂੰ ਭਲਾ ਕੋਈ ਕਿਵੇਂ ਮਾਰ ਸਕਦਾ ਹੈ? ਉਹ ਕਹਿੰਦੀ ਤੂੰ ਨਹੀਂ ਜਾਣਦਾ, ਮੈਂ ਇਹਨਾਂ ਸਿੰਘਾਂ ਦਾ ਇਤਿਹਾਸ ਪੜ੍ਹਿਆ ਹੈ ਕਿ ਕਦੇ ਵੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲੀ ਨੂੰ ਜਿਉਂਦਾ ਨਹੀਂ ਛੱਡਦੇ। ਸਨਮਾਨ ਜੋਸਾ ਸੰਗਤ, ਵੈਦਿਆਂ ਦੀ ਘਰ ਵਾਲੀ ਕਿਵੇਂ ਉਹਨੂੰ ਤਾਕੀਦ ਕਰ ਰਹੀ ਹੈ ਕਿ ਭਿੰਡਰਾਂ ਵਾਲੇ ਦੇ ਬੱਬਰ ਸ਼ੇਰ ਇੱਥੇ ਘੁੰਮਦੇ ਮੈਂ ਵੇਖੇ ਹੈ, ਮੈਨੂੰ ਸੁਪਨਾ ਕਿ ਸੁਤਾਉਂਦਾ ਹੈ, ਕਿਤੇ ਅੰਮ੍ਰਿਤ ਵੇਲਾ ਵੇਖਿਆ ਹੋਇਆ ਮੇਰਾ ਇਹ ਸੁਪਨਾ ਸੱਚ ਸਾਬਤ ਨਾ ਹੋ ਜਾਵੇ, ਕਿਵੇਂ ਕਹਿ ਰਹੀ ਹੈ, ਕਿਵੇਂ ਸਮਝਾ ਰਹੀ ਹੈ? ਆਹ ਬੇਨਤੀ ਸਿੰਘ ਆਪ ਦੇ ਚਰਨਾਂ 'ਚ ਕਰਦੇ ਹਾਂ।
ਪਤਨੀ ਉਹਨੂੰ ਸਮਝਾ ਰਹੀ ਹੈ। ਔਰ ਇਹ 17 ਦਾਸ ਦੇ ਸਾਥੀ ਸਰੰਗੀ ਮਾਸਟਰ ਵੀਰ ਸੁਰਜੀਤ ਸਿੰਘ ਜੀ ਸਫਰੀ ਉਹਨਾਂ ਦੀ ਕਲਮ ਤੋਂ ਲਿਖੀਆਂ ਹੋਈਆਂ ਨੇ। ਸਨਮਾਨਯੋਗ ਸਾਧ ਸੰਗਤ, ਉਹ ਡਰ ਰਹੀ ਹੈ, ਕੰਬ ਰਹੀ ਹੈ ਤੇ ਨਾਲ ਦੀ ਨਾਲ ਆਪਣਾ ਸੁਪਨਾ ਦੱਸਦੀ ਹੈ ਤੇ ਇਹ ਵੀ ਕਹਿੰਦੀ ਹੈ ਕਿ ਮੈਂ ਸੁਣਿਆ ਹੈ ਵੱਡ ਵਡੇਰਿਆਂ ਤੋਂ ਤੇ ਸੁਬਹ ਦੇ ਵੇਲੇ ਵੇਖਿਆ ਹੋਇਆ ਸੁਪਨਾ ਅਕਸਰ ਕਈ ਵਾਰ ਪੂਰਾ ਹੋ ਜਾਇਆ ਕਰਦਾ ਹੈ। ਮੈਨੂੰ ਇਹ ਡਰ ਖਾਂਦਾ ਹੈ, ਮੈਨੂੰ ਇਹ ਚਿੰਤਾ ਵੱਧ ਵੱਧ ਖਾਂਦੀ ਹੈ। ਵੈਦਿਆ ਵਿੱਚੋਂ ਤਾਂ ਉਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਹਕੀਕਤ ਵਿੱਚ ਉਹ ਖੁਦ ਵੀ ਅੰਦਰੋਂ ਡਰਿਆ ਹੋਇਆ ਹੈ। ਪਰ ਵੈਦਿਆ ਦੀ ਪਤਨੀ ਕਹਿੰਦੀ ਹੈ ਕਿ ਜਿਸ ਦਿਨ ਦੀ ਤੈਂ ਇਹ ਕਰਤੂਤ ਕੀਤੀ ਆ ਸੱਚ ਪੁੱਛੇ ਤੇ ਉਸ ਦਿਨ ਤਾਂ ਮੈਂ ਕਦੇ ਵੀ ਰੱਜ ਕੇ ਸੌਂ ਕੇ ਨਹੀਂ ਵੇਖਿਆ। ਮੈਂ ਇਹਨਾਂ ਸਿੱਖਾਂ ਦਾ ਇਤਿਹਾਸ ਪੜ੍ਹਿਆ, ਇਹਨਾਂ ਦਾ ਇਤਿਹਾਸ ਵਾਚਿਆ। ਮੈਂ ਜਦੋਂ ਦਰਬਾਰ ਸਾਹਿਬ ਦੀ ਬੇਦਬੀ ਜਦੋਂ ਜਦੋਂ ਜਿਸ ਜਿਸ ਬੰਦੇ ਨੇ ਵੀ ਕੀਤੀ, ਨਾ ਤਾਂ ਇਹਨਾਂ ਨੇ ਉਹਦੇ ਨਾਲ ਸੰਧੀ ਕੀਤੀ ਤੇ ਨਾ ਕਦੇ ਦਿਲ ਵਿੱਚੋਂ ਵੈਰ ਗਵਾਇਆ, ਕਦੇ ਦਿਲ ਵਿੱਚੋਂ ਵੈਰ ਨਹੀਂ ਗਵਾਉਂਦੇ। ਕਿ ਚੇਤਾ ਰੱਖਿਓ, ਇਹ ਲਕਬ ਸਾਨੂੰ ਸਾਡੇ ਦੁਸ਼ਮਣਾਂ ਦੇ ਬਖਸ਼ੇ ਹੋਏ ਨੇ। ਉਹ ਕਹਿੰਦੀ ਐਵੇਂ ਨਹੀਂ, ਔਰੰਗਜ਼ੇਬ ਵਰਗੇ ਸ਼ਾਸਕਾਂ ਨੇ ਇਹਨਾਂ ਨੂੰ ਸੱਪ ਕਿਹਾ, ਇਹ ਬੜੇ ਜ਼ਹਿਰੀਲੇ ਸੱਪ ਹਨ। ਇੱਕ ਸੱਚਾਈ ਹੈ, ਜ਼ਫਰਨਾਮੇ ਦੇ ਅੰਦਰ ਬਕਾਇਦਾ ਕਲਗੀਧਰ ਦਸ਼ਮੇਸ਼ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ। ਕਿਉਂਕਿ ਔਰੰਗਜ਼ੇਬ ਵੱਲੋਂ ਕਲਗੀਧਰ ਦਸ਼ਮੇਸ਼ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਲਖਤੇ ਜ਼ਿਕਰ ਰਾਜ ਦੁਆਰੇ ਉਹਨਾਂ ਦੀਆਂ ਸ਼ਹੀਦੀਆਂ ਹੋਣ ਦੇ ਉਪਰੰਤ ਉਹਨਾਂ ਨੂੰ ਸੱਪ ਸ਼ਬਦ ਨਾਲ ਸੰਬੋਧਨ ਕੀਤਾ ਗਿਆ ਤੇ ਸੱਪਾਂ ਦੇ ਸਿਰ ਬਹਿ ਦਿੱਤੇ। ਸੁੱਚਾ ਆਨੰਦ ਵੱਲੋਂ ਇਹ ਬੋਲ ਕਹਿ ਗਏ ਸਨ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਕਿ ਸਪੋਲੀਆਂ ਨੂੰ ਸੱਪ ਨੂੰ ਮਾਰਨਾ ਤੇ ਸਪੋਲੀਆਂ ਨੂੰ ਛੱਡ ਦੇਣਾ ਸਿਆਣਪ ਨਹੀਂ ਹੁੰਦੀ। ਤੇ ਗੁਰਦੇਵ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਇਹ ਇਨਾਮੀ ਤੌਰ ਤੇ ਨਾਮ ਬਖਸ਼ਿਸ਼ ਕਰ ਦਿੱਤਾ। ਅੱਜ ਜਦੋਂ ਵੀ ਕਿਸੇ ਗੁਰਸਿੱਖ ਦੇ ਘਰੇ ਧੀ ਦਾ ਪੁੱਤਰ ਪੈਦਾ ਹੋਵੇ, ਜੇ ਪੁੱਤਰ ਪੈਦਾ ਹੋਵੇ ਕੋਈ ਸਵਾਲ ਕਰੇ ਵੀ ਅਕਾਲ ਪੁਰਖ ਨੇ ਕੀ ਬਖਸ਼ਿਸ਼ ਕੀਤੀ ਹੈ ਤੇ ਸਿੰਘ ਕਹਿੰਦਾ ਭੁਜੰਗੀ ਹੋਇਆ। ਤੇ ਭੁਜੰਗੀ ਸ਼ਬਦ ਜਿਹੜਾ ਨਾ, ਜਿਹੜਾ ਭੁਜੰਗ ਸ਼ਬਦ ਹੈ ਇਹਦਾ ਆਖਰੀ ਅਰਥ ਹੈ ਸੱਪ। ਭੁਜੰਗੀ ਹੋਇਆ ਪੁੱਤਰ ਹੋਵੇ ਤੇ ਭੁਜੰਗੀ, ਤੇ ਬੇਟੀ ਪੈਦਾ ਹੋਵੇ ਤੇ ਭੁਜੰਗਣ। ਪਰ ਇਹ ਇਨਾਮ, ਇਹ ਤਖੱਲਰ ਸਾਨੂੰ ਔਰੰਗਜ਼ੇਬ ਨੇ ਤੇ ਸਾਡੇ ਦੁਸ਼ਮਣਾਂ ਨੇ ਦਿੱਤਾ ਹੋਇਆ। ਜਾਪ ਸਾਹਿਬ ਪੜ੍ਹੀਏ ਨਾ, ਤੇ ਗੁਰਦੇਵ ਸੱਚੇ ਪਾਤਸ਼ਾਹ ਨੇ ਜਾਪ ਸਾਹਿਬ ਵਿੱਚ ਬਕਾਇਦਾ ਇਹ ਛੰਦ ਦਾ ਜ਼ਿਕਰ ਕੀਤਾ ਹੈ, ਕੋਈ ਅੰਗ ਪ੍ਰਿਆਤ ਛੰਦ। ਜਦੋਂ ਇਸ ਛੰਦ ਨੂੰ ਪੜ੍ਹਿਆ ਜਾਂਦਾ ਹੈ ਗੁਰੂ ਤੇਗ ਬਹਾਦਰ ਸਿੰਘ ਸਾਹਿਬਾਨ ਜਾਂ ਗੁਰਮੁਖ ਪਿਆਰੇ ਨਿਤਨੇਮ ਦੇ ਵਿੱਚ ਜਿਹੜੇ ਜਾਪ ਕਰਦੇ ਨੇ, ਜਦੋਂ ਪੜ੍ਹਿਆ ਜਾਂਦਾ ਹੈ ਤੇ ਜਾਪ ਸਾਹਿਬ ਦੇ ਵਿੱਚ ਜਿਹੜਾ ਇਹ ਛੰਦ ਆਉਂਦਾ ਨਾ, ਕੋਈ ਅੰਗ ਪ੍ਰਿਆਤ ਛੰਦ, ਇਹਦਾ ਆਖਰੀ ਅਰਥ ਹੀ ਇਹ ਆ ਕਿ ਸੱਪ ਦੀ ਤੋਰੇ ਤੁਰਨ ਵਾਲਾ ਛੰਦ। ਤੇ ਜਦੋਂ ਇਹ ਛੰਦ ਪੜ੍ਹਿਆ ਜਾਂਦਾ ਹੈ ਤਾਂ ਜ਼ੁਬਾਨ ਇਉਂ ਵਾਲ ਖਾਂਦੀ ਹੈ ਜਿਵੇਂ ਸੱਪ ਵਾਲ ਖਾ ਕੇ ਤੁਰਦਾ ਹੈ। ਸੋ ਇਹ ਨਾਮ ਸਾਨੂੰ ਸਾਡੇ ਦੁਸ਼ਮਣ ਨੇ ਦਿੱਤਾ ਹੋਇਆ। ਵੈਦਿਆ ਦੀ ਪਤਨੀ ਕਹਿੰਦੀ ਐਵੇਂ ਨਹੀਂ, ਇਹਨਾਂ ਨੂੰ ਸੱਪ ਕਿਹਾ, ਇਹ ਬੜੇ ਜ਼ਹਿਰੀਲੇ ਸੱਪ ਹਨ। ਜਦੋਂ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਮੱਸੇ ਰਗੜ ਨੇ, ਕਹਿੰਦੀ ਸੁੱਖਾਂ ਦੇ ਮਹਿਤਾਬ ਸਿੰਘ ਬੀਕਾ ਨੇਰੋਂ ਚਲ ਕੇ ਆਏ, ਮੈਂ ਆਪ ਪੜ੍ਹਿਆ। ਤੇ ਜੇ ਪੰਜਾਬ ਦੀ ਧਰਤੀ ਆ ਜਲਿਆਂ ਵਾਲੇ ਬਾਗ ਦਾ ਵਾਕਾ ਜਿੱਥੇ ਤੂੰ ਕਰਤੂਤ ਕਰਕੇ ਆਇਆ, ਉਹਦੇ ਬਿਲਕੁਲ ਨਾਲ ਜਨਰਲ ਡਾਇਰ ਵੱਲੋਂ ਵੀ ਕੀਤਾ ਗਿਆ ਸੀ ਮਾਈਕਲ ਅਡਵਾਇਰ ਦੇ ਹੁਕਮ ਦੇ ਨਾਲ। 21 ਸਾਲਾਂ ਬਾਅਦ ਆਗਲਿਆਂ ਨੇ ਲੰਡਨ ਵਿੱਚ ਜਾ ਕੇ ਢਾਲਿਆ ਸੀ, ਸੋਕਾ ਨਹੀਂ ਸੀ ਛੱਡਿਆ। ਤੇ ਹਾਲੇ ਤੇ ਕੱਲ੍ਹ ਦਾ ਟਾਈਮ ਹੈ, ਕੱਲ੍ਹ ਕੋਈ ਬਹੁਤਾ ਸਮਾਂ ਨਹੀਂ ਬੀਤਿਆ। ਆ ਇੰਦਰਾ ਗਾਂਧੀ ਨਾਲ ਕੀ ਹੋਇਆ 31 ਅਕਤੂਬਰ 1984, ਅਗਲਿਆਂ ਨੇ ਕੁਝ ਵੀ ਮਹੀਨੇ ਨਹੀਂ ਪੈਣ ਦਿੱਤੇ ਔਰ ਦੇਸ਼ ਦੀ ਪ੍ਰਧਾਨ ਮੰਤਰੀ, ਦੇਸ਼ ਦੀ PM ਉਹਨੂੰ ਗੱਡੀ ਚਾੜ੍ਹ ਦਿੱਤਾ। ਤੇ ਮੈਂ ਤੇ ਤੁਰਕੀ ਦੇ ਬਾਗ ਦੀ ਮੂਲੀ ਹਾਂ, ਮੈਨੂੰ ਇਸ ਗੱਲ ਦਾ ਡਰ, ਇਸ ਗੱਲ ਦਾ ਖੌਫ ਸਤਾਉਂਦਾ ਹੈ। ਇੱਕ ਸੱਚਾਈ ਹੈ ਸਨਮਾਨਯੋਗ ਸਾਧ ਸੰਗਤ, ਕਦੇ ਇਤਿਹਾਸ ਦੇ ਪੰਨਿਆਂ ਨੂੰ ਵਾਚ ਕੇ ਵੇਖੋ, ਇਤਿਹਾਸ ਦੇ ਪੰਨਿਆਂ ਦੀ ਪੜਚੋਲ ਕਰੋ। ਜੋ ਕੁਰਬਾਨੀਆਂ, ਜੋ ਜੋ ਜ਼ੁਲਮ ਸਿਤਮ ਸਮੇਂ ਦੀਆਂ ਸਰਕਾਰਾਂ ਨੇ ਗੁਰੂ ਕੇ ਖਾਲਸੇ ਉੱਤੇ ਕੀਤਾ ਹੈ, ਜੇ ਤੁਸੀਂ ਸ਼ਹਾਦਤਾਂ ਦੀ ਗਣਨਾ ਕਰਨ ਲੱਗੋ ਨਾ ਤਾਂ ਗਿਣਤੀ ਨਹੀਂ ਹੋਵੇਗੀ, ਗਿਣਤੀ ਨਹੀਂ ਹੋ ਸਕਦੀ। ਪਰ ਇਹ ਸੱਚਾਈ ਹੈ, ਸਨ 1849 ਤੋਂ ਲੈ ਕੇ 1947 98 ਸਾਲ ਦਾ ਸਮਾਂ ਬਣਦਾ ਹੈ, ਅੰਗਰੇਜ਼ੀ ਰਾਜ ਔਰ ਈਸਟ ਇੰਡੀਆ ਕੰਪਨੀ ਦਾ ਪਰਚਮ ਭਾਰਤੀ ਧਰਤੀ ਉੱਤੇ ਸੈਂਕੜੇ ਸਾਲ ਰਿਹਾ ਹੈ। ਕਿਸੇ ਸਟੇਟ ਨੇ 200 ਸਾਲ ਤੇ ਕਿਸੇ ਨੇ 250 ਸਾਲ ਅੰਗਰੇਜ਼ੀ ਗੁਲਾਮੀ ਭੋਗੀ ਹੈ। ਪਰ ਇੱਕ ਇਕੱਲਾ ਪੰਜਾਬ ਸੀ ਜਿਹੜਾ 98 ਸਾਲ ਅੰਗਰੇਜ਼ਾਂ ਦੇ ਮਾਤਾ ਹੈ ਤੇ ਅੰਗਰੇਜ਼ੀ ਰਾਜ ਦੇ ਮਾਤਾ ਤੇ ਗੁਲਾਮ ਰਿਹਾ। ਪਰ ਇਹਨਾਂ 98 ਸਾਲਾਂ ਦੇ ਵਿੱਚ ਤੁਹਾਡੇ ਦਾਦੇ ਤੇ ਬਾਬੇ ਜਿਨ੍ਹਾਂ ਦੀ ਗਿਣਤੀ ਹਿੰਦੁਸਤਾਨ ਦੀ ਧਰਤੀ ਔਰ ਹਿੰਦੁਸਤਾਨੀ ਜਮਾਤ ਵਿੱਚ ਆਟੇ ਦੇ ਵਿੱਚ ਲੂਣ ਜਿੰਨੀ ਵੀ ਨਹੀਂ ਸੀ, 2% ਗਿਣਤੀ ਸੀ ਸਾਡੀ, ਜਿਹਨੂੰ ਹੁਣ ਘਟਾਇਆ ਜਾ ਰਿਹਾ ਵੀ ਉਦੋਂ ਵੀ ਘੱਟ ਗਈ ਹੈ, ਥੱਲੇ ਆ ਗਈ ਹੈ। 100 ਬੰਦਿਆਂ ਦੇ ਵਿੱਚ ਜੇ 98 ਹਿੰਦੂ ਤੇ ਮੁਸਲਮਾਨ ਨੇ ਔਰ ਉਹਦੇ ਵਿੱਚੋਂ 2 ਸਾਡੇ ਦਾਦੇ ਤੇ ਬਾਬੇ ਸਨ। ਪਰ 98 ਸਾਲਾਂ ਦੇ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਜੋ ਜੋ ਕੁਰਬਾਨੀਆਂ ਕੀਤੀਆਂ ਗਈਆਂ, ਜੇਕਰ ਤੁਸੀਂ ਉਹਨਾਂ ਕੁਰਬਾਨੀਆਂ ਦੀ ਗਣਨਾ ਕਰਨ ਲੱਗੋ, ਇਤਿਹਾਸ ਕਹਿੰਦਾ ਕਿ ਕੁੱਲ ਅੰਗਰੇਜ਼ੀ ਰਾਜ ਦੇ ਸਮੇਂ
देश को आजाद कराने वास्ते अंग्रेजों वालों 121 बंदियों को फांसी दी गई। उहदे विचों कणवे फांसियां कलगीधर दशमेश पातशाह धन गुरु गोबिंद सिंह महाराज सच्चे पातशाह के बब्बर शेरां ने झूलियां ने, तुहाडे दादियां बाबियां ने झूलियां ने। फिर इस तों बाद कनेडा की धरती को छड़ के गए, अमेरिका की धरती को छड़ के गए साडे गदरी बाबे, जिन्हां दा जिक्र इतिहास चों कढ़ी जांदे ने, जिन्हां दा कोई जिक्र ही नहीं करता। फिर दुआबे की धरती ते पैदा हुई बब्बर अकाली लहर, खुद अंग्रेज इतिहासकार कू कू के ये गल कहिंदे ने ते बिना शक दी बब्बर अकाली मूवमेंट कुछ समा चली, कुछ साल चली, पर अंग्रेज लिखारी कहिंदे ने दुआबे विच राज अंग्रेजां दा नहीं बब्बर अकालियां दा है, बब्बर अकाली राज करदे ने दुआबे की धरती ते। ये बब्बर अकाली लहर पैदा हुई दुआबा और मालवा इन्हां दोहां इलाकियां दे विच, और अंग्रेजी सरकार ने पैरां विच चक दे हथियार बिछा के रख दित्ते सिंघां सरदारां ने। फिर इस तों उपरंत जे काले पाणी गए ते बहुत वड्डे पद्धर ते साडे दादे बाबे ते साडे शहीद सिंघ, जे बादमज दे घर ते तोपां दे नाल कूके सिंघ उडाए गए सारे दे सारे सिख शहीद। ते सन्मानयोग साध संगतां कुरबानियां दा लेखा जोखा करो ना, 90% कुरबानियां बणदियां ने तुहाडी 2% गिणती दियां देश नूं आजाद कराउण विच। पर किसी दानशमंद ने बड़े खूब शब्द कहे, वह कहिंदा कि बाग बाग को जरूरत जब खून की पड़ी, जदों ते देश नूं आजाद कराउण वास्ते खून की लोड़ सी, अखबारी रिपोर्टां अज तक सांभ के रखनियां, नहरी ते गांधी वालों दिते हुए बयान कि स्वराज का जो राज कभी होगा अपने देश में होगा तुम्हारे हाथ में झंडा का लियो। भाई नारायण सिंह उन्होंने एक पुस्तक लिखी है, पुस्तक का नाम है क्यों कीतो विसा, क्यों कीतो विसा पगती है गुरु साहब की बाणी की, मछली जा का जानिया सर खारा सगा, अत सियाणी सोहनी क्यों कीतो विसा, कीते कारण पाकड़ी काल न टलै सिरा, भाई रे इउं सिर जाणो काल, ज्यों मच्छी त्यों मानसा पवै अचिंता जार। उन्होंने पुस्तक का नाम रखा क्यों कीतो विसा, भाव के विश्वास क्यों कर लिया, इन्हां गांधियां ते नहरूआं ते विश्वास क्यों कर लिया। उहदे विच उन्होंने अखबारी कटकां लाइया ने, कहिंदे जदों नहरू ते गांधी आजादी तो पहला बोलते सन ना स्टेजा तो, ते इन्हां ने साडे दादियां बाबियां नूं वेख करन वास्ते कहना कि जदों भी देश विच आजादी दा राज आएगा उहदा झंडा तुहाडे हत्थां विच होएगा, तुहाडे तों पुछे बिना कोई भी ऐसा कानून नहीं बनेगा जिहदे उत्ते सिख इतिहासकार सिख लिखारी दा सिख विद्वान साइन नहीं करनगे। जदों खून की लोड़ सी, बाग बाग को जरूरत जब खून की पड़ी तो सबसे पहले गर्दन हमारी कटी, असी फांसियां झूटियां, असी रस्से झूटे, पर कहिंदे जब बहार आई, जदों देश आजाद हो गया, जब बहार आई तो यूं कहने लगे ये चमन तुम्हारा नहीं हमारा है, वो ये देश तां साडा है, इस देश विच ओही बस सकेगा, जब इस देश में रहना होगा हिंदू नाम ही कहना होगा, अपने आप को हिंदू बना के रहना पवेगा, अज कि देश साडा है, इस देश विच बाकी सारिया सभ्यतावां का नाश करके रख दिओ। फिर उस तो उपरंत जे आजादी आउंदी है सन 47 सब तो वड्डा संताप साडे बजुर्गों ने हटाया, पाकिस्तान गवाया, पाकिस्तान विचों जमीना छड़ के आए, पाटिया ते पंजाब ही ना, एक पासे दिल्ली दे लाले इंडिया लै गए, एक पासे मुसलमान पाकिस्तान लै गए, पर दो ही हिस्सी तो पंजाब ही होया, जेकर वंडिया गया तो वंड तो पंजाब ही होया ना, इज्जतां तो पंजाबियों दी बेआबू हुई। फिर 47 तो मगरों उस तो उपरंत 1984 अकाल तख्त सत्य अटैक और अज तक बाद दस्तूर, अज भी एवें जंग का ऐलान कर दिता कहिंदे जी हमला होने वाला है, लो जी ठाल दिओ 10-10 किलोमीटर के घेरे तो पिंडां दे विचों पंजाबियों नूं, फसलां पक्कियां होईयां ने, जमींदार अथरू बहा रहे हैं, भाई तुसीं किस बिना ते उठा रहे हो, कोई फौज नहीं, कोई किसे पासे कोई जंग का बहाव नहीं, पर जान बुझ के पंजाब का गुजारा करने वास्ते ऐसे कानून घड़े जाते हैं और ऐसा गल्लां कीतियां जांदियां ने। हुण आपसी आपा विरोधी विच फसे होए हैं, BSF कहती है कि स्टेट गवर्नमेंट ने आप ही बयान दे दिता, असी तो किसी को नहीं किया, स्टेट गवर्नमेंट कहती सानू तो पता नहीं, सानू सेंटर तो फोन आया और असी उठा दिता, कोई किसी की तफसील नहीं, कोई पड़ताल नहीं, बस छड़ दिओ पिंडां नूं, पर जिम्मेदार उन्होंने भी छड़न तो इनकार कर दिता, वह कहिंदे इत्थे मरांगे पर असी अपने घरां नूं ते अपनियां जमीनां नूं नहीं छड़ांगे। और सत्संग का समय अपनी तेजी में बहिंदा जा रहा है, एक कविता ढाडी कला दी वार सत्संग के चरणों च कह के किन्ना दे जा चुका है, मैं तो अपने चरणों च कटिया सां। अगस्त महीना सन 1986 ईस्वी का साल, इन्हां सिंघां ने लभ लिया विद्या, ख्याल रखियो एक होर इस गल का, यह दोवें सिंघ
ਜਦੋਂ ਇਹਨਾਂ ਨੇ ਜਾ ਕੇ ਗੱਡੀ ਚਾੜਿਆ ਵੈਦਿਆਂ ਨੂੰ ਉਦੋਂ ਇਹ ਕਲੀਨ ਸ਼ੇਵ ਸਨ ਦੋਵੇਂ। ਇਹਨਾਂ ਨੇ ਕੇਸ ਜੇਲ੍ਹ ਵਿੱਚ ਆਉਣ ਤੋਂ ਉਪਰੰਤ ਰੱਖੇ ਹੈ, ਉਦੋਂ ਇਹ ਕਲੀਨ ਸ਼ੇਵ ਸਨ। ਔਰ ਇਹਨਾਂ ਨੇ ਦਿੱਲੀ ਦੀ ਧਰਤੀ 'ਤੇ ਜਾ ਕੇ ਵੀ ਬਹੁਤ ਸਾਰੇ ਮਾਰਕੇ ਦੇ ਜਿਹੜੇ ਕਾਰਨਾਮੇ ਕੀਤੇ, ਪਰ ਉਸ ਵੇਲੇ ਹੈਨ ਇਹ ਕਲੀਨ ਸ਼ੇਵ ਹਾਲਤ ਵਿੱਚ ਸਨ। ਸੋ ਸਤ ਸੰਗਤ ਜੀਓ, ਲੱਭਦਿਆਂ ਲੱਭਦਿਆਂ ਇਹਨਾਂ ਨੇ ਲੱਭ ਲਿਆ ਅਰੁਣ ਕੁਮਾਰ ਵੈਦਿਆਂ ਦਾ ਕਾਰਨ। ਔਰ ਸਮਾਂ ਬਣ ਗਿਆ 10 ਅਗਸਤ 1986। ਵੈਦਿਆ ਆਪਣੀ ਪਤਨੀ ਦੇ ਨਾਲ ਘਰੋਂ ਬਾਹਰ ਬਾਜ਼ਾਰ ਵਿੱਚ ਕੁਝ ਖਰੀਦੋ ਫਰੋਖਤ ਕਰਨ ਵਾਸਤੇ ਨਿਕਲਿਆ ਹੈ। ਸਜ਼ੂਕੀ ਮੋਟਰਸਾਈਕਲ ਹੈ ਸਿੰਘਾਂ ਦੇ ਕੋਲ, ਪਰ ਲੱਗ ਤੁਰੇ ਨੇ ਦੋਹੇ ਮਗਰ। ਜੇ ਚਾਹੁੰਦੇ ਤਾਂ ਗੋਲੀਆਂ ਬਾਜ਼ਾਰ ਵਿੱਚ ਵੀ ਮਾਰੀਆਂ ਜਾ ਸਕਦੀਆਂ ਸਨ, ਪਰ ਬਾਜ਼ਾਰ ਦੇ ਵਿੱਚ ਪਾਸੇ ਪਾਸੇ ਹੋਰਨਾਂ ਦੀ ਮੌਤ ਦਾ ਵੀ ਨੁਕਸਾਨ ਹੋ ਸਕਦਾ ਸੀ। ਇਸ ਕਰਕੇ ਸਿੰਘਾਂ ਨੇ ਬਾਜ਼ਾਰ ਵਿੱਚ ਨਹੀਂ ਕੋਈ ਵੀ ਕਦਮ ਚੁੱਕਿਆ। ਇਹਨੇ ਬਾਜ਼ਾਰ ਵਿੱਚੋਂ ਕੁਝ ਖਰੀਦੋ ਫਰੋਖਤ ਕੀਤੀ ਹੈ। ਕੁਝ ਸਿਆਣੇ ਕਹਿੰਦੇ ਨੇ ਕਿ ਹੋਰ ਸੌਦਾ ਪੱਤਾ ਲੈਣ ਤੋਂ ਉਪਰੰਤ ਸਬਜ਼ੀ ਦੀ ਦੁਕਾਨ 'ਤੇ ਖਲੋਤਾ ਹੈ ਔਰ ਬੈਂਗਣ ਖਰੀਦਦਾ। ਘਰ ਵਾਲੀ ਪੁੱਛਦੀ ਹੈ ਕਿ ਇਹ ਕਾਸ ਤੋਂ ਖਰੀਦ ਰਹੇ, ਕਹਿੰਦਾ ਅੱਜ ਭਰਥਾ ਬਣਾਵਾਂਗੇ। ਕਹਿੰਦੇ ਨੇ ਕੋਲ ਖਲੋਤਾ ਹੋਇਆ ਸੀ ਉਸ ਵੇਲੇ ਸਿੰਘ ਸਰਦਾਰ ਸੁਖਦੇਵ ਸਿੰਘ ਸੁੱਖਾ ਕਿ ਭਰਥਾ ਤੈਂ ਬੈਂਗਣਾਂ ਦਾ ਤੇ ਕੀ ਬਣਾਉਣਾ, ਭਰਥਾ ਤੇ ਪੁੱਤਰਾ ਅੱਜ ਤੇਰਾ ਬਣਨਾ ਹੈ, ਤੂੰ ਇੱਕ ਵਾਰੀ ਬਾਜ਼ਾਰ ਤੋਂ ਬਾਹਰ ਤਾਂ ਨਿਕਲ। ਲੈ ਕੇ ਗੱਡੀ ਵਾਪਸ ਜਦੋਂ ਤੁਰ ਲੱਗਾ, ਦੋਵੇਂ ਗਨਮੈਨ ਪਿੱਛੇ ਪਿਛਲੀਆਂ ਸੀਟਾਂ 'ਤੇ ਬੈਠੇ ਹੋਏ ਨੇ, ਗੱਡੀ ਆਪਣੀ ਡਰਾਈਵ ਕਰ ਰਹੇ ਹੈ, ਧਰਮ ਪਤਨੀ ਨਾਲ ਬੈਠੀ ਹੋਈ ਹੈ। ਔਰ ਜਦੋਂ ਬਾਜ਼ਾਰੋਂ ਬਾਹਰ ਨਿਕਲੇ, ਇਹ ਸਜ਼ੂਕੀ ਮੋਟਰਸਾਈਕਲ ਨੂੰ ਚਲਾ ਰਿਹਾ ਹੈ ਵੀਰ ਹਰਜਿੰਦਰ ਸਿੰਘ ਜਿੰਦਾ ਔਰ ਸੁੱਖਾ ਵੀਰ ਪਿੱਛੇ ਬੈਠਾ ਹੋਇਆ। ਜਦੋਂ ਬਾਜ਼ਾਰੋਂ ਗੱਡੀ ਬਿਲਕੁਲ ਆਈ ਬਾਹਰ, ਜਿੰਦਾ ਕਹਿੰਦਾ ਲੈ ਸੁਧੀਰ ਸੁੱਖਿਆ ਮੈਂ ਮੋਟਰਸਾਈਕਲ ਬਾਈਕ ਬਿਲਕੁਲ ਬਰਾਬਰ ਕਰਨ ਲੱਗਾ ਹਾਂ, ਹੋ ਜਾ ਤਿਆਰ ਬਾਰ ਤਿਆਰ। ਉਹਨੇ ਮੋਟਰਸਾਈਕਲ ਕੀਤਾ ਬਰਾਬਰ, ਵੀਰ ਸੁਖਦੇਵ ਸਿੰਘ ਸੁੱਖਾ ਹੋਇਆ ਤੋਬਾ ਭਾਰ, ਉਹਨੇ ਕੱਢਿਆ ਡੱਬ ਚੋਂ ਰਿਵਾਲਵਰ, ਇਸ਼ਕ ਦਾ ਪੇਚਾ ਪੈਣ ਲੱਗਾ। ਜੇ ਸਨਮਾਨਯੋਗ ਸਾਧ ਸੰਗਤ ਜੀਓ, ਖਿਆਲ ਕਰਿਓ ਆਪਣਾ ਸਿਰ ਪਹਿਲਾਂ ਤਲੀ 'ਤੇ ਧਰ ਕੇ ਇਹੋ ਜਿਹੇ ਐਕਸ਼ਨ ਕੀਤੇ ਜਾਂਦੇ ਹੈ। ਦੁਨੀਆ ਕਈ ਕੱਚੇ ਆਸ਼ਕਾਂ ਦੀ ਗੱਲ ਕਰਦੀ ਹੈ, ਪਰ ਜਿੱਥੋਂ ਜਾ ਕੇ ਕੱਚੀ ਆਸ਼ਕੀ ਖਤਮ ਹੁੰਦੀ ਹੈ, ਜਿੱਥੋਂ ਮੁੱਕਦੇ ਮਜਰੂਆਂ ਰਾਜਿਆਂ ਦੀ, ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਸਾਡੇ ਲੜਦਿਆਂ ਲੜਦਿਆਂ ਸੀਸ ਲੈ ਗਏ ਆ, ਪਰ ਜਿਸਮ ਚੋਂ ਗਈ ਨਾ ਜਾਨ ਸਾਡੀ। ਮਰਦ ਵਾਸਤੇ ਆਪਣੀ ਅੱਖ ਪਿੱਛੇ ਰੀਝ ਰਹੀ ਹੈ ਸਦਾ, ਜਵਾਨ ਸਾਡੀ ਹੁੰਦਾ ਰਿਹਾ ਹੈ ਟੱਕਰੇ, ਜਿਸਮ ਸਾਡਾ ਹੈ ਪਰ ਸੀਨਾ ਕਿਹਾ ਜਵਾਨ ਸਾਡੀ। ਆਓ ਦਰਦ ਰਹੇ ਨੇ ਲੋਕ ਚਨਾਹੀ ਅੰਦਰ, ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ, ਸਾਡੇ ਪਿਆਰ ਨੂੰ ਪਰਖਿਆ ਰੰਮੀਆਂ ਨੇ ਤੇ ਸਾਡੇ ਇਸ਼ਕ ਨੂੰ ਪਰਖਿਆ ਹਾਰੀਆਂ ਨੇ। ਕਹਿੰਦਾ ਕਰਨ ਵਾਸਤੇ ਦੂਰ ਪਿਆਸ ਆਪਣੀ, ਅਸੀਂ ਖੂਹ ਕੁਰਬਾਨੀ ਦਾ ਵੇਰ ਦੇ ਰਹੇ, ਹਾਏ ਲੱਭਣ ਲਈ ਅਸਲ ਸੁਮਾ ਜ਼ਿੰਦਗੀ ਦਾ, ਆਪਣੀ ਮੌਤ ਨੂੰ ਆਪ ਸਹੇੜ ਦੇ ਰਹੇ, ਸਾਨੂੰ ਕਿਸੇ ਨਾਲ ਅਸੀਂ ਸਵਾਹ ਮਾਰਨੀ ਆ ਤੁਸੇ ਲਹੂ ਦੇ ਵਿੱਚ ਲਵੇੜ ਦੇ ਰਹੇ। ਜੋ ਅਸਾਂ ਦਸ਼ਮੇਸ਼ ਤੋਂ ਲਿਆ ਐਸਾ ਚਾਰ ਬੁੱਝ ਕੇ ਸੱਪਾਂ ਨੂੰ ਸ਼ੇਰ ਦੇ ਰਹੇ, ਸਾਨੂੰ ਪਿੰਜਰੇ ਵਿੱਚ ਕਿਸੇ ਪਾਇਆ, ਓਏ ਖੋਲੇ ਖੰਭ ਦੇ ਪਿੰਜਰੇ ਤੋੜ ਛੱਡੇ, ਅਸੀਂ ਉਹ ਅੱਜ ਲੰਗੇ ਛਾਤੀਆਂ ਨੇ ਤਿੱਖੇ ਨੇਜ਼ਿਆਂ ਦੇ ਮੂੰਹ
ਸੀਸ ਤਲੀ ਤੇ ਰੱਖਣਾ ਜਾਣਦੇ ਹਾਂ। ਤੱਤੇ ਤਵੇ ਤੇ ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ। ਸੀਸ ਗੰਦ ਤੇ ਕੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ। ਜਾ ਕੇ ਪੁੱਛ ਲਓ ਕੰਧ ਸਰਹੱਦ ਦੀ ਉਲਾਲ ਚਿਹਰੇ ਹੋਏ ਕਿੱਦਾਂ ਹੱਸਦੇ ਨੇ। ਓਏ ਮੇਰੇ ਮੰਨੂ ਨੇ ਵਾਢੀਆਂ ਲੱਖ ਪਾਈਆਂ ਸੀ ਫਿਰ ਵੀ ਖੜੇ ਗੁਲਜ਼ਾਰ ਵਾਂਗੂ, ਕੱਟੇ ਸਿਰਾਂ ਨੇ ਜਦੋਂ ਸੀ ਮੁੱਲ ਪੈਂਦੇ ਸਾਡੇ ਹੌਸਲੇ ਹੋਏ ਅੰਗਿਆਲ ਵਾਂਗੂ, ਬੰਦ ਬੰਦ ਵੀ ਕੱਟ ਕੇ ਵੇਖ ਚੁੱਕੇ ਫੁੱਲ ਟੈਕਣੋ ਰਾਤਾਂ ਨਾ ਬੰਦ ਹੋਏ, ਚਾੜ ਚੜਖੜੀ ਪਰਖਦੇ ਯੋਧਿਆਂ ਨੂੰ ਸਾਡੇ ਹੌਸਲੇ ਹੋਰ ਬੁਲੰਦ ਹੋਏ। ਅਸੀਂ ਭਾਜੀਆਂ ਮੋੜਨਾ ਜਾਣਦੇ ਹਾਂ, ਜਾ ਕੇ ਪੁੱਛ ਲਿਓ ਦਿੱਲੀ ਦਰਬਾਰ ਕਰੋ, ਤੇ ਜੇ ਫਿਰ ਵੀ ਕਿਸੇ ਨੂੰ ਸ਼ੱਕ ਹੋਵੇ ਜਾ ਕੇ ਪੁੱਛ ਲੈਣਾ ਮਸੇ ਦੀ ਨਾਰ ਕੋਲੋਂ। ਅਸੀਂ ਭਾਜੀਆਂ ਮੋੜਨਾ ਜਾਣਦੇ ਹਾਂ ਕਿਉਂਕਿ ਸਾਨੂੰ ਧਰਮ ਤੋਂ ਜਾਨਾਂ ਪਿਆਰੀਆਂ ਨਹੀਂ, ਇਹ ਸਿਰ ਦੇ ਕੇ ਅਸਾਂ ਨੇ ਖੁਦ ਲਈਆਂ, ਮੁੱਲ ਮਿਲੀਆਂ ਕਿਤਿਓਂ ਸਰਦਾਰੀਆਂ ਨਹੀਂ। ਅਸੀਂ ਹਿੱਕ ਵਿੱਚ ਸਦਾ ਨੇ ਵਾਰ ਚੱਲੇ, ਸਾਡੀ ਪਿੱਠ ਵਿੱਚ ਡੇਗਾ ਕਿਸੇ ਮਾਰੀਆਂ ਨਹੀਂ, ਅਸੀਂ ਇੱਜ਼ਤਾਂ ਬਚਾਈਆਂ, ਇਤਿਹਾਸ ਦੱਸੇ ਜੂਏ ਵਿੱਚ ਜਨਾਨੀਆਂ ਹਰ ਨਹੀਂ। ਇਹ ਸਾਡਾ ਵਿਰਸਾ ਹੈ ਤੇ ਸਾਡਾ ਸੱਭਿਆਚਾਰ ਹੈ। ਇਹਨਾਂ ਦੋਹਾਂ ਸਿੰਘਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਔਰ ਰੂਹ ਖੁਸ਼ ਹੋ ਗਏ। ਪੂਰੇ ਇੱਕ ਮਹੀਨੇ ਬਾਅਦ ਉਹਨੇ ਦੀ ਧਰਤੀ ਤੇ ਪਿਆ ਹੋਇਆ ਕੁਝ ਸਮਾਨ, ਕੁਝ ਰਾਈਫਲਸ, ਕੁਝ ਹਥਿਆਰ ਉੱਥੇ ਪਾਏ ਸਨ, ਉਹਨਾਂ ਹਥਿਆਰਾਂ ਨੂੰ ਲੈਣ ਗਏ ਵੀਰ ਸੁਖਦੇਵ ਸਿੰਘ ਸੁੱਖਾ ਔਰ ਇੱਕ ਇਹਨਾਂ ਦਾ ਸਹਿਯੋਗੀ ਵੀਰ ਨਿਰਮਲ ਸਿੰਘ ਨਿੰਮਾ, ਇਹ ਗ੍ਰਿਫਤਾਰ ਹੋ ਜਾਂਦੇ ਨੇ। ਭਾਈ ਹਰਜਿੰਦਰ ਸਿੰਘ ਜਿੰਦਾ, ਉਹਨਾਂ ਦੀ ਗ੍ਰਿਫਤਾਰੀ ਬਾਅਦ ਵਿੱਚ ਦਿੱਲੀ ਦੀ ਧਰਤੀ ਤੋਂ ਹੋਈ ਦਿਖਾਈ ਜਾਂਦੀ ਹੈ। ਲੰਬਾ ਅਰਸਾ ਇਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ, ਅਖੀਰੀ ਡਰਾਮਾ ਕੀਤਾ ਗਿਆ, ਨਾਟਕਬਾਜ਼ੀ ਕੀਤੀ ਗਈ, ਕੇਸ ਚਲਾਉਣ ਦੀ ਨਾਟਕਬਾਜ਼ੀ। ਔਰ ਉਪਰੰਤ ਜਿਸ ਜੱਜ ਨੇ ਇਹਨਾਂ ਦੋਹਾਂ ਸਿੰਘਾਂ ਦੇ ਗਲ ਵਿੱਚ ਜੋ ਇਹ ਫਾਂਸੀ ਉੱਤੇ ਹਾਰ ਪਾਉਣ ਦੀ ਜਿਹੜੀ ਸਜ਼ਾ ਦਿੱਤੀ ਹੈ, ਬਕਾਇਦਾ ਲਿਖਤ ਵਿੱਚ ਇਹ ਗੱਲ ਹੈ ਕਿ ਫਾਂਸੀ ਦੀ ਸਜ਼ਾ ਸੁਣਾਉਣ ਵਾਲਾ ਜੱਜ ਖੁਦ ਆਪ ਰੋ ਰਿਹਾ ਸੀ ਵੀ ਇਹ ਸੰਤ ਸਰੂਪ, ਇਹ ਮਖਲੂਕ ਦੀਆਂ ਜੱਦਾਂ ਕੀ ਅਪਰਾਧੀ ਹੋ ਸਕਦੀਆਂ ਹਨ, ਕੀ ਕਿਸੇ ਦਾ ਕਤਲ ਕਰ ਸਕਦੀਆਂ ਹਨ। ਪਰ ਕਤਲ ਕਰਨਾ ਕੋਈ ਇਹਨਾਂ ਦਾ ਸ਼ੌਕ ਥੋੜ੍ਹੀ ਸੀ, ਮਜ਼ਬੂਰੀ ਸੀ, ਅਤੇ ਗੁਰੂ ਨਾਨਕ ਦੇ ਸਿੱਖੀ ਸਿਧਾਂਤਾਂ ਦਾ ਇਹ ਫੈਸਲਾ ਸੀ ਕਿ ਜਦੋਂ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ਼ਾਏ, ਇਹ ਤਾਂ ਸਿੱਖੀ ਸਿਧਾਂਤ ਸਨ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਹੋਏ। ਸਨਮਾਨਯੋਗ ਸਾਧ ਸੰਗਤ, ਫਾਂਸੀ ਨੂੰ ਕੀ ਹਾਰ ਇਹ ਬਖਸ਼ ਦਿੱਤਾ ਗਿਆ। ਕਹਿੰਦੇ ਨੇ ਆਪ ਜੱਜ ਦਾ ਜੱਜ ਦੇ ਮੂੰਹ ਨੂੰ ਮਿੱਠਾ ਲਵਾਇਆ ਸਰਦਾਰ ਸੁਖਦੇਵ ਸਿੰਘ ਸੁੱਖਾ ਔਰ ਵੀਰ ਜਿੰਦੇ ਨੇ। ਜੱਜ ਰੋ ਰਿਹਾ ਸੀ, ਪੂਰੀ ਜੇਲ੍ਹ ਵਿੱਚ ਜਾ ਕੇ ਬੂੰਦੀ ਪ੍ਰਸ਼ਾਦ ਵੰਡਿਆ। 9 ਅਕਤੂਬਰ 1992 ਜਿਸ ਦਿਨ ਇਹਨਾਂ ਨੂੰ ਫਾਂਸੀ ਦੇਣੀ ਹੈ, ਪੂਨੇ ਦੀ ਧਰਤੀ ਯੇਰਵਾੜਾ ਜੇਲ੍ਹ, ਜਿਸ ਜੇਲ੍ਹ ਵਿੱਚ ਇਹਨਾਂ ਵੀਰਾਂ ਨੂੰ ਫਾਂਸੀ ਦਿੱਤੀ ਗਈ। ਜਦੋਂ ਮਾਤਾ ਪਿਤਾ ਮਾਤਾ ਸੁਰਜੀਤ ਕੌਰ ਜੀ ਹੁਣੀ ਸਰਦਾਰ ਸੁਖਦੇਵ ਸਿੰਘ ਜੀ ਸੁੱਖਾ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ, ਇਹ ਬਕਾਇਦਾ ਗੱਲਾਂ ਉਹਨਾਂ ਨੇ ਬਾਅਦ ਵਿੱਚ ਦੱਸੀਆਂ ਨੇ, ਅਤੇ ਜਦੋਂ ਮੁਲਾਕਾਤ ਕਰਨ ਵਾਸਤੇ ਆਖਰੀ ਮੁਲਾਕਾਤ ਵਾਸਤੇ ਗਏ ਤਾਂ ਸੁੱਖੇ ਵੀਰ ਦਾ ਕਹਿਣਾ ਸੀ ਮਾਂ ਤੇਰੇ ਪੁੱਤ ਨੇ ਸਵੇਰ ਨੂੰ ਵਿਆਹ ਵਾਸਤੇ ਜਾਣਾ ਹੈ। ਚੇਤਾ ਰੱਖਿਓ ਦੁਨਿਆਵੀ ਵਿਆਹ ਆਪਾਂ ਸਾਰੇ ਕਰਦੇ ਹਾਂ, ਪਰ ਇੱਕ ਵਿਆਹ ਇਹੋ ਜਿਹਾ ਹੈ ਜਿਹੜਾ ਇੱਕ ਦਿਨ ਆਪਾਂ ਸਾਰਿਆਂ ਨੇ ਕਰਨਾ ਹੈ, ਉਹ ਵਿਆਹ ਹੈ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਉਹ ਵਿਆਹ ਹੈ ਜਿੱਤ ਤਿਹਾਰਾ ਧਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਵਿਖਾ ਲਿਆਏ, ਮਲਕੁਲ ਮੌਤ ਫਰਿਸ਼ਤਾ, ਜਿਹਦਾ ਜ਼ਿਕਰ ਬਾਬਾ ਫਰੀਦ ਜੀ ਨੇ ਬਾਣੀ ਅੰਦਰ ਕੀਤਾ। ਤੇ ਇੱਕ ਦਿਨ ਇਹ ਵਿਆਹ ਦੇਵਕਰਾਂ ਦੇ ਵਿਚਾਰ ਹੈ ਸਾਹੁਣ ਲੈ ਜਾਣਾ, ਉਹ ਵਿਆਹ ਇੱਕ ਦਿਨ ਸਾਰਿਆਂ ਦਾ ਹੋਣਾ, ਤੇ ਮਾਂ ਤੇਰੇ ਪੁੱਤਰਾਂ ਨੇ ਸੇਬ ਵਿਆਹਣ ਵਾਸਤੇ ਜਾਣਾ ਹੈ, ਤੇ ਘਰ ਵਿੱਚ ਵਿਆਹ ਰੱਖ ਕੇ ਤੇ ਮਾਵਾਂ ਘੋੜੀਆਂ ਗਾਉਂਦੀਆਂ ਨੇ, ਘੋੜੀਆਂ ਨੀ ਗਾਏਗੀ ਕਹਿ ਕੇ ਘੋੜੀਆਂ ਗਵਾਈਆਂ। ਸਤ ਸੰਗਤ, ਅੰਮ੍ਰਿਤ ਵੇਲੇ ਦੋਹਾਂ ਵੀਰਾਂ ਨੂੰ ਫਾਂਸੀ ਇਹਨਾਂ ਨੂੰ ਦਿੱਤੀ ਗਈ ਯੇਰਵਾੜਾ ਜੇਲ੍ਹ ਦੇ ਅੰਦਰ, ਔਰ ਅੰਤਿਮ ਸੰਸਕਾਰ ਮੂਲਾ ਨਦੀ ਦੇ ਕੰਢੇ ਇੱਕ ਕਮਾਦ ਦੇ ਖੇਤ ਵਿੱਚ ਕੀਤਾ ਗਿਆ ਇਹਨਾਂ ਸਿੰਘਾਂ ਦਾ। ਪਰ ਸ਼ਹੀਦ ਕਦੇ ਮਰਿਆ ਨਹੀਂ ਕਰਦੇ, ਸਰ ਕਟਾ ਕੇ ਸ਼ਹੀਦ ਕਿ ਅਸਲ ਕੀ ਨੀਂਦ ਸੋ ਗਿਆ, ਨਹੀਂ ਨਹੀਂ ਨਹੀਂ, ਉਹ ਆਪਣੇ ਆਪ ਕੋ ਯਹੀ ਕਹੀਂ ਸਮੋ ਗਿਆ। ਆਪਣੇ ਆਸ ਪਾਸ ਦੇਖੋ ਯਲਬਾਈ ਸ਼ਫਾਤ ਹੈ, ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ ਵੋ ਮੌਤ ਵੀ ਹਯਾਤ ਹੈ। ਇਹਨਾਂ ਸ਼ਬਦਾਂ ਦੇ ਨਾਲ ਸਿੰਘਾਂ ਦੇ ਸਮੇਤ ਆਪ ਸਾਧ ਸੰਗਤ ਦੇ ਚਰਨਾਂ ਵਿੱਚੋਂ ਕਿਵੇਂ ਦਾ ਜਾਗਤ ਹਾਂ। ਅੱਜ ਦੀ ਇਹ ਹਾਜ਼ਰੀ ਸੰਡੇ ਦੀਵਾਨ ਦੀ ਸਾਡੀ ਆਖਰੀ ਹਾਜ਼ਰੀ ਸੀ। ਇਸ ਪੂਰੇ ਸਮੇਂ ਦੇ ਦਰਮਿਆਨ ਵਿਚਰਦਿਆਂ ਹੋਇਆਂ ਦਾਸ ਔਰ ਜਥੇ ਦੇ ਸਿੰਘਾਂ ਪਾਸੋਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਹੋ ਜਾਣੀਆਂ ਸੁਭਾਵਿਕ ਨੇ। ਬਾਣੀ ਕਹਿੰਦੀ ਹੈ ਜੋ ਮੰਦਰ ਕੋ ਥੰਮ ਹੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਣ, ਬਚਨ ਗੁਰੂ ਕੇ ਜਾਣ ਕੇ ਹਿਰਦੇ ਵਿੱਚ ਵਸਾ ਲੈਣਾ। ਔਰ ਇਸ ਪੂਰੇ ਸਮੇਂ ਦੇ ਦਰਮਿਆਨ ਆਪ ਗੁਰੂ ਦੀਆਂ ਸਿੱਖ ਸੰਗਤਾਂ ਵੱਲੋਂ ਮਿਲਿਆ ਹੋਇਆ ਪਿਆਰ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਨਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਮੇਹਰ ਸਿੰਘ ਜੀ ਗਿੱਲ ਸਾਹਿਬ ਰੋਜ਼ਾਨਾ ਹਾਜ਼ਰੀਆਂ ਭਰਦੇ ਨੇ ਔਰ ਪੂਰਾ ਪ੍ਰੋਪਰ ਪੂਰਾ ਟਾਈਮ ਦਿੰਦੇ ਹੈ। ਧੰਨਵਾਦ ਕਰਦਾ ਹਾਂ ਸੈਕਟਰੀ ਸਾਹਿਬ ਵੀਰ ਗੁਲਜ਼ਾਰ ਸਿੰਘ ਸਾਹਿਬ ਜੀ, ਉਹਨਾਂ ਦਾ, ਇੱਥੋਂ ਦੇ ਮੁੱਖ ਗ੍ਰੰਥੀ ਸਿੰਘ ਸਾਹਿਬਾਨ ਵੀਰ ਸੁਖਦੀਪ ਸਿੰਘ ਸਾਹਿਬ ਜੀ ਹੋਰੀ, ਬੜੇ ਪਿਆਰ ਵਾਲੇ ਸੱਜਣੇ ਉਹਨਾਂ ਦਾ, ਦੋਵੇਂ ਗੁਰੂ ਕੇ ਰਾਗੀ ਜਥੇ
और भी गुरदीप सिंह जी कपूरथला जिन्हां ने इस समय के दरम्यान कथावाचक सिंह गुरु आप जी के चरणों में हाजरी भर के गए हैं, इन्हों का समुची संगत का इन्होंने सारे गुरमुख प्यारियों का और अखीर सब तो वह धनबाद धन गुरु ग्रंथ साहब महाराज सच्चे पातशाह जी का, क्योंकि मैं निर्गुण और एको गुण नाही आपे तरसु पाए हुई है तरस सच्चे पातशाह ने किया जथे साथ दे रहे सन साथी ढाडी कुलविंदर सिंह जी सोढ़ी और सारंगी मास्टर वीर भाई सुरजीत सिंह सफरी नगर है फतूहाल नदी गुरुद्वारा बली साहब डला लोहिया खास दास दास के पिछले पासे खड़ोते वीर हरप्रीत सिंह जी प्रीतम नगर है चानिया नदी जंडियाला मंजकी जिला जलंधर है दास वरिंदर सिंह वारस नगर सेच तहसील सुल्तानपुर लोधी वो धरती जो गुरु नानक साहब सच्चे पातशाह जगत जलंधे को सच का मैसेज देने वास्ते सच का सिधार देने वास्ते जितों चढ़े सन सच्चे पातशाह दर्शन वास्ते उस धरती तो यह ढाडी जथाजी के चरणों में हाजिर होया है। बख्शो आ गया बुलाओ फतेह और आनंद साहब की बाणी के जग जुड़ जाओ आखो जी वाहेगुरु जी का खालसा वाहेगुरु जी राम।